Bismillahir Rahmanir Rahim. Kullu nafsin zaiqatul maut. Mujahid-e-Ahl-e-Sunnat, Mujahid-e-Tariq-e-Khatm-e-Nubuwat, Mujahid-e-Tariq-e-Nizam-e-Mustafa, Ustad-ul-Ulama, Hazrat-e-Allama Maulana Muhammad Haneef Chishti Rahmatullah Ta'ala de Saleh Sawab waste ਅਸੀਂ ਸਾਰੇ ਆਦਰੀ ਦਾ ਸ਼ਰਫ ਹਾਸਲ ਕਰ ਰਹੇ ਹਾਂ। 10:25 'ਤੇ ਮੈਂ ਇੱਥੇ ਬਹਿ ਗਿਆ ਸਾਂ ਆ ਕੇ। ਉਲਮਾਏ ਕਰਾਮ ਨੇ ਜ਼ਿੰਦਗੀ ਦੇ ਹਰ ਪਹਿਲੂ 'ਤੇ ਬਿਆਨ ਫਰਮਾਇਆ, ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ, ਔਰ ਉਹਨਾਂ ਸਾਰੀਆਂ ਸੱਚੀਆਂ ਗੱਲਾਂ ਕੀਤੀਆਂ ਨੇ, ਕੋਲੋਂ ਬਣਾ ਕੇ ਨਹੀਂ ਕੀਤੀਆਂ। ਚਿਸ਼ਤੀ ਸਾਹਿਬ ਦਾ ਇੱਕ ਕਿਰਦਾਰ ਹੈ। ਮੈਂ ਹੁਣ ਉਹ ਹੀ ਗੱਲਾਂ ਰਿਪੀਟ ਕਰਾਂ, ਉਹ ਤੁਸੀਂ ਵਾਰ ਵਾਰ ਸੁਣ ਚੁੱਕੇ ਹੋ। ਅੱਲਾਹ ਤਾਲਾ ਨੇ ਦੁਨੀਆ 'ਤੇ ਵੀ ਉਹਦਾ ਅਜਰ ਉਹਨਾਂ ਨੂੰ ਅਤਾ ਫਰਮਾਇਆ, ਆਖਰੀ ਵਕਤ ਵੀ ਅਤਾ ਫਰਮਾਇਆ, ਔਰ ਇਹਨਾਂ ਦੇ ਬੱਚਿਆਂ ਨੂੰ ਵੇਖੀਏ ਅਤੇ ਕਿਆਮਤ ਤੱਕ ਇਹਦਾ ਅਜਰ ਉਹਨਾਂ ਨੂੰ ਕਬਰ 'ਚ ਮਿਲਦਿਆਂ ਰਹਿਣਾ। ਸਭ ਤੋਂ ਪਹਿਲੇ ਤਾਂ ਮੈਂ ਚਿਸ਼ਤੀ ਸਾਹਿਬ ਰਹਿਮਤੁੱਲਾਹ ਅਲੈਹ ਦੇ ਸਾਰੇ ਸਾਹਿਬਜ਼ਾਦੇ ਅਜ਼ੀਜ਼ੋ ਅਕਾਰਬ ਨਾਲ ਤਜ਼ੀਅਤ ਕਰਨਾ ਕਿ ਅੱਲਾ ਪਾਕ ਸਦਕਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਚਿਸ਼ਤੀ ਸਾਹਿਬ ਦੇ ਦਰਜਾਤ ਬੁਲੰਦ ਫਰਮਾਏ ਔਰ ਤੁਹਾਨੂੰ ਸਾਰਿਆਂ ਨੂੰ ਸਬਰੇ ਜਮੀਲ ਅਤਾ ਫਰਮਾਇਆ, ਔਰ ਇਹ ਦੀਨ ਦਾ ਮਰਕਜ਼ ਜਿਵੇਂ ਸੁਣ ਰਹੇ ਹੋਰ ਵੀ ਜਗ੍ਹਾ ਮਿਲੀ ਹੈ, ਅੱਲਾ ਪਾਕ ਚਿਸ਼ਤੀ ਸਾਹਿਬ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਨੇ। ਅੱਲਾ ਇਸੇ ਤਰ੍ਹਾਂ ਇਹਨਾਂ ਨੂੰ ਦੀਨ ਦੀ ਖਿਦਮਤ ਕਰਨ ਦੀ ਤੋਫੀਕ ਅਤਾ ਫਰਮਾਇਆ। ਮੈਂ ਸਿਰਫ ਦੋ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ। ਚਿਸ਼ਤੀ ਸਾਹਿਬ ਦਾ ਜ਼ਿਕਰ ਮੁਖਤਸਰ ਕਰਕੇ ਮੈਂ ਕਰ ਦਿੱਤਾ ਹੈ ਕਿਉਂਕਿ ਵਾਰ ਵਾਰ ਜ਼ਿਕਰ ਹੋ ਰਿਹਾ ਔਰ ਬਿਲਕੁਲ ਸੱਚਾ ਹੋ ਰਿਹਾ, ਉਹਦੇ 'ਚ ਕੋਈ ਬਨਾਵਟ ਨਹੀਂ ਸੀ। ਮੈਂ ਸਿਰਫ ਦੋ ਗੱਲਾਂ ਇਹ ਕਰਨੀਆਂ ਨੇ। ਚਿਸ਼ਤੀ ਸਾਹਿਬ 'ਤੇ ਚਲੇ ਗਏ ਅਤੇ ਬਾਈਮਾਨ ਗਏ ਅਤੇ ਹਜ਼ੂਰ ਦਿਆਂ ਗੁਲਾਮਾਂ 'ਚ ਗਏ। ਬਸ ਕਰ ਯਾਰ, ਹੁਣ ਬਸ ਕਰ। ਇਹ ਕੋਈ ਛੋਟੀ ਗੱਲ ਨਹੀਂ ਕਿ ਬੰਦਾ ਦੁਨੀਆ 'ਤੇ ਰਵੇ ਅਤੇ ਬਾਇੱਜ਼ਤ ਰਵੇ, ਇਹ ਛੋਟਾ ਅੱਲਾ ਦਾ ਫਜ਼ਲ ਨਹੀਂ, ਇਹ ਛੋਟਾ ਅੱਲਾ ਦਾ ਕਰਮ ਨਹੀਂ ਕਿ ਬੰਦਾ ਦੁਨੀਆ 'ਤੇ ਰਵੇ ਅਤੇ ਬਾਇੱਜ਼ਤ ਰਵੇ, ਬਾਵਕਾਰ ਰਵੇ ਅਤੇ ਹਜ਼ੂਰ ਦਾ ਗੁਲਾਮ ਹੋਵੇ ਅਤੇ ਜਾਏ ਵੀ ਅਤੇ ਮਦੀਨੇ ਵਾਲੇ ਦਾ ਗੁਲਾਮ ਬਣ ਕੇ ਜਾਏ। ਇਹ ਕੋਈ ਛੋਟਾ ਫਜ਼ਲ ਨਹੀਂ, ਇਹ ਅੱਲਾ ਬੜੇ ਕਰਮ ਕੀਤੇ ਨੇ, ਇਹ ਛੋਟਾ ਕਰਮ ਨਹੀਂ। ਅਤੇ ਅੱਲਾ ਮਜ਼ੀਦ ਦਰਜਾਤ ਬੁਲੰਦ ਫਰਮਾਏ। ਵੈਸੇ ਮੈਂ ਗੁੱਸਾ ਨਾ ਕਰਿਆ ਜੇ ਗੱਲ ਕਰਨ ਲੱਗਾ, ਇਹ ਤੁਸੀਂ ਪੈਸੇ ਦੇ ਰਹੇ ਸੋ ਉਲਮਾਏ ਕਰਾਮ ਨੂੰ, ਨਾਥ ਖਾਨ ਨੂੰ,
ਮੈਂ ਖੁਸ਼ ਹੋ ਰਿਹਾ ਸੀ, ਮੈਂ ਕਿਸੇ ਦੀ ਹਿੱਟ ਨਹੀਂ ਕਰਨ ਲੱਗਾ, ਮੈਂ ਕਿਸੇ ਦੀ ਤੋਹੀਨ ਨਹੀਂ ਕਰਨ ਲੱਗਾ, ਮੈਂ ਅਰਜ਼ ਕਰਾਂਗਾ ਗੁੱਸਾ ਵੀ ਨਾ ਕਰਿਆ ਜੇ। ਉਂਝ ਇਹੋ ਜਿਹੇ ਮੌਕਿਆਂ 'ਤੇ ਕੋਈ ਪੈਸੇ ਸੁੱਟਦਾ ਲੈਂਦਾ ਫੱਬਦਾ ਨਹੀਂ, ਫੱਬਦਾ ਨਹੀਂ। ਮੈਨੂੰ ਗੁੱਸਾ ਪਿਆ ਲੱਗਦਾ ਸੀ, ਸਹੀ ਗੱਲ ਹੈ, ਗੁੱਸਾ ਨਾ ਮਾਫ਼ੀ ਚਾਹੁੰਦਾ। ਉਹ ਇਸ ਵਾਸਤੇ ਮਾਫ਼ੀ ਆ ਕਿਹ ਕੋਲ ਮਾਓ ਨਿਵਾਰਨਾ, ਮੈਂ ਕਦੀ ਕਿਸੇ ਕੋਲ ਨਹੀਂ ਮੰਗੀ। ਮੈਨੂੰ ਇਹ ਗੱਲ ਫੱਬਦੀ ਨਹੀਂ ਸੀ ਪਈ, ਤਾਈਦ ਕਰ ਦਿਓ ਭਾਈ। ਅਤੇ ਮੈਨੂੰ ਵਿੱਚੋਂ ਗੁੱਸਾ ਲੱਗਦਾ ਸੀ ਪਿਆ ਕਿ ਇਸਾਲੇ ਸਵਾ ਵਾਸਤੇ ਆਏ ਹਾਂ ਅਤੇ ਇਹਨਾਂ ਬੱਚਿਆਂ ਨੂੰ ਅਸੀਂ ਦੱਸਣ ਆਏ ਹਾਂ ਵੀ ਉਹ ਟੁਰ ਗਏ ਨੇ, ਅਸੀਂ ਹਾਂ ਅਜੇ, ਅਤੇ ਅਸੀਂ ਇਹਨਾਂ ਕੋਲੋਂ ਪੈਸੇ ਲੈਣ ਆਏ ਹਾਂ ਕੋਈ, ਅਤੇ ਪੈਸੇ ਲੈ ਵੀ ਇਨਸ਼ਾਅੱਲਾ ਮੌਕੇ ਨਾਲ ਹੀ ਲਈਏ, ਬੇਮੌਕੇ ਪੈਸੇ ਕੀ ਕਰਨੇ ਹੁੰਦੇ ਨੇ, ਸਭ ਕੁਝ ਪੈਸੇ ਹੀ ਨਹੀਂ ਹੁੰਦਾ। ਅਤੇ ਮੈਂ ਮਿਹਰਬਾਨੀ ਕਰੋ, ਜਿੰਨੇ ਪੈਸੇ ਦਿੱਤੇ ਨੇ ਨਾ ਇੱਥੋਂ ਕਿ ਤਾਲਿਬ ਨੂੰ ਦੇ ਛੱਡਿਆ ਜੇ, ਤਾਂ ਹੁਣ ਮੈਨੂੰ ਪੈਸੇ ਨਾ ਦਿਆ ਜੇ। ਮੈਂ ਅਜੇ ਮੌਕੇ 'ਤੇ ਪੈਸੇ ਲੈਣਾ ਆਪਣੀ ਤੋਹੀਨ ਸਮਝਣਾ, ਕਿ ਇਹ ਮੈਂ ਇੱਕ ਤਲਕ ਨਿਭਾਉਣ ਆਇਆ ਇੱਕ ਬੰਦੇ ਨਾਲ, ਮੇਰਾ ਯਾਰ ਟੁਰ ਗਿਆ, ਮੇਰਾ ਭਰਾ ਆਇਆ, ਮੈਂ ਉਹਦੇ ਕੋਲ ਬਹਿਣ ਆਇਆ ਅਤੇ ਮੈਂ ਇਹਨਾਂ ਕੋਲ ਪੈਸੇ ਲੈਣ ਆਇਆ। ਮੈਂ ਤਾਂ ਇਹਨਾਂ ਬੱਚਿਆਂ ਨੂੰ ਦੱਸਣ ਆਇਆ, ਜਿੰਨਾ ਚਿਰ ਜ਼ਿੰਦਗੀ ਇਹ ਬੁੱਢੇ 'ਤੇ ਹੋ ਗਈਆਂ, ਪੁੱਤਰ ਇਕੱਲਿਆਂ ਨਾ ਸਮਝਾਇਓ। ਰਾਤੀ ਵੀ ਪਤਾ ਲੱਗਾ, ਅਤੇ 2-3 ਘੰਟੇ ਇੱਥੇ ਰਿਹਾ ਮੈਂ, ਘਰ ਵੀ ਗਿਆ ਵਾਂ, ਚੀਤੀ ਸਾਹਿਬ ਕੋਲ ਬੈਠਾ ਰਿਹਾ ਵਾਂ, ਅਤੇ ਉਹਨਾਂ ਵਾਸਤੇ ਦੁਆ ਸੀ। ਅਤੇ ਇਹਨਾਂ ਨੂੰ ਗੱਲ ਨਾਲ ਆਖਿਆ ਜੀ, ਪੁੱਤਰ ਜਿੰਨੇ ਜੋਗਾ ਵਾਂ ਆਵਾਜ਼ ਮਾਰਿਆ ਜੇ, ਮੈਂ ਤੁਹਾਡੇ ਸਿਰ 'ਤੇ ਹੀ ਹਾਂ। ਅਤੇ ਮੈਂ ਤਾਂ ਇਸ ਵਾਸਤੇ ਆਇਆ, ਅਤੇ ਮੈਂ ਇਹ ਕੰਮ ਫੱਬਦਾ ਨਹੀਂ ਸੀ ਪਿਆ ਪੈਸਿਆਂ ਵਾਲਾ, ਅਤੇ ਘਰ ਮੈਂ ਛੱਡਣਾ ਉਹਨਾਂ ਗੱਲ ਜਿਹੜੀ ਮੇਰੇ ਦੇਣ 'ਚ ਆਵੇ, ਭਾਵੇਂ ਕਿਸੇ ਨੂੰ ਚੰਗੀ ਲੱਗੇ ਅਤੇ ਭਾਵੇਂ ਕਿਸੇ ਨੂੰ ਮਾੜੀ ਲੱਗੇ। ਇਹ ਕੋਈ ਮੌਕਾ ਨਹੀਂ, ਮੈਂ ਤਾਂ ਆਇਆ, ਇਹਦੇ ਮੁਸਲਮਾਨ ਆਇਆ, ਇਹਦੇ ਸੁੰਨੀ ਆਇਆ, ਅਤੇ 50 ਸਾਲਾਂ ਦਾ ਯਰਾਨਾ ਨਿਭਾਉਣ ਆਇਆ, ਇਹੀਆਂ ਇਹਨਾਂ ਬੱਚਿਆਂ ਵਾਸਤੇ ਆਇਆ ਕਿ ਅੱਲਾ ਇਹਨਾਂ ਨੂੰ ਸਬਰ ਦੇਵੇ। ਇਸ ਵਾਸਤੇ ਮੈਨੂੰ ਪੈਸੇ ਨਾ ਲਿਆ ਜੇ, ਤੁਹਾਡੀ ਬੜੀ ਮਿਹਰਬਾਨੀ। ਤੋ ਮੈਂ ਅਰਜ਼ ਕਰ ਰਿਹਾ, ਚਿਸ਼ਤੀ ਸਾਹਿਬ ਦਾ ਜ਼ਿਕਰ ਸੁਭਾਨ ਅੱਲਾ ਹਰ ਪਹਿਲੂ 'ਤੇ ਹੋਇਆ, ਅਤੇ ਮੈਂ ਇਹਨੇ ਕਹਿ ਦੇਣਾ ਉਹ ਸਾਰਾ ਜੋ ਹੋਇਆ ਮੈਂ ਉਹਦੀ ਤਾਈਦ ਕਰਨਾ। ਹੁਣ ਬਾਰ ਬਾਰ ਰਿਪੀਟ ਕਰਾਂ ਤਾਂ ਕਰਦੇ ਰਹਾਂਗੇ, ਵੈਸੇ ਮੌਕਾ ਹੋਣਗੇ ਅਸੀਂ ਆਉਂਦੇ ਰਹਿੰਦੇ ਹਾਂ। ਮੈਂ ਗੱਲ ਇਹ ਕਰਨੀ ਹੈ, ਦੋ ਗੱਲਾਂ ਕਰਨੀਆਂ ਨੇ। ਚਿਸ਼ਤੀ ਸਾਹਿਬ ਚਲੇ ਗਏ, ਰਹਿਣਾ ਅਸੀਂ ਵੀ ਨਹੀਂ, ਰਹਿਣਾ ਅਸੀਂ ਵੀ ਨਹੀਂ। ਅਤੇ ਆਓ ਕੋਈ ਇੰਝ ਦਾ ਕੰਮ ਕਰ ਜਾਈਏ ਜਿਵੇਂ ਨੀ ਚਿਸ਼ਤੀ ਸਾਹਿਬ ਕਰ ਗਏ ਨੇ। ਛੱਡ ਦਿਓ ਸ਼ਖਸੀਅਤ ਪ੍ਰਸਤੀਆਂ, ਛੱਡ ਦਿਓ ਇਹ ਬੁਗਤ ਅਤੇ ਹਸਤ ਕੀਨੇ। ਬੜੀ ਤੇਜ਼ੀ ਨਾਲ ਇਲਮ ਚੁੱਕਿਆ ਜਾ ਰਿਹਾ, ਬੜੀ ਤੇਜ਼ੀ ਨਾਲ। ਇਹਨਾਂ ਤਿੰਨਾਂ ਦਿਨਾਂ 'ਚ ਦੋ ਛੋਟੀ ਦੇ ਆਲਮ ਸਾਡੇ ਗਏ ਨੇ, ਹਜ਼ਰਤ ਅਲਾਮਾ ਮੌਲਾਨਾ ਮੁਹੰਮਦ ਯਕੂਬ ਸਾਹਿਬ ਜਲਾਲਪੁਰ ਜੱਟਾਂ ਵਾਲੇ, ਦਰਵੇਸ਼ ਸਿਸ਼ਤ ਇਨਸਾਨ, ਮੁਦਰਸ ਅਤੇ ਬੜਾ ਬਾਖਲਾਕ ਅਤੇ ਮੁਖਲਿਸ। ਦੋ ਦਿਨ ਲੰਘੇ ਨੇ ਅਤੇ ਹਜ਼ਰਤ ਚਿਸ਼ਤੀ ਸਾਹਿਬ ਮੌਲਾਨਾ ਮੁਹੰਮਦ ਹਨੀਫ ਸਾਹਿਬ ਚਿਸ਼ ਤੇਜ਼ੀ ਨਾਲ ਇਲਮ ਉਠਾਇਆ ਜਾ ਰਿਹਾ, ਤੇਜ਼ੀ ਨਾਲ। ਮੈਂ ਇੰਨੀ ਅਰਜ਼ ਕਰਾਂਗਾ, ਭਾਵੇਂ ਉਸ ਗੁੱਸਿਆ ਕਰਿਆ ਜੇ ਅਤੇ ਭਾਵੇਂ ਰਾਜ਼ੀ ਹੋਇਆ ਜੇ, ਮੈਨੂੰ ਇਹਨਾਂ ਗੱਲਾਂ ਨਾਲ ਕੋਈ ਨਹੀਂ। ਇਹ ਜਦੋਂ ਕੋ ਮਰਜ਼ੇ ਅਸੀਂ ਬੜੀ ਤਾਰੀਫਾਂ ਕਰਦੇ ਹਾਂ, ਕੋਈ ਜਿਉਂਦੇ ਵੀ ਕਿਸੇ ਦੀ ਕਰ ਛੱਡੋ, ਜਿਉਂਦਿਆਂ ਵੀ ਕਰ ਛੱਡੋ,
ਅਸਲ ਗੱਲ ਇਹ ਮੁਸੀਬਤ ਪੈ ਗਈ ਹੈ, ਸਾਡੇ 'ਚ ਛੋਟਾ ਰਿਹਾ ਹੀ ਕੋਈ ਨਹੀਂ, ਸਾਡੇ ਛੋਟਾ ਹੈ ਹੀ ਕੋਈ ਨਾ। ਹੁਣ ਗੌਸੇ ਜ਼ਮਾਂ ਤੇ ਕੁਤਬੇ ਦੌਰਾਨ ਦਾ ਮੀਂਹ ਪੈ ਗਿਆ, ਆਉਂਦੀ ਭਾਵੇਂ ਮੇਰੇ ਵਾਂਗੂ ਕੱਖ ਨਾ ਆਉਂਦਾ ਹੋਇਆ। ਗੌਸੇ ਜ਼ਮਾਂ ਤੇ ਕੁਤਬੇ ਦੌਰਾਨ ਤੇ ਪੀਰੇ ਤਰੀਕੇ ਤੇ ਹੁਣ ਛੋਟਾ ਜਿਹਾ ਲਫ਼ਜ਼ ਰਹਿ ਗਿਆ, ਉਹ ਤਾਂ ਲੋਕ ਮੈਨੂੰ ਵੀ ਆਖ ਛੱਡਦੇ ਨੇ, ਹਾਲਾਂਕਿ ਅੱਲਾ ਦੀ ਕਸਮੇ ਮੈਂ ਪੀਰੇ ਤਰੀਕਤ ਨਹੀਂ, ਕਸਮ ਇਸ ਵਾਸਤੇ ਚੁੱਕੀ ਹੈ ਕਈ ਬੰਦਿਆਂ ਨੇ ਸ਼ਾਹ ਔਰ ਯਾਦ ਹੀ ਨਹੀਂ ਕਸਾਰੀ ਕਰਦੇ ਨੇ, ਮੈਂ ਕੋਈ ਯਾਦ ਹੀ ਨਹੀਂ ਕਸਾਰੀ ਨਹੀਂ ਕਰਦਾ, ਮੈਂ ਔਲੀ ਅੱਲਾ ਦਾ ਅਕੀਦਤ ਮੰਨਦਾ, ਸ਼ਿਰਕੁਲ ਸ਼ਰੀਫ ਮੇਰੀ ਬੈਤ ਹੈ, ਹਰ ਵਲੀ ਅੱਲਾ ਦਾ ਇਹਤਰਾਮ ਕਰਨਾ ਮੇਰਾ ਅਕੀਦਾ ਹੈ, ਮੈਂ ਪੀਰੇ ਤਰੀਕਤ ਨਹੀਂ। ਗੱਲ ਸਮਝੀ ਜੇ? ਹਾਂ ਇੱਕ ਗੱਲ ਗੱਲ ਆ, ਆ ਜਿਵੇਂ ਤੁਸੀਂ ਚੱਲਿਆਂ ਨੂੰ ਮੰਗਦੇ ਹੋ ਨਾ ਮੈਂ ਪੀਰਾਂ ਨੂੰ, ਇੰਝ ਮੈਂ ਕਦੀ ਨਹੀਂ ਮੰਨਿਆ, ਅਤੇ ਨਾ ਇਹ ਸ਼ਰੀਅਤ ਇਜਾਜ਼ਤ ਦਿੰਦੀ ਹੈ ਕਿ ਪੀਰ ਦੀਆਂ ਨਿਸ਼ਾਨੀਆਂ ਕੋਲ ਹੋਣ ਅਤੇ ਮਦੀਨੇ ਵਾਲੇ ਦੀ ਕੋਈ ਵੀ ਨਾ ਹੋਵੇ, ਇਹ ਕੋਈ ਪੀਰੀ ਮੁਰੀਦੀ ਨਹੀਂ, ਇਹ ਤਾਂ ਇੱਕ ਨਿਸ਼ਾਨੀ ਕਹਿ ਸਕਦੇ ਹੋ, ਮਤੇ ਆਖੋ ਇਸ ਕੱਪੜੇ ਦਾ, ਇਸ ਟੋਪੀ ਦਾ, ਇਸ ਡਿਜ਼ਾਇਨ ਦਾ, ਇਸ ਕਲਰ ਦਾ ਮੈਨੂੰ ਕੋਈ ਸਵਾਬ ਮਿਲਣਾ ਹੈ, ਸਵਾਬ ਸੂਬ ਕੋਈ ਨਹੀਂ ਹੈ, ਇਹ ਜੀ ਪਤਾ ਲੱਗ ਜਾਂਦਾ ਕਿ ਇਸ ਟੋਪੀ ਵਾਲੇ ਦੀ ਨਿਸਬਤ ਇਸ ਆਸਤਾਨੇ ਨਾਲ ਹੈ, ਇਸ ਰੰਗ ਵਾਲੇ ਕੱਪੜੇ ਦੀ ਨਿਸਬਤ ਇਸ ਆਸਤਾਨੇ ਨਾਲ, ਇਹਦੋਂ ਵੱਧ ਕੋਈ ਸਵਾਬ ਅਜ਼ਾਬ ਕੋਈ ਨਹੀਂ, ਸਵਾਬ ਉਦੋਂ ਮਿਲਣਾ ਹੈ ਜਦੋਂ ਮਦਨੀ ਰੰਗ ਚ ਰੰਗਿਆ ਜਾਏਗਾ, ਯਾਦ ਰੱਖਿਆ ਜੇ। ਸੇਪੀਆਂ ਮੌਲਵੀਆਂ ਝੂਠ ਬੋਲ ਬੋਲ ਕੇ ਤੁਹਾਡਾ ਬੇੜਾ ਗਰਕ ਕਰ ਛੜਿਆ, ਤੁਹਾਨੂੰ ਰੋੜ ਦਿੱਤਾ ਗਿਆ, ਅੱਗੋਂ ਚਵਲ ਚਵਲ ਬੰਦੇ ਤਕਰੀਰਾਂ ਕਰਨ ਲੱਗ ਪਏ ਨੇ, ਛੋਟਾ ਸਾਡੇ 'ਚ ਰਹਿ ਕੋਈ ਨਹੀਂ ਗਿਆ, ਬੈਤ ਕੋਈ ਫਰਜ਼ ਨਹੀਂ, ਉਰਸ ਕਰਾਉਣਾ ਕਰਨਾ ਚੰਗਾ ਕੰਮ ਹੈ ਫਰਜ਼ ਨਹੀਂ, ਪੀਰ ਨੂੰ ਮਿਲਣ ਜਾਣਾ ਫਰਜ਼ ਨਹੀਂ, ਪੀਰ ਦੀ ਆਸਥਾਨੇ 'ਤੇ ਜਾਣਾ ਫਰਜ਼ ਨਹੀਂ, ਮਾਂ ਬਾਪ ਦੀ ਖਿਦਮਤ ਫਰਜ਼ ਹੈ, ਇਹ ਫਰਜ਼ ਤਾਂ ਪਹਿਲਾਂ ਪੂਰੇ ਕਰੀਏ ਨਾ। ਆ ਨਮਾਜ਼ ਪੜ੍ਹਨੀ ਹੁਣ ਇਨਸ਼ਾਅੱਲਾ ਜ਼ੋਹਰ ਦੀ, ਅਤੇ ਵਿੱਚੋਂ ਫਰਜ਼ ਛੱਡ ਦਈਏ, ਅਤੇ ਸੁਨਤਾਂ ਪਹਿਲੀਆਂ ਵੀ ਚਾਰ ਪੜ੍ਹ ਲਈਏ, ਅਤੇ ਦੂਸਰੀਆਂ ਦੋ ਵੀ, ਅਤੇ ਦੋ ਨਫਲ ਵੀ ਪੜ੍ਹ ਲਈਏ, ਅਤੇ ਨਮਾਜ਼ ਹੋ ਜਾਏਗੀ। ਬੋਲੋ, ਮੈਂ ਹੁਣ ਪੈਸੇ ਨਹੀਂ ਦਿੰਦਾ ਪਿਆ, ਤਾਂ ਬੋਲਣ ਵੀ ਗਏ ਹੋ, ਨਮਾਜ਼ ਹੋ ਜਾਏਗੀ, ਨਮਾਜ਼ ਹੋ ਜਾਏਗੀ। ਦੁਨੀਆ ਦੇ ਕਿਸੇ ਕੋਨੇ 'ਤੇ ਤੁਰ ਜਾ, ਮੱਕਾਤੁਲ ਮੁਕਰਮਾ ਤੋਂ ਵੱਡੀ ਜਗ੍ਹਾ ਕੋਈ ਨਹੀਂ, ਮਦੀਨਾਤੁਲ ਮਨਵਰਾ ਤੋਂ ਵੱਡੀ ਜਗ੍ਹਾ ਕੋਈ ਨਹੀਂ, ਮੱਕੇ ਸ਼ਰੀਫ ਇੱਕ ਨੇਕੀ ਕਰੇਗਾ ਅਤੇ ਇੱਕ ਲੱਖ ਨੇਕੀ ਦਾ ਸਵਾਬ ਹੈ, ਔਰ ਮਦੀਨਾ ਪਾਕ ਇੱਕ ਨੇਕੀ ਕਰੇਗਾ ਕਮ ਸੇ ਕਮ 2.5 ਲੱਖ ਨੇਕੀ ਦਾ ਸਵਾਬ ਹੈ। ਮਗਰ ਅਗਰ ਤੂੰ ਬਾਪ ਦੀ ਖਿਦਮਤ ਨਹੀਂ ਕੀਤੀ, ਅਗਰ ਮਾਂ ਦੀ ਖਿਦਮਤ ਨਹੀਂ ਕੀਤੀ, ਸਾਰੀ ਉਮਰ ਕਾਬੇ ਦੇ ਸਾਹਮਣੇ ਖਲੋ ਕੇ ਇਬਾਦਤ ਕਰ, ਸਾਰੀ ਉਮਰ ਇਮਾਮੁਲ ਅੰਬੀਆ ਦੇ ਮਜ਼ਾਰ ਤੇ ਰਹੋ, ਮੈਂ ਇੱਥੇ ਲਿਖ ਕੇ ਦੇ ਕੇ ਜਾਣਾ, ਨਾ ਮੱਕਿਓਂ ਕੁਝ ਲੱਭੈ, ਨਾ ਮਦੀਨੇ ਕੁਝ ਲੱਭੈ, ਲੱਭਣਾ ਉਦੋਂ ਦੇ ਜਦੋਂ ਮਾਂ ਬਾਪ ਦੀ ਇੱਜ਼ਤ ਵੀ ਕਰੋਗੇ ਤੇ ਖਿਦਮਤ ਵੀ ਕਰੋਗੇ। ਸੇਪੀਆਂ ਤੇ ਸਮਾਨ ਨਹੀਂ ਆਖਣਾ, ਤੁਸੀਂ ਤੇ ਆਖ ਛੱਡੋ ਜੀ, ਉਹ ਤੇ ਟੁਰ ਗਏ। ਮੈਨੂੰ ਵੀ ਮੌਤ ਯਾਦ ਹੈ ਕਿ ਨਹੀਂ, ਤੁਹਾਨੂੰ ਵੀ ਹੈ ਕਿ ਨਹੀਂ? ਜੇ ਆਏ ਹੋ ਜਨਾਜ਼ਾ ਪੜ੍ਹ ਕੇ ਟੁਰ ਗਏ ਹੋ, ਜੇ
ਕੁਲਖਾਨੀ 'ਚ ਰਸਮਨ ਆ ਗਏ ਹੋ, ਬਰਾਦਰੀ ਕੁਨਬਾ ਕਬੀਲਾ ਮਿਆਣਾ ਬਰਾਦਰੀ ਅਸੀਂ ਇਕੱਠੇ ਹੋਏ ਹਾਂ, ਇਹ ਵੇਲਾ ਲੰਘ ਗਿਆ ਜੀ, ਫਲਾਣਾ ਵੀ ਆਇਆ ਸੀ, ਫਲਾਣਾ ਵੀ ਆਇਆ ਸੀ, ਫਲਾਣਾ ਨਹੀਂ ਸੀ ਆਇਆ, ਫਲਾਣਾ ਨਹੀਂ ਸੀ ਆਇਆ, ਇਹ ਤਾਂ ਵੇਲਾ ਲੰਘ ਗਿਆ। ਅਤੇ ਇੰਜ ਵੇਖ ਕੇ ਤੈਨੂੰ ਨਹੀਂ ਪਤਾ ਲੱਗਦਾ ਵੀ ਅਸਾਂ ਵੀ ਮਰਨਾ? ਕਦੀ ਕਿਤੇ ਜਨਾਜ਼ੇ ਜਾ ਕੇ ਵੀ ਸੋਚ ਲਿਆ ਕਰੋ ਅਸਾਂ ਵੀ ਮਰਨਾ। ਕਿਤੇ ਫਾਤਿਹਾ 'ਤੇ ਆਇਆ, ਕਿਸੇ ਤਜ਼ੀਅਤ ਕਰਦੇ ਆ, ਇਹ ਵੀ ਦੇਖ ਲਿਆ ਕਰੋ ਅਸੀਂ ਮਰਨਾ, ਅਸੀਂ ਮਰਨਾ, ਰਹਿਣ ਵਾਸਤੇ ਨਹੀਂ ਆਏ, ਅਸਾਂ ਮਰਨਾ। ਇੱਥੇ ਨਾ ਕੋਈ ਰਿਹਾ ਅਤੇ ਨਾ ਕਿਸੇ ਰਹਿਣਾ। ਅਤੇ ਜੇ ਤੁਹਾਨੂੰ ਮੌਤ ਦੀ ਯਾਦ ਨਹੀਂ, ਜੇ ਤੁਹਾਨੂੰ ਆਖਰਤ ਦੀ ਯਾਦ ਨਹੀਂ, ਤਾਂ ਕੋਈ ਫਾਇਦਾ ਨਹੀਂ ਹੋਣਾ, ਕੋਈ ਫਾਇਦਾ ਨਹੀਂ ਹੋਣਾ। ਇਹ ਗੱਲ ਯਾਦ ਰੱਖਿਆ ਜੇ, ਜਿਹੜਾ ਮੌਤ ਨੂੰ ਭੁੱਲ ਕੇ ਜ਼ਿੰਦਗੀ ਬਸਰ ਕਰੇਗਾ ਨਾ, ਉਹ ਬਰਬਾਦ ਹੋ ਜਾਏਗਾ। ਉਹ ਆਪਣੀ ਜਾਨ 'ਤੇ ਜ਼ੁਲਮ ਕਰ ਰਿਹਾ, ਜ਼ਿਆਦਤੀ ਕਰ ਰਿਹਾ ਆਪਣੇ ਆਪ ਨਾਲ, ਉਹ ਆਪਣੇ ਆਪ ਨਾਲ ਧੋਖਾ ਕਰ ਰਿਹਾ। ਉਹਨੂੰ ਵੇਲਾ ਯਾਦ ਰੱਖਣਾ ਚਾਹੀਦਾ ਕਿ ਇੰਨੀ ਕੁ ਜਗ੍ਹਾ, ਇੰਨੀ ਕੁ ਲੰਬੀ ਚੌੜੀ ਹੈ, ਅਤੇ ਮਰਨ ਤੋਂ ਬਾਅਦ ਮਾਂ ਬਾਪ ਨਾਲ ਵੱਧ ਸ਼ਹਿ ਰਿਸ਼ਤਾ ਕੋਲ ਨਹੀਂ ਹੁੰਦਾ, ਚੰਦ ਘੰਟੇ ਕੋਲ ਨਹੀਂ ਰੱਖਦਾ। ਚੁੱਕੋ ਬਾਈ, ਭਰਾਵਾਂ ਭੈਣਾਂ ਤੋਂ ਵੱਧ ਰਿਸ਼ਤਾ ਕੋਲ ਨਹੀਂ ਹੁੰਦਾ, ਚੰਦ ਘੰਟੇ ਨਹੀਂ ਰੱਖ ਸਕੀਦਾ, ਅਤੇ ਨਾ ਸਾਨੂੰ ਕੁਝ ਰੱਖਣਾ। ਇਹ ਨਹੀਂ ਤੇ ਕਿ ਜਦੋਂ ਇਹ ਜੇ ਜਨਾਜ਼ੇ 'ਤੇ ਆਓ ਤੇ ਵੇਖ ਕੇ ਤੁਹਾਨੂੰ ਸੋਚ ਆਉਣੀ ਚਾਹੀਦੀ ਏ, ਓਏ ਮਰਨਾ ਵੀ ਉਹਦਾ, ਜਿਉਣਾ ਵੀ ਉਹਦਾ ਜਿਹੜਾ ਮਦੀਨੇ ਵਾਲੇ ਦਾ ਗੁਲਾਮ ਏ, ਤੇ ਮਰਨਾ ਵੀ ਉਹਦਾ ਜਿਹੜਾ ਮਦੀਨੇ ਵਾਲੇ ਦਾ ਗੁਲਾਮ ਜੀ। ਉਹਦਾ ਕੀ ਜੀਣਾ ਜਿਹੜਾ ਸੂਦ ਖਾਂਦਾ ਪਿਆ, ਉਹਦਾ ਕੀ ਜੀਣਾ ਜਿਹੜਾ ਰਿਸ਼ਵਤ ਲੈਂਦਾ ਪਿਆ, ਉਹਦਾ ਕੀ ਜੀਣਾ ਜਿਹੜਾ ਮਿਲਾਵਟ ਕਰਦਾ ਪਿਆ, ਉਹਦਾ ਕੀ ਜੀਣਾ ਜਿਹੜਾ ਕਰਪਸ਼ਨ ਕਰਦਾ ਪਿਆ, ਉਹਦਾ ਕੀ ਜੀਣਾ ਜਿਹੜਾ ਕਿਸੇ ਦਾ ਹੱਕ ਖਾਂਦਾ ਪਿਆ, ਉਹਦਾ ਕੀ ਜੀਣਾ ਜਿਹੜਾ ਘੱਟ ਤੋਲਦਾ ਪਿਆ, ਘੱਟ ਨਾਪਦਾ ਪਿਆ, ਜ਼ੁਲਮ ਕਰਦਾ ਪਿਆ, ਆਪਣੀ ਜਾਨ 'ਤੇ ਕਰਦਾ ਪਿਆ, ਜੋ ਕਰਦਾ ਪਿਆ ਬਾਲਾਂ ਖਾ ਜਾਣਾ, ਜਿਹੜਾ ਬਚ ਗਿਆ ਬਾਲਾਂ ਵੰਡ ਲੈਣਾ, ਹਿਸਾਬ 'ਤੇ ਜਾ ਕੇ ਫਿਰ ਉਹਨੇ ਹੀ ਦੇਣਾ ਨਾ। ਸਮਝ ਆ ਰਹੀ ਕਿ ਨਹੀਂ ਆ ਰਹੀ? ਦੇਖੋ ਮੈਂ ਵਾਂ ਜੇ ਤੁਸੀਂ ਹੋ, ਸ਼ਾਦੀ ਹੁੰਦੀ ਇਹਨਾਂ ਦੇ ਘਰ ਖਰਚਾ ਦੇਣਾ ਸ਼ੁਰੂ ਕਰ ਦੇਈਦਾ, ਫਿਰ ਅੱਲਾ ਕੁੱਲ ਨੂੰ ਧੀਆਂ ਪੁੱਤਰ ਦੇਵੇ, ਧੀਆਂ ਪੁੱਤਰ ਦੇਈਂਦੇ, ਫਿਰ ਇਹਨਾਂ ਨੂੰ ਪੜ੍ਹਾਓ ਜੀ, ਖਵਾਓ ਜੀ, ਫਿਰ ਇਹਨਾਂ ਦੇ ਵਿਆਹ ਕਰੋ ਜੀ। ਸੁਣਿਆ ਸੀ ਧੀਆਂ ਪੂਰੇ ਵਿਆਹ ਦੇਈਏ ਨਾ ਤਾਂ ਜਾਨ ਛੁੱਟ ਜਾਂਦੀ ਹੈ। ਮੈਂ ਨਾਨਾ ਵੀ ਹਾਂ, ਦਾਦਾ ਵੀ ਹਾਂ, ਅੱਲਾ ਦੀ ਕਸਮੇ ਕੋਈ ਨਹੀਂ ਛੁੱਟਦੀ, ਅੱਗੇ ਨਾਲੋਂ ਜ਼ਿਆਦਾ ਫਸ ਜਾਂਦੀ ਹੈ। ਜੋ ਕਮਾਇਆ, ਇਹ ਗੱਲ ਮੈਂ ਕਰ ਦਿੰਦਾ ਖੁਰੇ ਮੁਨਾਸਬ ਇੱਕ ਨਹੀਂ, ਜੇ ਬੰਦਾ ਤਕਰੀਰਾਂ ਨਾਲ ਅਮੀਰ ਹੁੰਦਾ ਨਾ ਤਾਂ ਮੇਰੇ ਤੋਂ ਵੱਧ ਕੇ ਅਤੇ ਮੇਰੇ ਭਰਾ ਤੋਂ ਵੱਧ ਕੇ ਅਮੀਰ ਕਿਸੇ ਨਹੀਂ ਸੀ ਹੋਣਾ। ਪਤਾ ਨਹੀਂ ਕਿੱਥੋਂ ਦੌਲਤ ਆ ਗਈ ਹੈ, ਬਸ ਇੰਨੀ ਕਾਫੀ ਹੈ। ਜੇ ਤਾਂ ਬੰਦਾ ਤਕਰੀਰਾਂ ਨਾਲ ਅਮੀਰ ਹੁੰਦਾ ਨਾ ਤਾਂ ਭਾਈਆਂ ਰਹਿਮਤ ਨੂੰ ਤਾਂ ਵੱਧ ਕੇ ਅਮੀਰ ਕੋਈ ਨਾ ਹੁੰਦਾ, ਐਜ਼ ਏ ਖਤੀਬ ਮੇਰੇ ਨਾਲ ਵੱਧ ਕੇ ਨਹੀਂ ਹੁੰਦਾ, 50ਵਾਂ ਸਾਲ ਚੜ੍ਹ ਗਿਆ ਮੈਨੂੰ ਵੀ, ਕੋਈ ਡਿਮਾਂਡ 'ਚ ਕਮੀ ਨਹੀਂ। ਬਹਰਹਾਲ ਯਾਦ ਰੱਖਿਆ ਜੇ,
ਜੋ ਕਮਾਇਆ ਦਿੱਤਾ ਹੈ। ਦਾਦਾ ਨਾਨੇ ਬਣ ਗਿਆ, ਜਾਨ ਨਹੀਂ ਛੁੱਟੀ, ਖਾ ਗਿਆ ਬਾਲ ਬੱਚਾ। ਜਿੱਦਣ ਮੈਂ ਮਰ ਗਿਆ ਤਾਂ ਹਿਸਾਬ ਤੇ ਮੈਂ ਦੇਣਾ ਨਾ, ਫਿੱਟੇ ਮੂੰਹ ਤੇਰੀ ਜ਼ਿੰਦਗੀ ਦਾ ਬਦਨਸੀਬਾ, ਖਾ ਬੀਵੀ ਬੱਚੇ ਜਾਣ, ਖਾ ਲੱਗਦੇ ਜਾਣ, ਜਿਹੜਾ ਬਚ ਜੇ ਬਾਕੀ ਵੰਡ ਲੈਣ। ਮੌਜ ਉਹ ਕਰਨ ਲਿੱਤਰ ਅਸੀਂ ਖਾਈਏ, ਇਹ ਕਿਹੜੀ ਅਕਲਮੰਦੀ ਹੈ। ਉਹ ਖਾ ਔਲਾਦ ਜਾਏ, ਲਿੱਤਰ ਅਸੀਂ ਖਾਈਏ, ਵੰਡ ਔਲਾਦ ਜਾਏ ਤੇ ਸਾਹਬ ਅਸੀਂ ਦਈਏ। ਉੱਚੀ ਦੱਸੋ ਲੋਕੋ, ਉੱਚੀ ਦੱਸੋ, ਕਿਉਂ ਨਹੀਂ ਬੋਲਦੇ ਪੈ? ਇਹ ਬੇਵਕੂਫੀ ਹੈ ਕਿ ਨਹੀਂ? ਹਮਾਕਤ ਹੋਏ ਪੁੱਤਰਾਂ ਕੋਲੇ ਦੁਆ ਵੀ ਮੰਗਣ ਆਉਣੇ ਕਿ ਨਹੀਂ? ਬਲਕਿ ਅੱਜ ਕੱਲ੍ਹ ਤੇ ਪੁੱਤਰ ਇਹ ਤੇ ਖੁਸ਼ ਨਸੀਬ ਨੇ ਜਿਹਨਾਂ ਦੇ ਪੁੱਤਰ ਨੇ, ਜਿਹਨਾਂ ਦੇ ਅਸੀਂ ਪੁੱਤਰ ਹਾਂ। ਓਏ ਮੈਂ ਉਹ ਪੁੱਤਰ ਵਿਖਾਨਾ ਅਰਬਾਂ ਪਤੀਆਂ ਦੇ, ਜਿਹਨਾਂ ਨੂੰ ਪਿਓ ਜਨਾਜ਼ਾ ਨਮਾਜ਼ੇ ਜਨਾਜ਼ਾ ਸਿਖਾ ਕੇ ਨਹੀਂ ਗਿਆ, ਪੜ੍ਹਨਾ ਜਮਾਦੇ ਜਨਾਜ਼ਾ ਨਹੀਂ ਆਉਂਦਾ। ਮੈਂ ਬੜੇ ਦੁੱਖ ਨਾਲ ਕਹਿਣਾ ਪਿਆ, 100 ਬੰਦਾ ਇਕੱਠਾ ਕਰ ਲਓ, 80 ਨੂੰ ਜਨਾਜ਼ਾ ਕੋਈ ਨਹੀਂ ਆਉਂਦਾ, ਨਹੀਂ ਨਸਲ ਨੂੰ ਪਿਓ ਦਾ ਜਨਾਜ਼ਾ ਨਹੀਂ ਪੜ੍ਹ ਸਕਿਆ, ਮਾਂ ਦਾ ਜਨਾਜ਼ਾ ਨਹੀਂ ਪੜ੍ਹ ਸਕਿਆ। ਇਹ ਜਿਹਨਾਂ ਕੋਲ ਇਹ ਜੇ ਪੁੱਤਰ ਹੋਣ ਨਾ, ਜਾਂ ਭਾਈਆਂ ਵਰਗੇ ਮੇਰੇ, ਜਾਂ ਫੈਸਲ ਬੇਟਾ ਬੈਠਾ, ਜੇ ਜਿਹਨੇ ਹੋਏ ਸਾਤੇ ਰੱਬ ਦੀ ਰਹਿਮਤ ਨਾਲ ਧੱਕੇ ਨਾ ਜੰਨ ਚ ਵਾਰ ਛੱਡੇ, ਅਸੀਂ ਤੇ ਉਹ ਪੁੱਤਰ ਹਾਂ। ਮੁਫਤੀ ਸ਼ਬਾਨ ਸਾਹਿਬ ਬਿਆਨ ਨਹੀਂ ਕਰ ਰਹੇ, ਹਦੀਸ ਪਾਕ ਦੇ ਤਾਂ ਬਲਦੁਰ ਸਾਹਿਬ ਵਜ਼ਾਹਤ ਹੁਣ ਕਰ ਰਹੇ ਸਨ, ਜਿਹਦੇ ਪੁੱਤਰ ਨੂੰ ਦੁਆ ਮੰਗਣ ਨਹੀਂ ਆਉਂਦੀ ਉਹਦੇ ਵਾਸਤੇ ਜਾਗੀਰ ਬਣਾਉਣਾ ਪਿਆ, ਉਹਦੇ ਵਾਸਤੇ ਬਿਲਡਿੰਗਾਂ ਤੇ ਪਲਾਜ਼ੇ ਤੇ ਜਾਗੀਰਾਂ ਬਣਾਉਣਾ ਪਿਆ, ਜਿਹਨੂੰ ਤੇਰੇ ਕਬਰ ਤੇ ਦੁਆ ਮੰਗਣੀ ਨਹੀਂ ਆਉਣੀ। ਸਾਫ ਤੇ ਪੁੱਤਰ ਤੂੰ ਦੇਣਾ ਨਾ, ਓਏ ਜੀਣਾ ਵੀ ਹਜ਼ੂਰ ਦੇ ਗੁਲਾਮ ਦਾ ਤੇ ਮਰਨਾ ਵੀ ਹਜ਼ੂਰ ਦੇ ਗੁਲਾਮ ਦਾ। ਵਜ਼ੀਰ ਆਜ਼ਮ ਸਦਰ ਤੋਂ ਵੱਧ ਰਿਸ਼ਤਾ ਉਹਦਾ ਤੇ ਕੋਈ ਨਹੀਂ ਨਾ, ਅੱਲਾ ਦੀ ਕਸਮੇ ਕੱਖ ਵੀ ਨਹੀਂ ਜੇ, ਓਏ ਕੁਝ ਵੀ ਨਹੀਂ ਬੇਦੀਨ, ਇਹ ਕੁਝ ਵੀ ਨਹੀਂ ਜਿਹੜਾ ਹਜ਼ੂਰ ਕੋਲ ਦੂਰ ਏ। ਰਾਵੀ ਤੇ ਕੰਢੇ ਤੇ ਖਲੋ ਜਾ, ਉਰਾਂ ਵੀ ਕਬਰ ਏ, ਪਰਾਂ ਵੀ ਕਬਰ ਏ, ਉਰਾਂ ਮਹੱਲ ਵਾਲੇ ਮਕਬਰੇ, ਉਰਾਂ ਬਾਦਸ਼ਾਹ ਦੀ ਕਬਰ ਏ, ਪਰਾਂ ਫਕੀਰ ਦੀ ਕਬਰ ਏ, ਵੇਖ ਤੇ ਸਹੀ ਬਦਾ ਕੌਣ ਕਾਮਯਾਬ ਹੋਇਆ ਏ, ਵੇਖ ਤੇ ਸਹੀ। ਸੈਦ ਫਿਦਾ ਹੁਸੈਨ ਸ਼ਾਹ ਸਾਹਿਬ ਹਾਫਜ਼ਾਬਾਦੀ, ਅਲਾਮਾ ਮੁਹੰਮਦ ਹਨੀਫ ਚਿਸ਼ਤੀ ਸਾਹਿਬ, ਓਏ ਕੌੜੀ ਦੁਆਈ ਏ ਜ਼ਿੰਦਾਬਾਦ, ਹੈ ਕੌੜੀ ਗੋਲੀ, ਓਏ ਹੈ ਕੌੜੀ ਗੋਲੀ, ਪਰ ਸੁਲੀ ਲਿਖਾ ਲਓ, ਫਾਇਦਾ ਹੋਏਗਾ। ਚੌਕੀਦਾਰ ਜਿਵੇਂ ਹੋਕਾ ਤੇ ਦੇਣਾ, ਜਾਗ ਬਈ ਜਾਗ, ਮੈਂ ਕੋ ਨਿਮਕ ਹਰਾਮ ਚੌਕੀਦਾਰ ਤੇ ਨਹੀਂ ਨਾ। ਬੇਵਕੂਫ ਵਾਲੀ ਜ਼ਿੰਦਗੀ ਨਾ ਗੁਜ਼ਾਰੋ। ਕਈ ਬੰਦਿਆਂ ਨੇ ਜੀ ਅੱਲਾ ਨੇ ਬੜੀ ਮਿਹਰਬਾਨੀ ਕੀਤੀ, ਅੱਲਾ ਦਾ ਬੜਾ ਕਰਮ ਹੋ ਗਿਆ, ਕੀ ਮੇਰੀ ਬੀਬੀ ਮਿੰਬਰ ਬਣ ਗਈ। ਯਕੀਨ ਕਰੋ ਉਹਨੇ ਮੈਨੂੰ ਇੰਜ ਹੀ ਆਖਿਆ ਜੀ, ਓ ਸ਼ਾਹ ਜੀ ਛੱਡੋ ਬਾਦਸ਼ਾਹ, ਬਾਦਸ਼ਾਹ ਨਹੀਂ ਆਉਂਦਾ, ਛੱਡੋ ਬਾਦਸ਼ਾਹ, ਇੱਥੇ ਲੋਕ ਮਠਿਆਈਆਂ ਲੈ ਕੇ ਆਏ, ਅੱਲਾ ਨੇ ਰਹਿਮਤ ਹੀ ਬੜੀ ਕੀਤੀ ਹੈ। ਆ ਵੇਖੋ ਕਿੰਨਾ ਦਿਮਾਗ ਖਰਾਬ ਤੇ ਬਦਨਸੀਬ ਲੋਕ ਨੇ,
ਅੱਲਾ ਦੀ ਬੜੀ ਮਿਹਰਬਾਨੀ ਹੋਈ, ਅੱਲਾ ਦੀਆਂ ਖੈਰਾਂ ਹੋ ਗਈਆਂ। ਮੈਂ ਕਿਹਾ ਹੋਇਆ ਕੀ ਆ, ਹੋਏ ਮੈਂ ਪਰੇਸ਼ਾਨ, ਮੈਨੂੰ ਕੀ ਮਿਲ ਗਿਆ? ਆਂਦਾ ਮੇਰੀ ਬੀਬੀ ਬੀਬੀ ਮਿੰਬਰ ਬਣ ਗਈ ਏ। ਮੈਂ ਕਿਹਾ ਲੱਖ ਦੀ ਲਾਨਤ ਤੇਰੇ ਤੇ, ਤੇਰੇ ਤੇ ਅੱਲਾ ਦਾ ਗਜ਼ਲ ਹੋ ਗਿਆ, ਬੀਬੀ ਮਿੰਬਰ ਬਣ ਜਾਏ ਤੇ ਅੱਲਾ ਦੀ ਰਹਿਮਤ ਨਾ ਸਮਝੀ, ਬੀਬੀ ਜ਼ਹਰਾ ਦੀ ਗੁਲਾਮ ਬਣ ਜਾ ਤੇ ਫਿਰ ਅੱਲਾ ਦੀ ਸੱਲੱਲਾਹੁ ਅਲੈਹਿ ਵਸੱਲਮ। ਉਹ ਜੇ ਬੇਟੀ ਨਾਲ ਵਫਾ ਕਰਨਾ ਚਾਹਨਾ, ਮੌਤ ਕੋਲੋਂ ਡਰ ਹੋਏ, ਜੇ ਬੀਵੀ ਪਿਆਰੀ ਲੱਗਦੀ ਆ ਤੇ ਉਹਦੇ ਨਾਲ ਵਫਾ ਕਰਨਾ ਚਾਹਨਾ, ਜੇ ਮਾਂ ਦਾ ਬਾਪ ਦਾ ਭੈਣ ਨਾਲ ਵਫਾ ਕਰਨਾ ਚਾਹਨਾ, ਉਹਨੂੰ ਸ਼ਾਦੀਆਂ 'ਚ ਨੱਚਣ ਨਾ ਦਿਆ ਕਰ। ਇਹ ਤੇਲ ਮਹਿੰਦੀ ਨਾ ਬਣਾਇਆ ਕਰੋ, ਮੌਤ ਯਾਦ ਰੱਖੋ। ਕੁੜੀਆਂ ਮੁੰਡੇ ਇਕੱਠੇ ਤੇ ਗੈਰਤ ਵੀ ਗੁਵਾਰਾ ਨਹੀਂ ਕਰਦੀ ਉਹ ਜਿਹੜੇ ਕੰਮ 'ਚ ਮੁਸਲਮਾਨ ਪੈ ਗਏ ਨੇ। ਫਿਰ ਨਿਕਾਹ ਜਦੇ ਦੂਲਾ ਘਰ ਆਉਣ ਲੱਗਾ ਆਲੇ ਦੁਆਲੇ, ਉਹ ਕੁੜੀ ਮੁੰਡਾ ਪਾ ਕੇ ਤੇ ਫੋਟੋਬਾਜ਼ੀ ਸ਼ੁਰੂ ਕਰ ਦਿੰਦੇ ਨੇ, ਤੈਨੂੰ ਮਰਨਾ ਯਾਦ ਨੇ? ਕੁੜੀਆਂ ਮੁੰਡੇ ਜਿਹੜੇ ਮੇਰੇ ਆਉਂਦੇ ਉਹ 65-66 ਸਾਲ ਦੇ, ਬੋਲੋ ਅਸੀਂ ਘਰ ਆਉਂਦੇ ਸਾਰ ਸਾਡੀਆਂ ਮਾਵਾਂ ਦੀਆਂ ਸਨ, ਵੀਰ ਆ ਗਈ, ਭਰਾ ਆ ਗਏ, ਚੁੰਨੀ ਲੈ ਲੈ, ਕੱਪੜਾ ਲੈ ਲੈ, ਕੋਈ ਭੈਣ, ਕੋਈ ਭਤੀਜੀ, ਕੋਈ ਭਣੇਵੀ, ਨੰਗੇ ਸਿਰ ਸਾਨੂੰ ਨਹੀਂ ਸੀ ਮਿਲਦੀ। ਚਾਚਾ ਆ ਗਿਆ, ਤਾਇਆ ਆ ਗਿਆ, ਮਾਮਾ ਆ ਗਿਆ, ਫੁੱਫਾ ਆਇਆ। ਹੁਣ ਲੋਕ ਦੱਸਦੇ ਨੇ ਚਾਚਾ ਵੀ ਵਿੱਚੇ ਹੀ ਹੁੰਦਾ, ਤਾਇਆ ਵੀ ਵਿੱਚੇ ਹੀ ਹੁੰਦਾ, ਉਹ ਭਰਾ ਵੀ ਵਿੱਚੇ ਹੀ ਹੁੰਦੇ ਨੇ। ਤੇ ਕੁੜੀਆਂ ਮੁੰਡੇ ਇਕੱਠੇ ਕਰਕੇ ਮੋਬਾਈਲਾਂ 'ਤੇ ਉਹ ਜਿਨ੍ਹਾਂ ਕੋਲੋਂ ਡਰਦੀਆਂ ਸਨ ਉਹ ਆਪ ਫੋਟੋ ਬਣਾਉਂਦੇ ਨੇ। ਜਨਾਜ਼ੇ 'ਤੇ ਆਇਆ ਤੇ ਤੂੰ ਵੀ ਯਾਦ ਕਰ ਲੈ, ਮੈਂ ਵੀ ਯਾਦ ਕਰ ਲਾਂ, ਅਸਾਂ ਵੀ ਮਰਨਾ, ਅਸਾਂ ਵੀ ਰੱਬ ਦੀ ਬਾਰਗਾਹ 'ਚ ਪੇਸ਼ ਹੋ ਜਾਣਾ। ਓਏ ਇੱਕ ਪਾਸੇ ਆ ਮੰਦਲਾਂ ਵੇਖੋ, ਕੋਠੀਆਂ ਤੇ ਬਿਲਡਿੰਗਾਂ ਤੇ ਸੋਲਰ ਤੇ ਜਨਰੇਟਰ, ਇੱਕ ਪਾਸੇ ਉਹ ਕਿੰਨੀ ਕੁ ਥਾਂ ਮੇਰਾ ਹੋ ਜਰਾ ਅਮਰੇ ਵੇਖੋ। ਓਏ ਤੇਰਾ ਲੰਬਾ ਸਫ਼ਰ ਮੁਸਾਫਰਾ ਔਖੇ ਪੈਣੇ ਰਾ, ਉਹ ਤੈਨੂੰ ਦੇਸ ਨਿਕਾਲਾ ਦੇਣਗੇ ਮਿਲ ਕੇ ਭੈਣ ਭਰਾ, ਇੱਥੋਂ ਉੱਡ ਜਾ ਬੋਲਿਆ ਪੰਛੀਆ, ਇੱਥੇ ਲੈਂਦੇ ਨਿਫਾਈਆਂ ਪਾ, ਕਿਸੇ ਨਾਲ ਵਫਾ ਨਹੀਂ ਕੀਤੀ ਇਸ ਦੁਨੀਆ ਬੇ ਇਤਬਾਰੀ, ਹੋਏ ਇੱਥੇ ਕਿਸੇ ਦੇ ਪੈਰ ਨਹੀਂ ਲੱਗੇ, ਸਭ ਟੁਰ ਗਏ ਵਾਰੀ ਵਾਰੀ, ਓਏ ਬੰਦਿਆ ਡਰ ਜਾ, ਓਏ ਪਾਕ ਅੱਲਾ ਤੂੰ ਨਹੀਂ ਤੇ ਰੋਸੇ ਟੁਰਦੀ ਵਾ। ਕਿਤੇ ਜਨਾਜ਼ੇ ਤੇ ਜਾਇਆ ਅਸੀਂ ਕਿੰਨੇ ਬਦਨਸੀਬ ਆ, ਸਾਨੂੰ ਆਪਣੀ ਮੌਤ ਯਾਦ ਨਹੀਂ ਆਉਂਦੀ। ਕਿਸੇ ਕਬਰ ਤੇ ਮੰਗਦੇ ਹਾਂ ਦੁਆ, ਸਾਨੂੰ ਆਪਣੀ ਮੌਤ ਯਾਦ ਨਹੀਂ ਆਉਂਦੀ।
ਕਿਸੇ ਜਨਾਜ਼ੇ ਪੜ੍ਹਨ ਲੱਗਿਆਂ, ਕਿਸੇ ਦੇ ਫਾਤੇ ਆਉਣ ਲੱਗਿਆਂ, ਜਨਾਜ਼ਾ ਵੀ ਪੜ੍ਹ ਆਉਂਦੇ ਹਾਂ, ਰਿਸ਼ਵਤ ਵੀ ਲੈਂਦੇ ਹਾਂ, ਫਤਿਹਾ ਵੀ ਆਖ ਹੁੰਦੇ ਹਾਂ, ਸੂਦ ਵੀ ਖਾਂਦੇ ਹਾਂ, ਮਿਲਾਵਟ ਵੀ ਕਰ ਰਹੇ ਹਾਂ, ਦੌੜ ਲੱਗੀ, ਪੁੱਤਰ ਇਹ ਪੈਸਾ ਔਲਾਦ ਖਾ ਜਾਣਾ ਹੀ, ਇਹਨਾਂ ਵੰਡ ਲੈਣਾ ਹੀ, ਹਿਸਾਬ ਤੈਨੂੰ ਦੇਣਾ ਪੈਣਾ ਹੈ, ਤੈਨੂੰ ਦੇਣਾ ਪੈਣਾ, ਜੇ ਮੈਂ ਕਰਾਂਗਾ ਤਾਂ ਮੈਨੂੰ ਦੇਣਾ ਪੈਣਾ। ਔਰ ਯਾਦ ਰੱਖੋ, ਮਸੀਤਾਂ ਮਦਰਸਿਆਂ ਦੇ ਐਲਾਨ ਹੁੰਦੇ ਰਹਿੰਦੇ ਨੇ, ਮੈਂ ਦੁਆ ਕਰਨਾ ਇਹਨਾਂ ਦੇ ਮੁਆਮਿਨੀਨ ਜਿਹਨਾਂ ਵਾਸਤੇ ਐਲਾਨ ਹੋਏ, ਅੱਲਾ ਜਿਹਨਾਂ ਇਹ ਬਣਾਇਆ, ਜਿਹੜੇ ਅੱਗੋਂ ਬਣਾਉਣਗੇ, ਅੱਲਾ ਇਹਨਾਂ ਸਾਰਿਆਂ ਨੂੰ ਜਜ਼ਾਏ ਖੈਰ ਤਾਂ ਫਰਮਾਏ। ਪਰ ਮਸਲਾ ਸੁਣ ਲਓ, ਜਿਹਦੇ ਪੈਸੇ ਆਰਾਮ ਦੇ ਰਹੇ ਨਾ, ਉਹਨਾਂ ਦਿਆ ਕਰੋ, ਉਹ ਕੋ ਨਹੀਂ ਲੱਗਣੇ ਮਸੀਤੇ, ਉਹ ਬੈਂਕ 'ਚ ਵੀ ਨਫ਼ਾ ਲੱਗਾ ਨਹੀਂ, ਅਤੇ ਵਹਿਣੀਆਂ 'ਤੇ ਲਾਉਂਦੇ ਅਸੀਂ ਮੋਲੀ, ਵਹਿਣੀਆਂ 'ਤੇ ਮਸੀਤੇ ਨਹੀਂ ਲਾਉਂਦੇ, ਗੁਸਲਖਾਨਿਆਂ 'ਤੇ ਲਾਉਂਦੇ ਹਾਂ। ਹਰਾਮ ਦੀ ਕਮਾਈ ਕਰਨ ਵਾਲੇ ਨੂੰ ਹੱਜ ਕਰਨ ਨਹੀਂ ਜਾਣਾ ਚਾਹੀਦਾ, ਹਰਾਮ ਦੀ ਕਮਾਈ ਕਰਨ ਵਾਲੇ ਨੂੰ ਉਮਰੇ ਕਰਨ ਨਹੀਂ ਜਾਣਾ ਚਾਹੀਦਾ। ਤੁਸੀਂ ਤਾਂ ਬੜੇ ਅੱਛੇ ਲੋਕ ਬੈਠੇ ਹੋ, ਮੈਂ ਹੀ ਹਾਂ, ਅਗਰ ਮੇਰੇ ਕੋਲ ਮੇਰਾ ਰਿਜ਼ਕੇ ਆਰਾਮ ਹੈ, ਇਹ ਕੱਪੜੇ ਆਰਾਮ ਦੀ ਕਮਾਈ ਨਾਲ ਹੈ, ਪਾਸਪੋਰਟ ਆਰਾਮ ਦੀ ਕਮਾਈ ਨਾਲ ਹੈ, ਅਤੇ ਉੱਥੋਂ ਦਾ ਖਰਚਾ ਵੀ ਕਿਸ ਬੂਥੇ ਨਾਲ ਮੈਂ ਜਾਣਾ ਹੈ, ਨਹੀਂ ਜਾਣਾ ਚਾਹੀਦਾ। ਇੰਝ ਹੱਥ ਚੁੱਕ ਕੇ ਸ਼ੇਖ ਉਲ ਹਦੀਸ ਬੈਠੇ ਮੇਰੇ ਸੱਜੇ ਖੱਬੇ, ਕਿਹਾ ਮੇਰਾ ਪੁੱਤਰ ਵੀ ਮਾਸ਼ਾਅੱਲਾ ਹਦੀਸ ਪੜ੍ਹਾਉਂਦਾ ਅਤੇ ਪੜ੍ਹਦਾ, ਅੱਲਾ ਹੋਰ ਇੱਜ਼ਤ ਦੇਵੇ, ਇੰਝ ਖਲੋ ਕੇ ਦੁਆਵਾਂ ਕਰਦੇ ਨੇ, ਅਤੇ ਸਰਕਾਰ ਵੇਖ ਕੇ ਫਰਮਾਉਂਦੇ ਨੇ, ਦੁਆ ਕਰਦਾ ਵੇਖੋ, ਇਹਦੇ ਅੰਦਰ ਵੀ ਪਲੀਤ, ਇਹਦੇ ਬਾਹਰ ਵੀ ਪਲੀਤ ਹੈ, ਇਹਦੀ ਦੁਆ ਕਿਵੇਂ ਕਬੂਲ ਹੋਵੇ? ਉਹ ਪਾਕ ਅਤੇ ਪਾਕਾਂ ਨੂੰ ਪਸੰਦ ਕਰਦਾ ਹੈ। ਕਿਉਂ ਆਪਣੀ ਜਾਨ 'ਤੇ ਜ਼ੁਲਮ ਕਰਦੇ ਹੋ? ਖਾ ਤੇ ਔਲਾਦ ਜਾਣਾ ਹੈ। ਔਰ ਗੱਲ ਯਾਦ ਰੱਖਿਆ ਜੇ, ਮੈਂ ਵਾਦ ਪਿਆ ਕਰਨਾ ਸੰਘ ਪਾਠ ਪਾੜ ਕੇ, ਅਤੇ ਮੈਂ ਖਾਣ ਲੱਗਿਆ ਨਾ ਸੋਚਿਆ ਹਰਾਮ ਹੈ ਕਿ ਹਲਾਲ ਹੈ, ਅਤੇ ਮੈਨੂੰ ਚੋਖੇ ਲਿੱਤਰ ਵੱਜਣੇ ਨੇ, ਆਹ ਬਗੈਰ ਤਾਂ ਲੋਕਾਂ ਕੇ ਤਕੀਰਾਂ ਕਰਨ ਵਾਲਿਆ, ਆਹ ਤੈਨੂੰ ਸ਼ਰਮ ਨਾ ਆਈ, ਆਹ ਤੈਨੂੰ ਗੈਰਤ ਨਾ ਆਈ, ਮਿੰਬਰ ਤੇ ਬਹਿ ਕੇ ਤਕੀਰਾਂ ਕਰਦਾ ਸੀ, ਰੱਬਾਂ ਕੇ ਮਾਰੋ ਇਹਨੂੰ ਲਿੱਤਰ, ਇਹ ਤਕਰੀਰਾਂ ਤੇ ਕਰਦਾ ਸੀ, ਆਪ ਹਰਾਮ ਖਾ ਲੈਂਦਾ ਸੀ, ਇੰਜੂ ਹੋਣੇ ਮੈਨੂੰ ਪਤਾ ਹੈ। ਅਤੇ ਜੇ ਸੱਚੀ ਗੱਲ ਸੁਣ ਕੇ ਇੱਥੇ ਤੁਸੀਂ ਤੋਬਾ ਕਰਕੇ ਨਾ ਗਏ, ਤਾਂ ਤੁਹਾਡਾ ਵੀ ਨੁਕਸਾਨ ਹੋਣਾ ਹੈ। ਯਾਦ ਰੱਖਿਆ ਜੇ, ਤੋ ਮੇਰੇ ਗੱਲ ਕਰਨ ਦਾ ਮਕਸਦ ਕਿਸੇ ਦੀ ਤੁਹੀਨ ਨਹੀਂ, ਮੈਂ ਕੋਈ ਹਿੱਟ ਨਹੀਂ ਕਰ ਰਿਹਾ, ਮੇਰਾ ਮਕਸਦ ਇਹ ਵੇ ਆਓ ਰੱਬ ਕੋਲੋਂ ਡਰ ਕੇ, ਸੱਚੀ ਤੋਬਾ ਕਰਕੇ, ਕਬਰ ਨੂੰ ਯਾਦ ਕਰਕੇ ਜਦੋਂ ਜ਼ਿੰਦਗੀ ਗੁਜ਼ਾਰੇਗਾ ਨਾ, ਮੈਂ ਇਹਨਾਂ ਉਲਮਾ ਦੀ ਵਜੂਦ ਵਿੱਚ ਕਹਿੰਦਾ, ਬੜੇ ਬੜੇ ਨੇਕ ਆਲਮ ਬੈਠੇ ਨੇ, ਮੈਂ ਤਾਂ ਗੁਨਾਹਗਾਰ ਸੁਸ ਜਿਹਾ ਬੰਦਾ ਵਾਂ, ਜਿਹੜਾ ਸੱਚੀ ਤੋਬਾ ਕਰਕੇ ਇੱਕ ਵਾਰੀ ਉਹਦੇ ਬਾਹਰ ਝੁਕਤੇ ਸਹੀ, ਅਰਬਾਂ ਪਤੀ ਹੋ ਜਾ, ਤੈਨੂੰ ਉਹ ਸਕੂਨ ਨਹੀਂ ਮਿਲਣਾ ਜਦੋਂ ਰੱਬ ਕੋਲੋਂ ਡਰ ਕੇ। ਹਜ਼ੂਰ ਸ਼ੇਖ ਉਲ ਇਸਲਾਮ ਖਾਜਾ ਕਮਰਉਦੀਨ ਸਿਆਲਵੀ ਰਹਿਮਤੁੱਲਾਹ ਫਰਮਾਉਂਦੇ ਹੁੰਦੇ ਸਨ, ਮੈਂ ਖੁਦ ਲਫ਼ਜ਼ ਸੁਣੇ ਨੇ, ਉਹ ਕਿੰਨਾ ਬਖਤਾਂ ਵਾਲਾ ਹੈ ਜਿਹਨੂੰ ਅੱਖ ਮਿਲਦੀ ਹੈ, ਕਦੀ ਰੱਬ ਦੇ ਖੌਫ ਨਾ ਰੋਂਦਾ, ਕਦੀ ਮਦੀਨੇ ਵਾਲੇ ਦੇ ਇਸ਼ਕ ਨਾ ਰੋਂਦਾ। ਜ਼ਿੰਦਗੀ ਪੈਦਾ ਕਰ, ਅੱਲਾ ਮੈਨੂੰ ਤੇ ਤੁਹਾਨੂੰ ਅਮਲ ਦੀ ਤੌਫੀਕ ਤਾਂ ਫਰਮਾਏ, ਜੇ ਮੈਂ ਨਾ ਅਮਲ ਕੀਤਾ ਤਾਂ ਵੱਡਾ ਨੁਕਸਾਨ ਮੇਰਾ ਹੋਣਾ ਅਤੇ ਤੁਹਾਡਾ ਵੀ ਹੋ ਜਾਣਾ। ਜੇ ਜਦੋਂ ਕਿਸੇ ਜਨਾਜ਼ੇ 'ਚ ਆਓ, ਜਦੋਂ ਕਿਸੇ ਫਾਤਿਹਾ 'ਤੇ ਆਓ, ਜਦੋਂ ਕਿਸੇ ਤਸੀਹੇ 'ਤੇ ਆਓ, ਕਮ ਜ਼ ਕਮ ਇਹ ਤਾਂ ਖਿਆਲ ਆਏ ਨਾ, ਅਸਾਂ ਵੀ ਮਰਨਾ। 100 ਬੰਦਾ ਇਕੱਠਾ ਕਰ ਲਓ, 80 ਨੇ ਦਾਦਾ ਕੋਈ ਨਹੀਂ ਵੇਖਿਆ, ਐਰਾ ਵਾਲੀ ਕਬਰਸਤਾਨ ਜਾਓ, ਹਾਫਸਾਬਾਦ ਸਾਡੇ ਦੇ ਵੜੇ ਨੂੰ ਬੜਾ ਕਬਰਸਤਾਨ,
ਇਹ ਉਹ ਕਬਰਸਤਾਨ ਹੈ ਜਿੱਥੇ ਕਰੋੜਾਂ ਬੰਦਿਆਂ ਤੋਂ ਜ਼ਿਆਦਾ ਦਫਨ ਹੋ ਗਏ ਨੇ ਤੇ ਕਬਰਾਂ ਚੰਦ ਦਿਸਦੀਆਂ ਨੇ, ਅਰਬਾਂ ਕਰੋੜਾਂ ਦੀਆਂ ਕਬਰਾਂ ਦੇ ਨਿਸ਼ਾਨ ਮਿਟ ਗਏ ਨੇ। ਕਬਰ ਵੀ ਉਹੀ ਆਬਾਦ ਹੈ ਜਿਹੜੀ ਮਦੀਨੇ ਵਾਲੇ ਦਾ ਗੁਲਾਮ ਬਣ ਗਿਆ। ਮੈਂ ਕੁਰਬਾਨ ਉਹਨਾਂ ਸੀ ਬਾਹੂ ਕਬਰ ਜਿਨ੍ਹਾਂ ਦੀ ਜੀਵੇ। ਉਹ ਫਿਰ ਮੈਨੂੰ ਰਾਵੀ ਦਾ ਕੰਡਾ, ਇਹ ਸਤਲੁਜ ਦੇ ਇੱਕ ਸਤਲੁਜ ਦੇ ਕੰਡੇ ਤੇ ਬੈਠੇ ਬਾਬਾ ਫਰੀਦ, ਇਹ ਚਨਾਬ ਦੇ ਕੰਡੇ ਤੇ ਬੈਠੇ ਆਬਾਦੀਆਂ ਤੇ ਹੁਣ ਬਣੀਆਂ ਨੇ ਜਿਹਨਾਂ ਪੜਿਆ ਨੂੰ ਪਤਾ ਹੈ, 8-9 ਕਿਲੋਮੀਟਰ ਦੂਰ ਸਨ ਬਾਬਾ ਫਰੀਦ ਤੇ ਰਾਵੀ ਦਾ ਕੰਡਾ ਵੀ ਲਾਹੌਰ ਦਾ ਐਂਡ ਸੀ। ਇਹ ਪੁੱਲ ਤੇ ਖਲੋ ਜਾਓ ਨਾ, ਪੂਰਾ ਵੀ ਕਬਰ ਹੈ, ਪਰਾਂ ਵੀ ਕਬਰ ਹੈ। ਉਹ ਮਹਾਲਾ ਵਾਲੀ ਕਬਰ 'ਚ ਖੋਤੇ ਚੁੱਕਦੇ ਨੇ, ਉੱਥੇ ਆ ਕੇ ਅਦਾਕਾਰ ਦੇ ਗੁਲੂਕਾਰ ਸ਼ੂਟਿੰਗ ਕਰਦੇ ਨੇ। ਇਹ ਲੁੱਟਣ ਵਾਲੇ ਗੌਰਮੈਂਟ MNA MPA ਵਜ਼ੀਰ ਕੋਈ ਫਰੈਸ਼ ਹੋਣ ਤੇ ਉੱਥੇ ਕੰਜਰ ਗਾਉਣ ਵਾਲੇ ਸੱਦ ਲੈਂਦੇ ਨੇ, ਸਟੇਜ ਲਾ ਕੇ ਗਾਉਂਦੇ ਨੇ। ਕਬਰ ਤੇ ਉੱਥੇ ਵੀ ਹੈ ਤੇ ਜਿਹੜਾ ਕੁੱਲੀ 'ਚ ਬਾਬਾ ਬੈਠਾ ਜਿਹਦੇ ਕੋਲ ਮੰਜੀ ਵੀ ਕੋਈ ਨਹੀਂ ਸੀ, ਨਾਲ ਮਸਜਿਦ ਬਣਾਈ ਹੈ, ਨਮਾਜ਼ਾਂ ਬਣਾਈਆਂ, ਦਰਸੇ ਕੁਰਾਨ ਦਿੱਤਾ, ਦਰਸੇ ਹਦੀਸ ਦਿੱਤਾ। ਇਹ ਜਿਹੜੀ ਕਸ਼ਫੁਲ ਮੌਜੂਬ ਹੈ ਇਹ ਵੀ ਦਰਸੇ ਤਸਵਫ ਜਿਹੜਾ ਨਾ ਉਹ ਮੁਰੱਤਬ ਕੀਤਾ ਗਿਆ। ਬੇੜਾ ਗਰਕ ਵੀ ਤੁਹਾਡਾ ਉਦੋਂ ਹੋਇਆ ਜਦੋਂ ਗੱਦੀ ਨਸ਼ੀਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਜੇ। ਮੈਨੂੰ ਤਾਂ ਅੱਜ ਤੱਕ ਇਹ ਸਮਝ ਨਹੀਂ ਆਉਂਦੀ ਆ ਸਜਾਦਾ ਨਸ਼ੀਨ ਹੋਣਾ ਇਸਲਾਮ 'ਚ ਕਿਹੜਾ ਅਹੁਦਾ ਹੈ। ਤੁਹਾਨੂੰ ਕਸਮ ਲੱਗੇ ਜੇ ਮੈਨੂੰ ਨਾ ਡੱਕੋ ਜੇ ਮੈਂ ਝੂਠ ਬੋਲਣਾ ਤੇ ਪਿਆ, ਜੇ ਗੱਲ ਸੱਚੀ ਹੈ ਤਾਂ ਤੁਸੀਂ ਆਪਣਾ ਬੇੜਾ ਕਰਦੇ ਹੋ ਪੈ ਅਤੇ ਨਾਲ ਕੌਮ ਦਾ ਕਿਉਂ ਕਰਦੇ ਹੋ ਪੈ। ਅੱਛੇ ਬੰਦਿਆਂ ਦੀ ਅਸੀਂ ਕਦਰ ਕਰਨ ਵਾਲੇ ਹਾਂ। ਮੈਂ ਔਲੀਆਲਾ ਦੇ ਬੇਦਮ ਨੂੰ ਕੁੱਤੇ ਨੂੰ ਭੈੜਾ ਸਮਝਣਾ, ਰਾਹ ਤਾਂ ਕੋਈ ਨਹੀਂ, ਮੈਂ ਮਰ ਜਾ ਆਪਣਾ ਪੁੱਤਰ ਬਹਿ ਜੇ, ਉਹ ਮਰਨਾ ਮੇਰਾ ਪੋਤਰਾ ਬਹਿ ਜੇ, ਇਹ ਕੀ ਤਰੀਕਾ ਹੈ? ਨੂਹ ਦਾ ਪੁੱਤਰ ਅਲੈਹਿ ਸਲਾਤੁ ਵਸਲਾਮ, ਨਬੀ ਦਾ ਪੁੱਤਰ ਵਿਗੜ ਜੇ ਅਸੀਂ ਨਹੀਂ ਮੰਨਦੇ, ਸਾਬੀ ਦਾ ਪੁੱਤਰ ਵਿਗੜ ਜੇ ਅਸੀਂ ਨਹੀਂ ਮੰਨਦੇ, ਤੂੰ ਜਹਿਲਾਂ ਦੀ ਅਤੇ ਵੱਧ ਅਕੀਦਿਆਂ ਦੀ ਜਾ ਕੇ 10,000 ਵਾਸਤੇ ਤਾਰੀਫ ਕਿਉਂ ਕਰਨਾ? ਤੈਨੂੰ ਸ਼ਰਮ ਨਹੀਂ ਆਉਂਦੀ ਰੋਂਦਾ ਮੌਲਵੀ ਬਣਨ ਨੂੰ? ਨਿਮਕ ਹਰਾਮ ਮੌਲਵੀ ਹੈ, ਬਦਬਖਤ ਮੌਲਵੀ ਹੈ ਉਹ ਜਿਹੜਾ ਇਸ ਮਿੰਬਰ ਨਾਲ ਧੋਖਾ ਕਰ ਰਿਹਾ, ਜਿਹੜਾ ਇਸ ਦੀਨ ਨਾਲ ਧੋਖਾ ਕਰ ਰਿਹਾ। ਤੇਰੀ ਇੱਜ਼ਤ ਇਸ ਮਿੰਬਰ ਦਾ ਇੱਥੇ ਹੋਰ ਲੋਕ ਕੋਈ ਨਹੀਂ, ਇੱਥੇ ਟੀਚਰ ਬੜੇ ਰਿਟਾਇਰ ਹੋਏ ਨੇ। ਗੱਖੜ ਮੰਡੀ ਮੈਂ ਇੱਕ ਵਾਰੀ ਗੱਲ ਕੀਤੀ, ਸ਼ਹੀਦ ਕਰਾਮਤ ਅਲੀ ਸ਼ਾਹ ਸਾਹਿਬ ਗੈਠਨ ਚਲੇ ਗਏ ਨੇ, ਮੇਰੇ ਭਾਈ ਸ਼ਹੀਦ ਮੁਹੰਮਦ ਹੁਸੈਨ ਸ਼ਾਹ ਸਾਹਿਬ, ਇੰਝ ਗੱਲ ਹੋਈ, ਇਹ ਮੌਲਾਨਾ ਮੁਹੰਮਦ ਨੀਸਾ ਚਿਸ਼ਤੀ ਇਹ ਵੀ ਟੀਚਰ ਰਿਟਾਇਰ ਹੋਏ ਨੇ, ਮੈਂ ਮੌਜੂਦ, ਮੇਰੇ ਨਾਲ ਗੱਲ ਹੋਈ ਹੈ। ਉਹ ਮੈਂ ਕਿਹਾ ਬਾਬਾ ਇਹ ਐਵੇਂ ਨਾ ਤਨਹਾਵਾਂ ਗਿੜਿਆ ਕਰੋ, ਟੀਚਰ ਇੱਥੇ ਹੋਰ ਵੀ ਐਣ, ਚਿਸ਼ਤੀ ਚਿਸ਼ਤੀ ਇਹ ਸ਼ਾਹਜੀ ਸ਼ਾਹਜੀ ਗੱਖੜ ਭਾਈ ਮੁਹੰਮਦ ਹੁਸੈਨ ਸ਼ਾਹ ਰਹਿਮਤੁੱਲਾਹ। ਮੈਂ ਕਿਹਾ ਟੀਚਰ ਹੋਣ ਦੀ ਵਜ੍ਹਾ ਤਾਂ ਨਹੀਂ ਹੁੰਦੀ ਬਾਈ, ਇਹ ਮਦੀਨੇ ਵਾਲੇ ਦੇ ਕਮੀ ਹੋਣ ਦੀ ਵਜ੍ਹਾ ਤਾਂ ਹੁੰਦੀ ਹੈ ਬਾਈ। ਮੈਂ ਪੜ੍ਹਨਾ ਪੜ੍ਹਨਾ ਜੀ, ਸਾਡੀਆਂ ਇਸ਼ਤਾਂ ਹਜ਼ੂਰ ਦਾ ਸਤਕਾਰ, ਸਾਡਾ ਬਲਕਿ ਖਾਣਾ ਪੀਣਾ ਰਹਿਣਾ ਇਸਤਕਬਾਲ, ਇਹ ਮਿੰਬਰ ਦਾ ਸਤਕਾਰ, ਇਹ ਦੀਨ ਦਾ ਸਤਕਾਰ, ਇਸ ਜ਼ਿਕਰ ਦਾ ਸਤਕਾਰ। ਅਤੇ ਤੂੰ ਖਾਏ ਮਿੰਬਰ ਮੁਸੱਲੇ ਦਾ ਅਤੇ ਝੂਠਿਆਂ ਪੀਰਾਂ ਦੀਆਂ ਤਾਰੀਫਾਂ ਕਰਨਾ, ਕਿਹੜਾ ਮੂੰਹ ਲੈ ਕੇ ਜਾਏਗਾ ਹਜ਼ੂਰ ਦੀ ਬਾਰਗਾਹ 'ਚ? ਹਾਂ, ਜਿੱਥੇ ਅੱਲਾ ਦਾ ਵਲੀ ਮਿਲੇ ਉਹਦੇ ਹੱਥ ਚੁੰਮ ਲਿਆ ਕਰ ਅਤੇ ਇਤਰਾਮ ਕਰਿਆ ਕਰ। ਅਤੇ ਵਲੀ ਅੱਲਾ ਹੈ, ਹੁਣ ਵਲੀ ਅੱਲਾ ਬਣਦੇ ਹੀ ਉਦੋਂ ਨੂੰ ਜਦੋਂ ਅੱਬਾ ਮਰੇ। ਜਦੋਂ ਅੱਬਾ ਮਰੇ ਉਦੋਂ ਪੀਰ ਬਣਦੇ ਨੇ, ਅਤੇ ਕਈਆਂ
ਦੀਆਂ ਮੌਲਵੀਆਂ ਨੇ ਝੂਠ ਬੋਲਣ ਚ PhD ਕੀਤਾ। ਅੱਲਾ ਹੀ ਹਦਾਇਤ ਦੇਵੇ, ਮੈਂ ਕਿਸੇ ਨੂੰ ਕੀ ਕਹਿ ਸਕਦਾ ਜੀ। ਇਹ ਕੀ ਅਕੀਦਾ? ਸਦਕੇ ਜਾਵਾਂ ਸੁਣੀਓ, ਤੁਹਾਡੇ ਮੰਨਣ ਤੋਂ ਜਿਹਨੂੰ ਕੋਈ ਨਹੀਂ ਮੰਨਦਾ ਤੁਸੀਂ ਮੰਨ ਲੈਂਦੇ, ਫਿਰ ਉਹਦੀ ਵਜ੍ਹਾ ਦੀ ਆਉਂਦਾ ਜਾਂਦਾ ਤੇ ਤਾਰਫ ਹੈ ਵੇ ਫਲਾਣੇ ਦਾ ਪੁੱਤਰ ਹੈ ਪੋਤਰ ਹੈ। ਮੈਂ ਆਪ ਯਕੀਨ ਕਰੋ ਕੋਈ ਝੂਠ ਨਹੀਂ, ਵੱਲਾ ਸੱਚੀਆਂ ਗੱਲਾਂ ਮੈਂ ਤੁਹਾਨੂੰ ਦੱਸਣਾ ਪਿਆ। ਯਾ ਅੱਲਾ ਤੈਨੂੰ ਰੱਬ ਦਾ ਵਾਸਤਾ ਹੀ ਹੈ, ਦੁਆ ਹੋ ਰਹੀ ਹੈ, ਯਾ ਅੱਲਾ ਤੈਨੂੰ ਰੱਬ ਦਾ ਵਾਸਤਾ, ਉਹ ਦਾਦੇ ਦਾ ਖਤਮ ਹੈ, ਦਾਦੇ ਦਾ। ਮੈਂ ਤਕਰੀਰ ਕੀਤੀ ਹੈ ਮੁਲਤਾਨ ਤੋਂ ਅੱਗੇ ਤੇ ਮੇਰੀ ਤਕਰੀਰ ਤੋਂ ਬਾਅਦ ਖਤਮ ਜੀ ਪੜਿਆ ਗਿਆ ਤੇ ਉਹ ਜਨਾਬ ਅਲੀ ਪੀਰ ਸਾਹਿਬ ਦੁਆ ਕਰ ਲਏ, ਯਾ ਅੱਲਾ ਜੇ ਮੌਕੇ ਬਾਰ ਬਾਰ ਨਸੀਬ ਫਰਮਾ। ਮੈਂ ਅੱਲਾ ਫਬਤ ਕੇ ਉਹ ਫੈਜ਼ ਵੰਡਣ ਵਾਲਿਆ, ਮਤਲਬ ਇਹ ਮਰਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਜੀ। ਤੇ ਬਹਿ ਕੇ ਆਉਂਦੇ ਨੇ, ਮਰ ਨਹੀਂ ਜਾਂਦਾ ਮੌਲਵੀ ਜਿਹੜਾ ਇਹ ਵੀ ਨਾਲ ਸੁਣਦਾ, ਉਹਨਾਂ ਚਹਿਲਾਂ ਤੇ ਵੱਧ ਅਕੀਦਾ ਰਾਫਜ਼ੀਆਂ ਤੇ ਖਾਜੀਆਂ ਕੋਲੋਂ ਟੁੱਕਰ ਵਾਸਤੇ ਸਾਹਮਣੇ ਤੁਹੀਨ ਕਰਦੇ ਆਉਂਦੇ ਨੇ। ਮੌਲਵੀ ਹੋਰ ਹੁੰਦਾ, ਫਕੀਰ ਹੋਰ ਹੁੰਦਾ, ਉਹਨਾਂ ਕੋਲ ਜਾਣਾ ਇਹ ਫਕੀਰ ਸ਼ਕੀਰ ਕੋਈ ਨਹੀਂ ਹੁੰਦੇ, ਫਕੀਰ ਉਹ ਹੁੰਦਾ ਜਿਹਦੇ 'ਚ ਮੈਂ ਮੁੱਕ ਜਾਏ ਤੇ ਇਹਨਾਂ 'ਚ ਸਰੀਆ ਨਹੀਂ, ਇਹਨਾਂ 'ਚ ਧੌਣਾਂ 'ਚ ਗਾਡਰ ਲੈ ਨੇ, ਉਹਦੇ ਬੰਦੇ ਨੂੰ ਬੰਦਾ ਨਹੀਂ ਸਮਝਦੇ। ਫਕੀਰ ਆਈ ਕੀ ਜਾਣਾ ਮੈਂ ਕੌਣ, ਇਹ ਫਕਰ ਹੈ, ਇਹ ਫਕਰ ਹੀ ਓਏ ਬੁੱਲੀਆ ਪਤਾ ਨਹੀਂ ਲੱਗਾ ਮੈਂ ਕੀ ਆਖਿਆ, ਆਹ ਪਤਾ ਲੱਗਾ ਓਏ ਬੁੱਲੀਆ ਬੁੱਲੀਆ ਕੀ ਜਾਣ ਕੀ ਜਾਣਾ ਮੈਂ ਕੌਣ ਕੌਣ ਹੈ ਕੌਣ, ਨਾ ਮੈਂ ਤੋਲਾ ਨਾ ਮੈਂ ਮਾਸਾ, ਗੱਲ ਰੱਤੀਆਂ ਤੇ ਆਈ ਹੂ ਬੁੱਲੀਆ ਬੁੱਲਿਆ ਨਾ ਮੈਂ ਚੱਲ ਬੁੱਲਿਆ, ਹੁਣ ਉੱਥੇ ਵਸੀ ਹੈ ਜਿੱਥੇ ਰਹਿਣ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ, ਓਏ ਬੁੱਲਿਆ ਕੀ ਜਾਣਾ ਮੈਂ
ਸੂਰੀ ਨਾਲ ਪੜ੍ਹਨਾ ਜੋੜ ਤੇ ਕੋਈ ਨੌਜਵਾਨ ਚੁੱਪ ਨਾ ਕਰਿਆ ਦੇ ਤਬਲੀਗ ਤੇ ਸਵਾਬ ਪੜ੍ਹਨਾ ਜੋੜ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਜਾ ਤੁਰਿਆ ਤੁਰਿਆ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ 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 ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ
ਫਰੀਦਾ ਟੁਰਿਆ ਟੁਰਿਆ ਜਾ। ਕੋਈ ਨੌਜਵਾਨ ਚੁੱਪ ਕੰਮ ਕੰਮ ਨਾ ਕਰੇ, ਮੌਲਵੀ ਜੱਲਾ ਵਾਸਤੇ ਪੜਿਆ ਜੇ। ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ, ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ, ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ, ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ। ਇੱਥੇ ਦਿਲ ਨਾ ਲਾ ਫਰੀਦਾ ਟੁਰਿਆ ਟੁਰਿਆ ਜਾ, ਇੱਥੇ ਦਿਲ ਨਾ ਲਾ ਫਰੀਦਾ ਟੁਰਿਆ 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 ਜਾ ਫਰੀਦਾ ਟੁਰਿਆ ਟੁਰਿਆ ਜਾ। ਫਕਰ ਸੁਣੋ ਫਕਰ, ਕਾਲੇ ਮੇਰੇ ਕੱਪੜੇ ਫਰੀਦਾ ਓ ਫਰੀਦਾ, ਕਾਲੇ ਮੇਰੇ ਕੱਪੜੇ ਚਿਸ਼ਤੀਆਂ ਦੇ ਡੇਰਾ ਉੱਥੇ ਜਾਇਜ਼ ਹੈ ਨਾ। ਓ ਕਾਲੇ 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 ਮੇਰੇ ਕੱਪੜੇ, ਮੈਂ ਲੜ ਪੈਣੇ ਜੇ ਤਵੱਜੋ ਨਾ ਕੀਤੀ ਮੇਰੇ ਹੱਲ ਤੇ। ਕਾਲੇ ਮੇਰੇ ਕੱਪੜੇ ਕਾਲੇ ਜਿਹੜੇ ਜੋਗਾ ਹੈ, ਕਾਲੇ 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 ਓ ਫਰੀਦਾ, ਕਾਲੇ ਮੇਰੇ ਕੱਪੜੇ ਕਾਲੇ ਮੇਰੇ ਕੱਪੜੇ ਤੇ ਕਾਲਾ ਮੇਰਾ ਵੇਸ, ਕਾਲੇ ਮੇਰੇ ਕੱਪੜੇ ਤੇ ਕਾਲਾ ਮੇਰਾ ਵੇਸ, ਚਿੱਕੜ ਬਣਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਫਰੀਦਾ ਤੁਰਿਆ ਫਰੀਦਾ ਟੁਰਿਆ ਟੁਰਿਆ ਜਾ, ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ, ਟੁਰਿਆ ਟੁਰਿਆ ਜਾ ਫਰੀਦਾ ਟੁਰਿਆ ਟੁਰਿਆ ਜਾ। ਇੱਕ ਸ਼ੇਰ ਹੋਰ ਸੁਣ ਲਓ ਆਪਦੀ ਤਾਲੀ ਮਾਤ। ਉੱਠ ਫਰੀਦਾ ਸੁੱਤਿਆ ਚਿੱਟੇ ਵਾਲ ਆਵੇ ਚਿੱਟੇ ਵਾਲ, ਉੱਠ ਫਰੀਦਾ ਸੁੱਤਿਆ ਤੇਰੀ ਡਾਲੀ ਲੱਗ ਗਈ ਬੂ,
ਫਰੀਦਾ ਲੱਗ ਗਈ ਮੂਰ ਮੂਰ ਕਈਆਂ ਬੰਨਿਆ ਦਿਲ ਕਰਦਾ ਬੁੱਢੇ ਵਰ ਵੀ ਅੰਗਰੇਜ਼ ਹੀ ਦਿੱਸੀ ਅਸੀਂ ਸੁਣ ਬਾਬੇ ਫਰੀਦ ਦੀ ਤਾਲੀਮਾਤ ਬੀਬੀਆਂ ਦਿਲ ਕਰਦਾ ਮੇਮਾ ਬਣ ਕੇ ਨਿਕਲੀਏ ਤੈਨੂੰ ਭੁੱਲ ਗਿਆ ਤੂੰ ਦਾ ਫਰਮਾਨ ਮੁਸਲਮਾਨ ਮਰਦ ਮਰੇ ਤੇ ਕਫਨ ਦੇ ਤਿੰਨ ਕੱਪੜੇ ਨੇ ਇਹ ਸ਼ੇਰ ਮੈਂ ਜ਼ੌਕ ਵਾਸਤੇ ਪੜ੍ਹਨਾ ਹੁੰਦਾ ਮੇਰਾ ਜ਼ੌਕ ਹੈ ਇਹ ਨਾਲ ਸ਼ੇਰ ਹੀ ਪੜ੍ਹਨੇ ਮੈਂ ਕਿਹੜਾ ਸ਼ੈਕਲ ਦਿੱਤਾ ਔਰ ਮਰਦ ਮਰੇ ਤੇ ਕਫਨ ਦੇ ਤਿੰਨ ਕੱਪੜੇ ਨੇ ਮੋਈ ਨੂੰ ਪਰਦਾ ਕਰਾ ਲੈਣਾ ਮਰਨਾ ਨਹੀਂ ਜਿਉਂਦੇ ਨੂੰ ਵੀ ਕਰਾ ਲੈ ਹਜ਼ੂਰ ਨੇ ਫਰਮਾਇਆ ਕਿਆਮਤ ਵਾਲੇ ਦਿਨ ਮਿਰਾਜ ਦੀ ਰਾਤੀ ਮੈਂ ਕੁਛ ਔਰਤਾਂ ਵੇਖੀਆਂ ਉੱਠੀਆਂ ਟੰਗੀਆਂ ਅੱਗ ਦਾ ਅਜ਼ਾਬ ਤੇ ਅੱਗ ਦੀਆਂ ਗੁਰਜਾਂ ਅਰਜ਼ ਕੀਤੀ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਕੌਣ ਸਨ ਫਰਮਾਇਆ ਬੇਪਰਦਾ ਔਰਤਾਂ ਗੈਰ ਮਾਰਮਾਂ ਕੋ ਪਰਦਾ ਹੀ ਨਾ ਕਰਦੀਆਂ ਹੁਣ ਜਿਹੜੇ ਆਲੇ ਦੁਆਲੇ ਪੀਰ ਬਹਾ ਕੇ ਬੈਠੇ ਹੁੰਦੇ ਨੇ ਤੈਨੂੰ ਸਾਇਆ ਤੈਨੂੰ ਤਵੀਰ ਪੈ ਰਹੇ ਤੇਰੇ ਕੇ ਬਾਹਰਲੀ ਸ਼ਿਕਾਇਤ ਅੱਲਾਹ ਦੀ ਕਸਮ ਹੈ ਝੂਠ ਬੋਲਦੇ ਜੇ ਮੈਂ ਕਸਮ ਚੁੱਕ ਕੇ ਆਖਿਆ ਅਲਮਾਦ ਦੀ ਮੌਜੂਦਗੀ ਝੂਠ ਬੋਲਦੇ ਜੇ ਤਵੀਜ਼ਾਂ ਦੀਆਂ ਬਰਕਾਤ ਨੇ ਦਮ ਕਰੀਏ ਕੁਰਾਨ ਦੀਜਮ ਸਾਹਿਬ ਪੈਣ ਵਾਲੇ ਅੱਲਾਹ ਦੀ ਕਸਮ ਇੰਜ ਕਦੀ ਪੈਣ ਵਾਲੇ ਮੈਂ ਲੱਭ ਜਾਂਦੇ ਨਾ ਤੈਨੂੰ ਮੀਆਂ ਨਵਾਜ਼ ਸ਼ਰੀਫ ਤੇ ਮੀਆਂ ਸ਼ਬਾਜ਼ ਸ਼ਰੀਫ ਨੇ ਕੋਈ ਬਾਬਾ ਦੁਨੀਆਂ ਤੋਂ ਲੱਭ ਹੀ ਲੈਣਾ ਸੀ ਕਿ ਅੱਲਾਹ ਵਾਸਤੇ ਇੱਕ ਤਵੀਜ਼ ਕਰਦੇ ਸਾਂ ਇਮਰਾਨ ਖਾਨ ਨੂੰ ਪਾਉਣਾ ਇਹ ਗੱਲ ਮੈਂ ਸਮਝਾਉਣ ਵਾਸਤੇ ਕੀਤੀ ਤਾਂ ਤੁਹਾਨੂੰ ਵੀ ਸਮਝ ਆ ਜਾਏ ਨਾਲੇ ਪੀਰ ਹੋਣਾ ਐਡੀ ਕਿਹੜੀ ਸ਼ਾਨ ਵਾਲੀ ਗੱਲ ਹੈ ਪੀਰ ਮੈਂ ਬੁੱਢਾ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਰਿਸਾਲਤ ਨਾਰਾਏ ਤਹਿਕੀਕ ਨਾਰਾਏ ਹੈਦਰੀ ਆਸਤਾਨਾ ਆਲੀਆ ਬੋਕਣ ਸ਼ਰੀਫ ਆਸਤਾਨਾ ਆਲੀਆ ਬੋਕਣ ਸ਼ਰੀਫ ਪੀਰ ਸੈਯਦ ਜ਼ਾਹਿਦ ਸਦੀਕ ਸ਼ਾਹ ਸਾਹਿਬ ਆਸਤਾਨਾ ਆਲੀਆ ਬੋਕਣ ਸ਼ਰੀਫ ਫਜ਼ਾਨੇ ਹਜ਼ੂਰ ਜ਼ਿਆ ਉਲ ਉਮਰ ਮੇਰੇ ਬਹੁਤ ਹੀ ਲਾਡਲੇ ਮੇਰੇ ਬਹੁਤ ਹੀ ਪਿਆਰੇ ਬਹਿ ਥਲੇ ਹੋਏ ਬਹਿ ਜਾ ਤਸ਼ੀਰ ਰੱਖੋ ਮੇਰੇ ਅਜ਼ੀਮ ਬਾਈ ਹਜ਼ਰਤ ਪੀਰ ਸੈਯਦ ਮੁਹੰਮਦ ਸਈਦ ਅਹਿਮਦ ਸ਼ਾਹ ਸਾਹਿਬ ਰਹਿਮਤੁੱਲਾਹ ਅਲੈਹ ਦੇ ਸਾਹਿਬਜ਼ਾਦੇ ਨੇ ਉਹਨੇ ਬਾਬੇ ਛੇਤੀ ਬਣ ਗਏ ਨੇ ਮੇਰੇ ਭਤੀਜਾ ਹੈ ਰੈ ਸਦੀਕ ਸ਼ਾਹ ਸਾਹਿਬ ਮੇਰੇ ਭਤੀਜੇ ਨੇ ਤੇ ਮੈਨੂੰ ਤਾਂ ਐਲਰਜੀ ਹੋਣ ਲੱਗ ਪਈ ਨਹੀਂ ਤੇ ਮੈਂ ਤਾਂ ਚਿੱਟਾ ਕੇ ਦਿਸਣ ਨਹੀਂ ਦਿੱਤਾ ਇਹ ਅਜੇ ਪੀਰ ਕੁਦਰਤੀ ਗੱਲ ਵੀ ਉਹਨਾਂ ਦੀ ਹੁੰਦੀ ਹੈ ਵੀ ਆਲਿਮ ਉਹ 36 ਕੁ ਮਦਰਸੇ ਤੇ ਇਹ ਮੇਰਾ ਸੋਹਣਾ ਹਜ਼ਰਤ ਅਲਾਮਾ ਪੀਰ ਸੈਯਦ ਜ਼ਾਹਿਦ ਸਦੀਕ ਸਾਹਿਬ ਚਲਾ ਰਹੇ ਨੇ 56 ਉਦੋਂ ਮੈਨੂੰ ਪਤਾ ਨਹੀਂ ਲੱਗਾ ਤੇ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੰਦੇ ਹੋ ਉਹਨਾਂ ਜਗੀਰਾਂ ਬਣਾ ਲਈਆਂ ਅੱਛਾ ਮੈਨੂੰ ਇੱਕ ਗੱਲ ਤੇ ਦੱਸੋ ਹੈ ਰੱਬ ਨੇ ਤੁਹਾਨੂੰ ਪੈਸੇ ਦਿੱਤੇ ਹੋਣ ਉਹ ਗੱਲ ਸੁਣੋ ਤੇ ਰੱਬ ਦੇ ਰਾਹ ਤੇ ਦੇਣਾ ਚਾਹੀਦੇ ਅਮੀਰਾਂ ਨੂੰ ਦੇਈਦਾ ਕਿ ਗਰੀਬਾਂ ਨੂੰ ਬੋਲੋ ਕਿਹਨਾਂ ਨੂੰ ਦੇਣਾ ਚਾਹੀਦਾ ਤੇ ਤੁਸੀਂ ਕਿਹਨਾਂ ਨੂੰ ਦਿੰਦੇ ਹੋ ਜਿਹੜਾ ਮਾੜੇ ਤੋਂ ਮਾੜਾ ਪੀ ਰਹੇ ਉਹ ਕਰੋੜਪਤੀ ਹੈ ਹਾਂ ਆਹ ਮਦਰਸੇ ਚਲਾਉਣ ਵਾਲੇ ਆ ਗਏ ਜਿੰਨਾ ਵੀ ਦਿਓ ਤੁਹਾਡਾ ਹੱਕਦਾਰ ਨਹੀਂ ਹੋਣਾ ਕਿਉਂਕਿ ਉੱਥੇ ਮੁਬੱਲਕ ਬਣ ਰਹੇ ਨੇ ਹਜ਼ਾਰਾਂ ਦੁਨੀਆ ਪੜ੍ਹ ਰਹੀ ਹੈ ਹਜ਼ਾਰਾਂ ਦੁਨੀਆ ਪੜ੍ਹ ਕੇ ਚਲੀ ਗਈ ਇਹ ਜੇ ਪੀ ਇਹ ਹਾਂ ਕਿਸੇ ਆਸਥਾਨ 'ਤੇ ਮਦਰਸਾ ਚੱਲਦਾ ਕੁਸਤਾ ਚੱਲਦਾ ਉੱਥੇ ਦਿਓ ਦੂਜੇ ਕੰਮ ਦਾ ਮੈਂ ਤਬਸਰਾ ਨਹੀਂ ਕਰਦਾ ਪਿਆ ਫਕਰ ਦੀ ਗੱਲ ਕਰਕੇ ਮੈਂ ਇੱਕ ਹੋਰ ਗੱਲ ਕਰਕੇ ਮੈਂ ਕਿਹਾ ਮੈਂ ਛੱਡਣ ਲੱਗਾ
ਇਹ ਲੋਕ ਕਾਮਯਾਬ ਨੇ। ਉੱਠ ਫਰੀਦਾ ਸੁੱਤਿਆ, ਉੱਠ ਫਰੀਦਾ ਸੁੱਤਿਆ, ਤੇਰੀ ਡਾਲੀ ਲੱਗ ਗਈ ਬੂਰ ਬੂਰ। ਉੱਠ ਫਰੀਦਾ ਸੁੱਤਿਆ, ਤੇਰੀ ਡਾਲੀ ਲੱਗ ਗਈ ਬੂਰ। ਓਏ ਅੱਖਾਂ ਨੇੜੇ ਆ ਗਿਆ, ਪਿੱਛਾ ਰਹਿ ਗਈ ਦੂਰ ਫਰੀਦਾ। ਟੁਰਿਆ ਟੁਰਿਆ ਜਾ ਫਰੀਦਾ, ਟੁਰਿਆ ਟੁਰਿਆ ਜਾ। ਸਾਰਾ ਗੱਲ ਕਰਨ ਦਾ ਮੇਰਾ ਮਕਸਦ ਸਿਰਫ ਇਹ ਵੇ, ਅੱਲਾ ਮੈਨੂੰ ਤੁਹਾਨੂੰ ਅਮਲ ਕਰਨ ਦੀ ਤੌਫੀਕ ਤਾ ਫਰਮਾਏ। ਦੁਨੀਆ ਦਾ ਮਗਰ ਇੰਜ ਹੀ ਨਾ ਲੱਗ ਜਾਓ, ਇੰਨੇ ਹੀ ਆਸਰੇ। ਦੁਨੀਆ ਦੇ ਮਗਰ ਲੱਗਣ ਵਾਲਾ ਬੰਦਾ ਦੁਨੀਆ ਹੱਥ ਨਹੀਂ ਆਉਂਦੀ ਤੇ ਜ਼ਲੀਲ ਵੀ ਹੋ ਜਾਂਦਾ। ਇਹਦੇ ਵੱਲ ਕੰਡ ਕਰ ਤੇ ਮਦੀਨੇ ਵੱਲ ਮੂੰਹ ਕਰ, ਇੱਜ਼ਤ ਵੀ ਰਹਿ ਜਾਂਦੀ ਹੈ ਤੇ ਇਹ ਸਭ ਕੁਝ ਲੱਭ ਵੀ ਜਾਂਦਾ ਹੈ। ਜੇ ਸਹੀ ਪੁੱਛਣਾ ਨਾ, ਮੈਂ ਅੱਗੇ ਵੀ ਅਰਜ਼ ਕੀਤਾ, ਜ਼ਿੰਦਗੀ ਉਹ ਜਿਹੜੀ ਮਦੀਨੇ ਸ਼ਰੀਫ ਗੁਜ਼ਰ ਜਾਏ ਤੇ ਜ਼ਿੰਦਗੀ ਉਹ ਜਿਹੜੀ ਮਦੀਨੇ ਵਾਲੇ ਦੀ ਗੁਲਾਮੀ 'ਚ ਗੁਜ਼ਰ ਜਾਏ। ਕਿ ਰਾਹ ਵਾਲੀ 'ਚ ਹੋਰ ਬੰਦਾ ਕਦੀ ਨਹੀਂ ਗੁਮਰਿਆ। ਅੱਲਾ ਸਾਨੂੰ ਸਭ ਨੂੰ ਬਖਸ਼ੇ। ਜਿੰਨੇ ਮੁਸਲਮਾਨ ਫੌਤ ਹੋ ਗਏ ਨੇ, ਮਰਦ ਔਰਤ ਛੋਟੇ ਬੜੇ ਬੱਚੇ, ਸਭ ਮੁਸਲਮਾਨਾਂ ਵਾਸਤੇ ਦੁਆ ਹੈ ਕਿ ਯਾ ਅੱਲਾ ਸਭ ਦੀ ਬਖਸ਼ਿਸ਼ ਫਰਮਾ, ਸਭ ਦੀਆਂ ਕਬਰਾਂ ਮੁਨੱਵਰ ਫਰਮਾ। ਵਜ਼ੀਰਾਬਾਦ 'ਚ ਹੋਰ ਦੁਨੀਆ ਨਹੀਂ ਮਰੀ, ਹਾਫਸਾਬਾਦ 'ਚ ਹੋਰ ਆਵਾਮ ਨਹੀਂ ਮਰੀ, ਹਾਫਸਾਬਾਦ 'ਚ ਕੋਈ ਬੰਦੇ ਨਹੀਂ ਮਰੇ। ਅਤੇ ਜਦੋਂ ਕੋਈ ਹਜ਼ੂਰ ਦਾ ਗੁਲਾਮ ਮਰਦਾ ਹੈ, ਮੁਜੱਦੀ ਸਾਹਿਬ ਰਹਿਮਤੁਲ ਦਾ ਜਨਾਜ਼ਾ ਵੇਖਿਆ ਸਾ ਜੇ, ਨਵਾਜ਼ੇ ਕੌਮ ਅਲਹਾਜ ਅਬੂ ਦਾਊਦ ਮੁਹੰਮਦ ਸਾਬਿਕ ਸਾਹਿਬ ਰਹਿਮਤੁਲ ਦਾ ਸਟੇਡੀਅਮ ਨੇ ਬਾਹਰ ਨਹੀਂ ਚੱਲਿਆ, ਜਨਾਜ਼ਾ ਵੇਖਿਆ ਸਾ ਜੇ, ਅਬੂ ਤਾਹਿਰ ਅਬਦੁਲਜ਼ੀਜ਼ ਸਾਹਿਬ ਚਿਸ਼ਤੀ ਰਹਿਮਤੁਲ ਜਨਾਜ਼ਾ ਵੇਖਿਆ ਸਾ ਜੇ, ਹਜ਼ਾਰਵੀ ਸਾਹਿਬ ਰਹਿਮਤੁਲ ਦਾ ਜਨਾਜ਼ਾ ਵੇਖਿਆ ਸਾ ਜੇ, ਮੁਫਤੀ ਅਬਦੁਲ ਸ਼ਕੂਰ ਸਾਹਿਬ ਦਾ ਜਨਾਜ਼ਾ ਵੇਖਿਆ ਸਾ ਜੇ। ਓਏ ਓਏ ਕੱਲ ਹਜ਼ੂਰ ਦਾ ਗੁਲਾਮ ਗਿਆ, ਜਨਾਜ਼ਾ ਵੇਖਿਆ ਵੀ ਜੇ, ਅਜੇ ਨਹੀਂ ਜੇ ਪਤਾ ਲੱਗਾ ਕਾਮਯਾਬ ਕੌਣ ਹੈ, ਅਜੇ ਨਹੀਂ ਜੇ ਪਤਾ ਲੱਗਾ। ਨਾਰਾ ਤਕਬੀਰ, ਨਾਰਾ ਰਿਸਾਲਤ, ਨਾਰਾ ਤਹਕੀਕ, ਨਾਰਾ ਹੈਦਰੀ। ਇਸੇ ਆਲਮੇ ਦੀਨ ਦਾ ਮੈਂ ਜਨਾਜ਼ਾ ਘੱਟ ਨਹੀਂ ਵੇਖਿਆ ਜੀ। ਮੈਂ ਭਾਈਜਾਨ ਰਹਿਮਤੁੱਲਾ ਲਏ, ਮੈਂ ਸਾਰੇ ਦੀ ਗੱਲ ਕਰਨਾ। ਮੈਂ ਕਿਸੇ ਹਫਸਾਬਾਦ ਸਾਡੇ ਮੌਲਾਨਾ ਅਲਤਾਫੁੱਲਾ ਸਿਆਲ ਸਾਹਿਬ ਰਹਿਮਤੁੱਲਾ ਲਏ ਸਨ, ਮੌਲਾਨਾ ਅਬਦਸਤਾਰ ਅੰਸਾਰੀ ਰਹਿਮਤੁੱਲਾ ਲਏ ਸਨ, ਮੌਲਾਨਾ ਮੁਹੰਮਦ ਸ਼ਰੀਫ ਰਿਜ਼ਵੀ ਸਾਹਿਬ ਵੀ ਅਤੇ ਹਜ਼ੂਰੀ ਸਾਹਿਬ ਵੀ ਸਨ, ਰਾਣਾ ਮੁਹੰਮਦ ਅਸਗਰ ਸਾਹਿਬ, ਦੀਗਰ ਉਲਮਾ ਗਏ ਨੇ। ਆ ਗੁਜਰ ਵਾਲੇ ਕਈ ਜਨਾਜ਼ੇ ਪੜ੍ਹਨ ਆਏ ਹਾਂ, ਹਜ਼ਰਤ ਕਿਬਲਾ ਬਨਾਦਰ ਇਸਲਾਮ ਮੁਫਤੀ ਮੁਹੰਮਦ ਹਸਨ ਸਦੀਕੀ ਸਾਹਿਬ, ਉਹ ਕਾਰੀ ਮੁਹੰਮਦ ਤਫਾ ਸਾਹਿਬ ਦਾ ਜਨਾਜ਼ਾ, ਤੁਸੀਂ ਵੀ ਉੱਥੇ ਦੋ, ਮੈਂ ਵੀ ਉੱਥੇ। ਕਿਉਂ ਹੁੰਦਾ ਓਏ ਚੱਲਿਆ? ਹਾਂਜੀ, ਉਹ ਤੇ ਇੰਟਰਨੈਸ਼ਨਲ ਤਾਜਦਾਰ ਖਤਮੇ ਨਬੂਵਤ, ਤਾਜਦਾਰ ਖਤਮੇ ਨਬੂਵਤ। ਇਹ ਆਲਮਾ ਆਲਮਾ ਦੀ ਮੌਜੂਦਗੀ ਨਾ ਤਾਰੀਖੇ ਇਸਲਾਮ 'ਚ ਏਡਾ ਕੱਠ ਇਦੋਂ ਪਹਿਲਾਂ ਲਿਖਿਆ ਵੀ ਕਿਧਰੇ ਨਹੀਂ ਜਿਹੜਾ ਖਾਦਮ ਰਿਜ਼ਵੀ ਦਾ। ਹੱਜ ਦੇ ਵੀ 35 ਲੱਖ ਹੀ ਹੁੰਦਾ ਤੇ ਜਿਹਨੂੰ ਏਜੰਸੀਆਂ 2.5 ਕਰੋੜ ਦੱਸਣ, ਯਕੀਨਨ ਉਹ 10 ਕਰੋੜ ਤੇ ਹੈ। ਬਸ ਇਹਨਾਂ ਪੈਗਾਮ ਦੇ ਨਾ ਗੁਲਾਮੀ ਦੇ ਸਿਵਾ ਕੁਝ ਵੀ ਨਾ ਮੰਗੀ,
ਸ਼ਾਮੀ ਦੇ ਸਿਵਾ ਕੁਝ ਵੀ ਨਾ ਮੰਗੀ ਉਹ ਗੁਲਾਮੀ ਦੇ ਸਿਵਾ ਕੁਝ ਵੀ ਨਾ ਮੰਗੀ ਬੜੀ ਸ਼ਾਨ ਏ ਆਕਾ ਦੇ ਗਦਾ ਆਂਦੇ ਨੇ ਚੌਧਰੀ ਮਰ ਗਿਆ ਚੌਧਰੀ ਦਾ ਅਸੀਂ ਮਦੀਨੇ ਵਾਲੇ ਦੇ ਕੰਮੀ ਬੜੀ ਸ਼ਾਨ ਏ ਆਕਾ ਦੇ ਗਦਾ ਦੀ ਇਹ ਨਾ ਮੁੱਕਣ ਵਾਲੀ ਵਾਹ ਦੇ ਤੇ ਮੈਂ ਕਿਹਾ ਕੁਝ ਮਾਹੌਲ ਬਦਲਾ ਮੁੰਡੇ ਰੋ ਰੋ ਕਮਲੇ ਭੰਦੇ ਨੇ ਤੇ ਗੱਲਾਂ ਤੇ ਉਹ ਜਿਹੜੀਆਂ ਹੁੰਦੀਆਂ ਨੇ ਪਈਆਂ ਤੇ ਮੇਰੇ ਸਾਹਮਣੇ ਹੋਈਆਂ ਤੇ ਹੈ ਵੀ ਸੱਚ ਤਵੱਜੋ ਹੈ ਜੇ ਤੇ ਨਾਲੇ ਮੈਂ ਇਰਾਦਾ ਤਾਂ ਥੋੜ੍ਹਾ ਜਿਹਾ ਮਾਹੌਲ ਬਦਲਿਆ ਇਹ ਹੁਣ ਐ ਲੈ ਮੈਂ ਰਾਤੋਂ ਚੋਂ ਫੜਿਆ ਜੇ ਉਹਦੀ ਵਜ੍ਹਾ ਕਿਉਂ ਪੁੱਤਰ ਕਿੰਨਾ ਕੁ ਚਿਰ ਰੋਣਾ ਜੇ ਨਹੀਂ 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 ਯਾਦ ਰੱਖਿਆ ਕਰੋ ਮੇਰੇ ਨਾਲ ਵੱਡਾ ਦੁਖੀ ਇਸ ਦੁਨੀਆਂ 'ਤੇ ਹੈ ਹੀ ਕੋਈ ਨਹੀਂ ਮੈਂ ਤੁਹਾਨੂੰ ਸਹੀ ਆਉਂਦਾ ਜੇ ਪਿਆ ਮੈਂ ਆ ਹੱਸਦਾ ਖੇਡਦਾ ਨਾ ਵੇਖੋ ਮੈਂ ਅੱਲਾ ਦੀ ਰਹਿਮਤ ਅੱਲਾ ਦਾ ਫਜ਼ਲ ਇਹ ਗੱਲ ਉਹ ਮਾਹੌਲ ਬਣਿਆ ਤਾਂ ਮੈਂ ਕਰਨ ਲੱਗਾ ਨਹੀਂ ਤਾਂ ਮੈਂ ਆਪਣੀ ਕਮਜ਼ੋਰੀ ਕਦੀ ਨਹੀਂ ਵਿਖਾਈ ਜੇ ਸਹੀ ਪੁੱਛਦੇ ਨਾ ਅੱਲਾ ਦੀ ਕਸਮ ਚੁੱਕਿਆ ਨਾ ਮੈਂ ਅੰਦਰੋਂ ਮੁੱਕਿਆ ਪਿਆ ਵਾਂ ਜਦੋਂ ਬੰਦਾ ਅੰਦਰੋਂ ਦੁਖੀ ਹੋ ਜਾਵੇ ਨਾ ਉਦੋਂ ਉਹਦੀ ਕਫੀਅਤ ਹੋਰ ਹੁੰਦੀ ਹੈ ਮਾਂ ਬਾਪ ਚਲੇ ਗਏ ਤਾਇਜ਼ਾਦ ਭਾਈ ਅਸੀਂ 7-8 ਸਾਂ ਸਾਰੇ ਮੈਂ ਆਹ ਕਬਰਾਂ 'ਚ ਪਾਏ ਨੇ ਸਾਰੇ ਮੇਰੇ ਵੀਰ ਸ਼ਾਨ ਵਾਲੇ ਸਨ ਭਰਾ ਜੀ ਦੇ ਜਨਾਦੇ ਤੁਸੀਂ ਗਏ ਹੋ ਨਾ ਇਹ ਕਰੋੜਾਂ ਵਰਗਾ ਇੱਕ ਸੀ ਇਹ ਕਰੋੜਾਂ ਵਰਗਾ ਭਰਾ ਸੀ ਲੱਗਦੇ ਲੀਂਦੇ ਜਿੰਨੇ ਬਜ਼ੁਰਗਾਂ ਭਰਾ ਲੱਗਦੇ ਸਨ ਉਹ ਵੀ ਚਲੇ ਗਏ ਮੈਂ ਤਾਂ ਇਕੱਲਾ ਬਹਿ ਰਹੇ ਨਾਲੇ ਨਿੱਕੇ ਨਿੱਕੇ ਪੋਤਰੀਆਂ ਪੋਤਰੇ ਚੁੱਕ ਲਿਆ ਅਤੇ ਜਾਂ ਉੱਠ ਕੇ ਮਸੀਤੇ ਬਹਿ ਰਿਹਾ ਜਾਂ ਕਿਤਾਬ ਕੋਈ ਫੜ ਲਈ ਪੁੱਤਰ ਰੋਣਾ ਤੋਂ ਸਾਰੀ ਉਮਰ ਏ ਤਿੰਨ ਰਿਸ਼ਤੇ ਕਦੀ ਨਹੀਂ ਭੁੱਲੇ ਹਰ ਬੰਦਾ ਮੇਰੀ ਤਾਈਦ ਕਰੇਗਾ ਮਾਂ ਬਾਪ ਕਦੀ ਨਹੀਂ ਭੁੱਲੇ ਭੈਣਾਂ ਭਰਾ ਕਦੀ ਨਹੀਂ ਭੁੱਲੇ ਅਤੇ ਔਲਾਦ ਕਦੀ ਨਹੀਂ ਭੁੱਲੀ ਔਲਾਦ ਕਦੀ ਨਹੀਂ ਭੁੱਲੀ ਇਹ ਕਾਰੀ ਅਬਦੁਲ ਗਫਾਰ ਸਾਹਿਬ ਜਿਹੜੇ ਨੇ ਨਾ ਸਿਆਲਵੀ ਇਹਨਾਂ ਦੇ ਵਾਲਦ ਸਾਹਿਬ ਨੇ ਕਾਰੀ ਅਬਦੁਲ ਸਾਹ ਸਾਹਿਬ ਰਹਿਮਤੁੱਲਾ ਲੈ ਉਹ ਮੇਰੇ ਤਜਵੀਜ਼ ਦੇ ਉਸਤਾਦ ਨੇ ਇਹਨਾਂ ਨੂੰ ਪਿਆਰ ਮੈਂ ਚੋਖਾ ਕਰਨ ਦੀ ਇੱਕ ਵਜ੍ਹਾ ਇਹ ਵੀ ਹੈ ਅੱਲਾ ਉਹਨਾਂ ਦੀ ਕਬਰ 'ਤੇ ਵੀ ਕਰੋੜਾਂ ਰਹਿਮਤ ਨਾਜ਼ਰ ਕਰੇ ਉਹਨਾਂ ਕੋਲ ਮੈਂ ਕੋਈ 3-4 ਹਫ਼ਤੇ ਮਸ਼ਕ ਕੀਤੀ ਹੈ ਭਾਵੇਂ ਇੱਕ ਦਿਨ ਕੀਤੀ ਹੈ ਉਸਤਾਦ ਤਾਂ ਬਣ ਗਏ ਨਾ ਜੀ ਤਵੱਜੋ ਹੈ ਜੇ ਅਜੇ ਪੁੱਤਰ ਜਨਾਦਾ ਪੜ੍ਹਾਇਆ ਇੰਤਜ਼ਾਮ ਕਰਨੇ ਨੇ ਉਦੋਂ ਬੈਠੇ ਰਹੇ ਰਾਤ ਨੂੰ ਇੱਥੇ ਮੰਮੀ ਸਾਂ ਜਿਹਦੇ ਇੱਕ ਟੈਂਟ ਕਿੰਨੇ ਲਾਉਣੇ ਨੇ ਸਿਕਿਉਰਿਟੀ ਮੁਜੱਦੀ ਸਾਹਿਬ ਕਿਬਲਾ ਨੂੰ ਜਨਾਬ ਲੰਗਰ ਕਿੱਥੇ ਪੱਕਣਾ ਕਿਵੇਂ ਸੰਭਾਲਣਾ ਕਿੰਨੇ ਮੇਰੇ ਮੁੰਡਿਆਂ ਸਾਰੀਆਂ ਸਲਾਹਾਂ ਮਸ਼ਵਰੇ ਇਹਨਾਂ ਦੀ ਮਿਹਰਬਾਨੀ ਕਿ ਤੁਸੀਂ ਵੱਡੇ ਹੋ ਦੱਸੋ ਕੀ ਕਰਨੇ ਆ ਇਹ ਜੇ ਤੁਸੀਂ ਇਹ ਸਾਰੇ ਲੱਗੇ ਹੋ ਅਜੇ ਤੁਸੀਂ ਕੁੱਲ ਕਰਿਆ ਆ ਫਿਰ ਤੁਸੀਂ ਦਸਵੇਂ ਦਾ ਐਲਾਨ ਕੀਤਾ ਅਜੇ ਕੋਈ ਬਰਾਦਰੀ ਤੁਹਾਡੇ ਚਾਚਿਆਂ ਤਾਇਆਂ ਫੁੱਫੀਆਂ ਮਾਸੀਆਂ 'ਚ ਹੁੰਦੇ ਨੇ ਅੱਛਾ ਵੀ ਦੁਆ ਮੰਗੋ ਇਹ ਪੁੱਤਰ 40 ਲੰਘ ਲੈਣ ਦੇ ਇਹਨਾਂ ਅਜੇ ਸਕੂਲ ਨਹੀਂ ਪੜਿਆ ਮੈਂ ਸਾਰੇ ਪੇਪਰ ਦੇ ਬੈਠਾ ਵਾਂ ਇਹ ਸਾਰੇ ਪੇਪਰ ਮੈਂ ਦੇ ਬੈਠਾ ਵਾਂ ਸਹੀ ਪੁੱਛਦੇ ਹੋ ਤੇ ਬੁੱਤ ਲਗਾ ਫਿਰਨਾ ਇਹ 6ਵੇਂ ਰੋਜ਼ੇ ਮੈਂ ਫਿਰ ਡਿੱਗ ਪਿਆ ਸਾਜੇ ਮੈਂ ਦੱਸਿਆ ਨਹੀਂ ਕਿਸੇ ਨੂੰ ਕੋਈ ਪਰੇਸ਼ਾਨੀ ਵੱਧਦੀ ਹੈ ਖਸੂਸਨ ਮੈਂ ਆਪਣੀਆਂ ਭੈਣਾਂ ਬੱਚੀਆਂ ਨੂੰ ਨਹੀਂ ਦੱਸਿਆ ਇੰਝ ਖਾਂਸੀ ਆਏ ਤੇ ਪਲਕ ਤੋਂ ਥੱਲੇ ਡਿੱਗਾਂ
ਬੇਹੋਸ਼ ਹੋ ਗਿਆ। ਮੈਨੂੰ ਉਦੋਂ ਹੋਸ਼ ਆਈ, ਇਹ ਗੋਡੇ 'ਤੇ ਸੱਟ ਲੱਗ ਗਈ, ਸਿਰ 'ਚ ਲੱਗ ਗਈ। ਜਦੋਂ ਘਰ ਦੇ ਮੁੰਡੇ ਮੇਰੇ ਉਹ ਚੁੱਕਿਆ ਨਾ ਜਾਵਾਂ, 6.25 ਫੁੱਟ ਮੇਰਾ ਕੱਦ ਹੈ, ਉਹ ਲੱਤਾਂ ਬਾਹਾਂ ਤੋਂ ਜੋ ਚੁੱਕ ਖਿੱਚਿਆ ਨਾ ਮੈਨੂੰ, ਅਤੇ ਮੇਰੀ ਅੱਖ ਖੁੱਲ੍ਹੀ, ਪਤਾ ਨਹੀਂ 6-7 ਮਿੰਟ ਬੇਹੋਸ਼ ਰਿਹਾ। ਸਮਝ ਆਈ ਜੇ? ਅੱਗੇ ਵੀ ਇੱਕ ਦਫ਼ਾ ਹੋ ਚੁੱਕਿਆ, ਉਦੋਂ 8 ਫੇਲ ਹੋ ਚੁੱਕਿਆ। ਇਸ ਕਫੀਅਤ ਅੰਦਰ ਆ ਕੇ ਜਦੋਂ ਚਵਾਂ ਪਾਸੇ ਹਨੇਰਾ ਦਿਸੇ ਨਾ, ਫੇਰ ਬੰਦਾ ਥੋੜ੍ਹਾ ਜਿਹਾ ਮੁਸਕਰਾ ਲਵੇ ਅਤੇ ਅੱਲਾ ਦੀ ਰਹਿਮਤ ਹੁੰਦੀ ਹੈ। ਮੈਂ ਤਾਂ ਬੋਨਸ 'ਤੇ ਜੀ ਰਿਹਾ, ਉਹਨੇ ਪਤਾ ਤੁਹਾਨੂੰ ਵੀ ਕੋਈ ਨਹੀਂ ਅਤੇ ਮੈਨੂੰ ਵੀ ਕੋਈ ਨਹੀਂ ਕਦੋਂ ਆ ਜਾਣੀ ਹੈ। ਅੱਲਾ ਇਹ ਸਾਰਾ ਇਲਜ਼ਾਮ ਅੱਲਾ ਦੇ ਫਜ਼ਲ ਨਾਲ ਚੱਲਦਾ ਪਿਆ। ਅਗਰ ਅੱਲਾ ਫਜ਼ਲ ਨਾ ਕਰੇ ਤਾਂ ਲਫ਼ਜ਼ ਵੀ ਮੂੰਹ ਨਹੀਂ ਕੱਢ ਸਕਦਾ। ਪੁੱਤਰ, ਅਜੇ ਤੁਸੀਂ 40 ਕਰਾਉਣੇ। ਜਦੋਂ ਉਹ ਕਮਰੇ ਵੱਲ ਵੇਖਿਆ ਜੇ ਨਾ, ਜਿਹੜਾ ਇੱਥੇ ਜਾਂ ਘਰ ਆ ਕੇ, ਉਹ ਘਰ ਨਹੀਂ ਜੇ ਚੰਗਾ ਲੱਗਦਾ ਜਿੱਥੇ ਮਾਂ ਨਾ ਦਿਸੇ, ਉਹ ਘਰ ਨਹੀਂ ਜੇ ਚੰਗਾ ਲੱਗਦਾ ਜਿੱਥੇ ਬਾਪ ਨਾ ਦਿਸੇ। ਇਹ ਤਾਂ ਮੌਲਵੀਆਂ ਤੁਹਾਡਾ ਬੇੜਾ ਗਰਕ ਕੀਤਾ ਅਤੇ ਐਵੇਂ ਫਜ਼ੂਲ ਝੂਠ ਬੋਲ ਵਾਰ ਵਾਰ ਮਾਪਿਆਂ ਤੋਂ ਦੂਰ ਕਰ ਛੱਡਿਆ। ਇੰਝ ਵਹਿੰਦਾ ਹੀ ਕੋਈ ਜਿਵੇਂ ਮਾਪੇ ਵਹਿੰਦੇ ਨੇ, ਇੰਝ ਇੰਤਜ਼ਾਰ ਹੀ ਕੋਈ ਕਰਦਾ ਜਿਵੇਂ ਮਾਂ ਬਾਪ ਕਰਦੇ ਨੇ, ਇੰਝ ਵਫਾ ਹੀ ਕੋਈ ਕਰਦਾ ਜਿਵੇਂ ਮਾਂ ਬਾਪ ਕਰਦੇ ਨੇ, ਇੰਝ ਉਡੀਕਦੇ ਹੀ ਕੋਈ ਜਿਵੇਂ ਮਾਂ ਬਾਪ ਉਡੀਕਦੇ ਨੇ, ਖੁਦਾ ਦੀ ਕਸਮ ਇੰਝ ਦੁਆ ਵੀ ਕੋਈ ਕਰਦਾ ਜਿਵੇਂ ਮਾਂ ਬਾਪ ਕਰਦੇ ਨੇ। ਤੂੰ ਤਾਂ ਭੱਜ ਭੱਜ ਜਾਂਦਾ, ਜਿਹਦੇ ਮਾਪੇ ਜਿਉਂਦੇ ਨੇ ਉਹਨੂੰ ਕਿਸੇ ਜਗ੍ਹਾ ਦੁਆ ਕਰਾਉਣ ਦੀ ਲੋੜ ਹੈ? ਪਹਿਲਾਂ ਮਾਂ ਬਾਪ ਕੋਲ ਦੁਆ ਕਰਾ, ਇਹਨਾਂ ਦੀ ਕਬਰ 'ਤੇ ਜਾ। ਇਹ ਉਹ ਅਮਲ ਹੈ ਜਿਹੜਾ ਮਾਂ ਬਾਪ ਦੀ ਕਬਰ 'ਤੇ ਜਾਏ ਨਾ, ਮਾਂ ਜਾਂ ਬਾਪ ਦੀ ਕਬਰ 'ਤੇ, ਉਹਦੇ ਆਪਣੇ ਵੀ ਗੁਨਾਹ ਮਾਫ਼ ਹੋ ਜਾਂਦੇ ਨੇ। ਇਹ ਉਹ ਹਸਤੀਆਂ ਨੇ, ਪੁੱਤਰ ਜੇ ਕੁੱਲ ਕਰਾਉਂਦੇ ਹੋ ਪੈ, ਇਹ 40 ਲੰਘ ਲੈਣ ਦਿਓ। ਜੇ ਤੁਹਾਨੂੰ ਘਰ 'ਤੇ ਮਦਰਸਾ ਖਾਣ ਨਾ ਪਿਆ ਤਾਂ ਆਖਿਆ ਜੇ, ਇਹ ਉਹ ਦੁੱਖ ਨੇ। ਤੁਸੀਂ ਇਕੱਲਿਆਂ ਬਹਿ ਕੇ ਰੋਣਾ, ਤਾਂ ਹਰ ਮੌਕੇ 'ਤੇ ਰੋਣਾ, ਮੈਨੂੰ ਪਤਾ ਹੈ ਨਾ ਮੈਂ ਰੋਣਾ, ਪਰ ਇਹ ਤੁਹਾਡੇ ਵਾਸਤੇ ਦੁਆ ਕਰਾਂਗਾ ਮੈਂ। ਸਲੂਕ 'ਚ ਰਹੋਗੇ ਤਾਂ ਫਿਰ ਵੀ ਬਚ ਜਾਓਗੇ, ਸਲੂਕ 'ਚ ਰਹੋਗੇ ਨਾ ਤਾਂ ਫਿਰ ਭਰਾ ਭਰਾ ਦੁੱਖ ਵੰਡ ਲਓਗੇ। ਮੈਂ ਦੁਆ ਕਰਾਂਗਾ ਅੱਲਾ ਹਰ ਘਰ ਦੇ ਅੰਦਰ ਬੂਗਜ਼ ਸਦਕੀ ਨੇ ਤੋਂ ਅੱਲਾ ਮਹਿਫੂਜ਼ ਫਰਮਾਏ, ਕਿ ਅੱਲਾ ਭਾਈਆਂ ਨੂੰ ਲੱਗਦਿਆਂ ਨੂੰ ਸਲੂਕ ਦੇਵੇ। ਜਦੋਂ ਬੇਸਲੂਕੀ ਆ ਜਾਏ ਨਾ, ਬੰਦਾ 1000 ਬੰਦੇ ਕੋਲ ਨਹੀਂ ਮਰਦਾ, ਘਰੋਂ ਮਰ ਜਾਂਦਾ। ਅੱਲਾ ਇਹੋ ਜਿਹੀ ਲਾਹਨਤ ਵੀ ਕਿਸੇ ਦੇ ਘਰ ਨਾ ਆਏ। ਅੱਲਾ ਤੁਹਾਨੂੰ ਪੁੱਤਰ ਹੈ ਜੇ ਕਿਸੇ ਰੋਣਾ, ਤੁਸਾਂ ਪੁੱਤਰੇ ਪੋਤਰੇ ਚੁੱਕਦੇ ਰੋਣਾ, ਤੁਹਾਡੇ ਘਰ ਖੁਸ਼ੀ ਆਉਣੀ ਤੁਸਾਂ ਰੋਣਾ, ਤੁਸੀਂ ਬਿਮਾਰ ਹੋਏ ਤੇ ਇੰਜ ਨਾ ਕਿਸੇ ਪੁੱਛਿਆ ਜਿਵੇਂ ਚਿਸ਼ਤੀ ਸਾਹਿਬ ਤੁਹਾਡੀ ਮਾਂ ਨੇ ਪੁੱਛਿਆ, ਉਹ ਤੁਸਾਂ ਰੋਣਾ। ਇੰਜ ਕੋਈ ਨਹੀਂ ਪੁੱਛਦਾ, ਮੈਂ ਬਿਮਾਰ ਹੋ ਗਈ ਵੇਖ ਲਿਆ, ਪਤਾ ਕਰੋ ਬੂ ਕੀ ਆਉਂਦੇ ਨੇ, ਪਾਣੀ ਪੁੱਛੋ, ਅੱਛਾ ਆਉਂਦੇ ਹਾਂ। ਮੈਂ ਹਲਫਨ ਕਹਿਣਾ, ਮੇਰੀ ਸਿਰ ਦਦਲ ਹੁੰਦੀ ਸੀ, ਮੇਰੀ ਮਾਂ ਰੋਟੀ ਛੱਡ ਦਿੰਦੀ ਸੀ। ਵਾਲਦ ਸਾਹਿਬ ਤਾਂ ਮੈਨੇ ਵੇਖੇ ਕੋਈ ਨਹੀਂ, ਪਿਆਰ ਬੜਾ ਵੇਖਿਆ ਉਹਨਾਂ ਦਾ। ਮੇਰੇ ਬਾਪਾਂ ਦੀ ਜਗ੍ਹਾ ਮੇਰਾ ਬਾਈ ਸੀ। ਮੈਂ ਇੱਕ ਵਾਕਿਆ ਤੁਹਾਨੂੰ ਸੁਣਾ ਦੇਣਾ, ਮੇਰਾ ਏਸੀ ਖਰਾਬ ਹੋ ਗਿਆ, ਮੈਂ ਲੇਟ ਆਇਆ ਅਤੇ ਭਾਈ ਜਾਨ ਨੇ ਇੱਧਰ ਆਇਆ ਚੱਲਦਾ ਪਿਆ, ਭਾਈ ਜਾਨ ਸੌਂ ਲਿਆ ਸੀ, ਇੱਕ ਦੀ ਗੱਲ ਕਰਨਾ ਪਿਆ ਜਿਹਦੇ ਅੱਗੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖਲੋਂਦੇ ਸਨ, ਅਤੇ ਮੈਂ ਉਹਨਾਂ ਦੇ ਰੂਮ 'ਚ ਸੌਂ ਗਿਆ। ਮੇਰਾ ਭਰਾ ਕੁਰਸੀ ਡਾਹ ਕੇ, ਕਿਹਦੀ ਕਿਹੜਾ ਭਰਾ ਹੈ, ਸਈਦ ਸ਼ਬੀਰ ਹੁਸੈਨ ਸ਼ਾਹ, ਜਿਹਦੇ ਅੱਗੇ ਦੁਨੀਆ ਹੱਥ ਬੰਨ ਖਲੋਂਦੀ ਰਹਿਮਤ ਲੈ।
ਜਿਹੜਾ ਪੋਤਰੇ ਬੜੇ ਪੁੱਤਰ ਬੜੇ ਪੈ, ਚਲੋ ਪਛਾਣ ਜਾਓ ਫਿਦਾ ਹੁਸੈਨ ਨਹੀਂ ਸੁਣਿਆ, ਮੇਰਾ ਫਿਦਾ ਹੁਸੈਨ ਸੁੱਤਾ ਹੈ। ਅੱਲਾ ਤੁਹਾਨੂੰ ਸਲੂਕ ਦੇਈ ਰੱਖੇ, ਸਲੂਕ ਹੋਵੇ ਤੇ ਫਿਰ ਖੈਰ ਹੈ, ਤੇ ਅੱਲਾ ਤੁਹਾਨੂੰ ਹਜ਼ੂਰ ਦਾ ਸਦਕਾ ਨਰੇ ਵੱਧ ਤੋਂ ਬਜਾਏ। ਤੇ ਮੈਂ ਮਾਹੌਲ ਇਸ ਵਾਸਤੇ ਬਦਲਿਆ ਪੁੱਤਰ, ਰੋਣਾ ਤੇ ਸਾਰੀ ਉਮਰ ਜੇ, ਪਰ ਇੰਜ ਨਾ ਹੋ, ਅੱਲਾ ਦੀ ਰਜ਼ਾ ਤੇ ਰਾਜ਼ੀ ਰਹੋ ਅੱਲਾ ਦੀ। ਮੈਂ ਤੇ ਅਮੀਨ ਚਿਸ਼ਤੀ ਪੜ੍ਹਨ ਲੱਗਾ ਸੀ ਤੇ ਮੈਂ ਡੱਕਣ ਲੱਗਾ ਸਾਂ, ਫਿਰ ਮੈਂ ਆਖਿਆ ਚਲੋ ਹੁਣ ਪੜ੍ਹ ਲਵੇ ਆਪਣਾ, ਵਾਲ ਕੱਢਦੇ ਨੇ ਪਏ ਇਹਨਾਂ ਦੇ ਬਜ਼ੁਰਗ ਗਏ ਨੇ। ਹਾਲਾਂਕਿ ਇੱਕ ਮਾਈ ਦਾ ਜਵਾਨ ਪੁੱਤਰ ਮਰ ਗਿਆ, ਅਤੇ ਨਬੀ ਕਰੀਮ ਇਹੋ ਜਿਹਾ ਮਾਹੌਲ ਦੀ ਤਕੀ ਕਰਨੀ ਚਾਹੀਦੀ ਹੈ, ਜ਼ਿਆਦਾ ਬਿਹਤਰ ਹੈ। ਮੈਂ ਨਹੀਂ ਕਿਹਾ ਤੁਸੀਂ ਗਲਤ ਕੀਤੀ ਹੈ, ਮੈਂ ਨਾ ਜ਼ਿਆਦਾ ਬਿਹਤਰ ਹੈ ਵੇ ਸਰ, ਉਹਨੂੰ ਨਾ ਜਿਹੜੀ ਹੁੰਦੀ ਹੈ ਬਈ ਸਰਕਾਰ ਕੋਲ ਨਹੀਂ ਲੰਘੇ। ਮਾਈ ਸਬਰ ਕਰ, ਅੱਲਾ ਦੀ ਰਜ਼ਾ ਤੇ ਰਾਜ਼ੀ ਰਹੋ। ਉਹ ਆਉਂਦੀ ਹੈ ਤੇਰਾ ਕੋਈ ਜਾਏ ਤਾਂ ਤੈਨੂੰ ਪਤਾ ਲੱਗੇ, ਹੁਣ ਵੇਖਿਆ ਨਹੀਂ ਇਹ ਆਲਮ ਬੈਠੇ ਨੇ ਲੋਕਾਂ ਦੇ ਕਮਲੀ, ਇਹ ਸਰਕਾਰ ਨਹੀਂ ਦੌੜ ਕੇ ਮਗਰ ਗਈ। ਮੈਂ ਤੁਹਾਡੇ ਆਪਣੇ ਬੱਚਿਆਂ ਨੇ ਭਤੀਜਿਆਂ ਵਾਸਤੇ ਚਿਸ਼ਤੀ ਸਾਹਿਬਾਨ ਵਾਸਤੇ ਗੱਲ ਕਰਨ ਲੱਗਾ, ਆਪ ਰੁਕ ਗਏ। ਹਜ਼ੂਰ ਮੈਨੂੰ ਮਾਫ਼ ਕਰਦੇ, ਮੈਂ ਵੇਖਿਆ ਨਹੀਂ ਸੀ। ਫਰਮਾਇਆ ਤੂੰ ਰੋ ਹੀ ਲੈ, ਕਿੰਨਾ ਕੁ ਰੋਣਾ ਹੀ, ਤੂੰ ਰੋ ਲੈ। ਅੱਜ ਨਾ ਕੀਤੀ ਚੁੱਪ ਕੱਲ ਕਰ ਜਾਏਗੀ, ਕੱਲ ਨਾ ਕੀਤੀ ਅੱਜ ਕਰ ਲੇਗੀ। ਅੱਜ ਚੁੱਪ ਕਰ ਜਾਏ ਉਹਦੀ ਰਜ਼ਾ ਤੇ ਰੱਬ ਤੇਰੇ ਤੇ ਰਹਿਮਤ ਕਰ ਦੇਗਾ। ਬਲਕਿ ਇਮਾਮੇ ਰਬਾਨੀ ਕਾਲੀ ਸਾਹਿਬ ਕੱਲ ਸਤ ਕਰੇ ਚਲੇ ਗਏ, ਇਮਾਮੇ ਰਬਾਨੀ ਮੁਜੱਦਲ ਫਿਸਾਨੀ ਹਜ਼ਰਤ ਸ਼ੇਖ ਅਹਿਮਦ ਸੰਧੀ ਰਜ਼ੀ ਅੱਲਾਹ ਤਾਲਾ ਇੱਕ ਤਜ਼ੀਏ ਤੇ ਗਏ ਕਿ ਅੱਜ ਤੁਹਾਡੇ ਵਾਂਗੂ ਪ੍ਰੋਫੈਸਰ ਸਾਹਿਬ, ਮੁਫਤੀ ਸਾਹਿਬ ਤੁਹਾਡੇ ਵਾਂਗੂ ਜਵਾਨ ਜਵਾਨ ਮੁੰਡੇ, ਅਤੇ ਮੁਝੇ ਆਹ ਖਾਲਸ ਸਾਹਿਬ ਮਾਸ਼ਾਅੱਲਾ ਮੇਰੇ ਵੱਡੇ ਭਾਈਆਂ ਜੈਸੇ ਨੇ, ਮੇਰੇ ਬਜ਼ੁਰਗਾਂ ਜੈਸੇ ਨੇ, ਅਤੇ ਮੈਨੂੰ ਛੋਟਾ ਬਣਨ ਦਾ ਵੀ ਬੜਾ ਪਤਾ ਅਤੇ ਵੱਡਾ ਬਣਨ ਦਾ ਵੀ ਬੜਾ ਪਤਾ ਹੈ। ਇਹਨਾਂ ਅੱਗੇ ਛੋਟਾ ਬਣਨਾ ਮੇਰੀ ਇੱਜ਼ਤ ਹੈ, ਔਰ ਮੇਰੀ ਇੱਜ਼ਤ ਮੈਂ ਤਾਂ ਬਣਿਆ, ਮੈਂ ਵੱਡਾ ਆਖਾਂਗਾ ਤਾਂ ਵਿਸਤ ਹੋ ਜਾਵਾਂਗਾ, ਕਿਉਂਕਿ ਵੱਡੇ ਇਹ ਨੇ। ਸੁਣੋ, ਆਪ ਇੱਕ ਜਗ੍ਹਾ ਗਏ ਅਤੇ ਆਪ ਫਰਮਾਉਂਦੇ ਨੇ, ਯਾਰ ਅਫਸੋਸ ਤਾਂ ਬੜਾ ਹੋਇਆ ਤੁਹਾਡੇ ਅੱਬਾ ਜੀ ਦਾ, ਇਹ ਜਿੰਨੇ ਚਿਸ਼ਤੀ ਭਰਾ ਬੈਠੇ ਮੇਰੀ ਗੱਲ ਸੁਣ ਲਿਆ ਜੇ, ਅਫਸੋਸ ਤਾਂ ਬੜਾ ਹੋਇਆ ਤੁਹਾਡੇ ਅੱਬਾ ਜੀ ਫੌਤ ਹੋ ਗਏ ਨੇ, ਪਰ ਯਾਰ ਤੁਸੀਂ ਕਿੰਨੇ ਖੁਸ਼ ਨਸੀਬ ਹੋ, 25 ਸਾਲ 30 ਸਾਲ 35 ਸਾਲ 40 ਸਾਲ ਆਪਣੇ ਬਾਪ ਨਾਲ ਖੇਡੇ ਹੋ, ਆਪਣੇ ਬਾਪ ਦੇ ਲਾਡ ਅਤੇ ਪਿਆਰ ਵੇਖੇ ਜੇ, ਉਹਦੀਆਂ ਸ਼ਫਤਾਂ ਵੇਖੀਆਂ ਜੇ, ਉਹਦੀ ਜ਼ਿਆਰਤ ਕੀਤੀ ਜੇ, ਫਿਰ ਉਹਦੀ ਖਿਦਮਤ ਕੀਤੀ ਜੇ। ਫਰਮਾਉਂਦੇ ਨੇ ਖੁਸ਼ ਨਸੀਬ ਹੋ, ਜਾਣਾ ਤਾਂ ਆਈਏ, ਆਓ ਤੁਹਾਨੂੰ ਮੈਂ ਉਹ ਬੱਚੇ ਵਿਖਾਵਾਂ ਜਿਨ੍ਹਾਂ ਨੂੰ ਬਾਪ ਦੀ ਸ਼ਕਲ ਵੀ ਯਾਦ ਰਹੇ, ਮੈਂ ਤੁਹਾਨੂੰ ਉਹ ਬੱਚੇ ਵਿਖਾਵਾਂ ਜਿਨ੍ਹਾਂ ਮਾਂ ਯਾਦ ਨਹੀਂ। ਆਹ ਤਾਂ ਫੋਟੋਆਂ ਬਣ ਗਈਆਂ ਅਤੇ ਪਤਾ ਲੱਗਦਾ ਬੱਚਿਆਂ ਨੂੰ ਵੀ ਆ ਸਾਡੀ ਮਾਂ ਹੈ। ਮਸਲ ਮੇਰੇ ਨਿਵਾਸੇ ਨੇ ਆ ਗੱਖੜ ਵਾਲੇ, ਇਹ ਬੈਠਾ ਮੁਖਤਾਰ, ਇਹਦੇ ਭਤੀਜੇ, ਤਾਂ ਮੇਰੀ ਬੇਟੀ ਫੋਤ ਹੋ ਗਈ, ਅਗਰ ਫੋਟੋ ਨਾ ਹੁੰਦੀ ਤਾਂ ਹੁਸੈਨ ਨੂੰ ਪਤਾ ਸੀ ਮੇਰੀ ਮਾਂ ਕੌਣ ਹੈ? ਬੇਟੀਆਂ ਦੂਆਂ ਨੂੰ ਜਾਂ ਹੈਦਰ ਨੂੰ ਕੀ ਪਤਾ ਸੀ? ਐਡੀ ਐਡੇ ਸਨ ਜਦੋਂ ਮੇਰੀ ਧੀ ਫੋਤ ਹੋ ਗਈ। ਤੋ ਅੱਲਾ ਦੀ ਰਜ਼ਾ ਅਤੇ ਅੱਲਾ ਤੁਹਾਨੂੰ ਸਬਰ ਦੀ ਤੋਫੀਕ ਤਾਂ ਫਰਮਾਏ, ਅੱਲਾ ਤੁਹਾਨੂੰ ਸਬਰ ਦਾ ਵੀ ਇੱਧਰ ਦਿੰਦੇ, ਰੱਬ ਦੀ ਰਜ਼ਾ ਹੈ। ਇਹ ਜਾਣ ਵਾਸਤੇ ਆਏ ਹਾਂ, ਰਹਿਣ ਵਾਸਤੇ ਨਹੀਂ ਆਏ। ਸਵੇਰੇ ਇੱਕ ਬੇਵਕੂਫੀ ਨਹੀਂ ਕਰਨੀ ਚਾਹੀਦੀ, ਜਿੱਥੇ ਨਹੀਂ ਰਹਿਣਾ ਇੱਥੇ ਬੜਾ ਕੁਝ, ਅਤੇ ਜਿੱਥੇ ਹਮੇਸ਼ਾ ਰਹਿਣਾ ਉਹਦੇ ਵਾਸਤੇ ਵੀ ਤਿਆਰੀ ਕਰੋ। ਇੱਥੇ ਰਹਿਣ ਵਾਸਤੇ ਨਹੀਂ ਆਏ ਅਸੀਂ, ਉੱਥੇ ਹਮੇਸ਼ਾ ਰਹਿਣਾ। ਅਤੇ ਜੇ ਸਰਕਾਰ ਨੇ ਕਰਮ ਨਾ ਨਾ ਕੀਤਾ ਤਾਂ ਲਿੱਤਰਾਂ ਤੋਂ ਕਿਸੇ ਨਹੀਂ ਜੇ ਬਚਾਉਣਾ। ਇੱਕ ਗੱਲ ਛੋਟੀ ਦੀ ਹੋਰ ਕਰਨਾ, ਵੈਸੇ ਯਾਰ ਮਰਨਾ ਵੀ ਸੁਣੀਆਂ ਦਾ ਅਤੇ ਜਿਉਣਾ ਵੀ ਸੁਣੀਆਂ ਦਾ। ਇਹ ਜੇ ਘਰ 'ਤੇ ਰੱਬ ਮੌਤ ਵੀ ਨਾ ਦੇਵੇ, ਜਿਹਨਾਂ ਦੁਆ ਵੀ ਨਹੀਂ ਮੰਗਣੀ,
ਇਹ ਜੇ ਘਰ ਤੇ ਸ਼ਾਲਾ ਮਰੇ ਵੀ ਕੋਈ ਨਾ। ਸਾਡੇ ਉਸ ਇਲਾਕੇ 'ਚ ਕਾਲੇ ਕੀ ਮੰਡੀ ਤੋਂ ਅੱਗਾ ਮੈਨੂੰ ਪਤਾ ਲੱਗਿਆ ਉੱਥੇ ਇੱਕ ਬੰਦਾ ਫੌਤ ਹੋਇਆ, ਉਹਦਾ ਪੁੱਤਰ ਸੀ ਮੌਲਵੀ। ਉਹ ਇਹ ਨਹੀਂ ਕਹਿਣਾ ਚਾਹੀਦਾ, ਉਹ ਜਨਾਜ਼ਾ ਪੜਿਆ ਗਿਆ ਨਾ ਜਾਂਦਾ, ਓਏ ਅੱਬਾ ਮਰਿਆ ਜੇ ਮੇਰਾ ਨਾ, ਮੈਂ ਦੁਆ ਮੰਗੀ ਜੇ ਨਾ ਮੰਗਣ ਦੇਣੀ ਜੇ, ਉਹਦਾ ਕਿ ਫਿੱਟੇ ਮੂੰਹ ਸਾਨੂੰ ਮੰਗਣ ਦੀ ਲੋੜ ਕਿਹੜੀ ਹੈ। ਅਤੇ ਜਿੱਥੇ ਔਲਾਦ ਬਿਸਮਿਲਲਾ, ਇਹ ਪੜ੍ਹੇ ਲਿਖੇ ਸਾਹਿਬਜ਼ਾਦੇ ਬੈਠੇ ਨੇ, ਇਹ ਭਾਈ ਵੀ ਬੈਠੇ ਨੇ, ਸਾਰੇ ਆਲਮ ਬੈਠੇ ਹੋ, ਮੁਫਤੀ ਸ਼ਬਾਨ ਸਾਹਿਬ ਤਸੀਫ ਫਰਮਾ ਰਹੇ, ਬਿਸਮਿਲਲਾ ਰਹਿਮਾਨ ਰਹੀਮ ਪੜ੍ਹਿਆ ਅਤੇ ਰੱਬ ਨੇ ਫਰਮਾਇਆ ਦੀ ਬਾਪ ਨੂੰ ਬਖਸ਼ ਦਿਓ, ਇਹਦੀ ਬਾਪ ਨੂੰ, ਇਹਦੀ ਬਾਪ ਨੂੰ, ਉਹਨੂੰ ਸਾਹਮਣੇ ਕਬਰ ਹੋ ਰਿਹਾ ਸੀ, ਜੰਨਤ ਦਾ ਬਾਗ ਬਣਾਓ। ਅਤੇ ਜਿਹਦੇ ਪੁੱਤਰ ਕੁਰਾਨ ਪੜ੍ਹਦੇ ਨੇ, ਪੋਤਰੇ ਪੋਤਰੀਆਂ ਧੀਆਂ ਨਿਵਾਸੀਆਂ ਨਿਵਾਸੇ, ਉਹ ਸਾਡੇ ਹੁੰਦਾ ਸੀ ਚੌਧਰੀ ਕੁਰਸ਼ੈਦ, ਜੱਟ ਬੰਦਾ ਵੀ ਜੱਟ ਵਾਲੀ ਗੱਲ ਕਰਦਾ, ਉਹ ਬਾਈ ਦਾ ਵਿਸਾਲ ਹੋਇਆ ਨਾ, ਇੰਜ ਕੁਰਾਨ ਪੜ੍ਹੇ ਗਏ ਅਤੇ ਉੱਥੇ ਮਜ਼ਾਰ 'ਤੇ ਵੀ, ਅਤੇ ਬਾਹਰ ਆਉਂਦਾ ਉਹ ਇੰਨਾ ਸ਼ਾਹਾਂ 'ਤੇ ਆਪਣਾ ਪਿਓ ਧੱਕੇ ਨਾਲ ਜੰਨਤ 'ਚ ਵਾੜ ਦਿੱਤਾ। ਇਹ ਮਰਨਾ ਸਾਡਾ, ਜਿਉਣਾ ਵੀ ਸਾਡਾ। ਫਿਰ ਤੁਸੀਂ ਗੱਲ ਸੁਣੋ, ਕਬਰ 'ਚ ਆਖਰੀ ਬਾਤ ਕਰ ਕੇ ਛੋੜ ਦੇਣਾ, ਖਪਦੀ ਹੋ ਗਿਆ ਨਾ, ਆਖਰੀ ਅਸੀਂ ਕਰਕੇ 10 ਮਿੰਟ ਲੈ ਜਾਣਾ, ਪਰ ਹੁਣ 2-3 ਮਿੰਟ ਹੀ ਲਵਾਂਗਾ। ਹੈਂ, ਜੇ ਸਹੀ ਪੁੱਛਦੇ ਹੋ ਨਾ, ਅਤੇ ਹਜ਼ੂਰ ਦੇ ਗੁਲਾਮ ਨੂੰ ਨਾ ਮੌਤ ਨੂੰ ਯਾਦ ਰੱਖਣਾ ਚਾਹੀਦਾ, ਇਹ ਡਰਨ ਵਾਲੀ ਸ਼ੈ ਕੋਈ ਨਹੀਂ, ਉਹਦੀ ਮੈਂ ਵਧਾਤ ਨਹੀਂ ਕਰਨੀ। ਡਰਨ ਉਹ ਜਿਹੜੇ ਖਾਰਜੀ ਨੇ, ਡਰਨ ਉਹ ਜਿਹੜੇ ਰਾਫਜੀ ਨੇ, ਡਰਨ ਉਹ ਜਿਹੜੇ ਨਸਬੀ ਨੇ, ਅਸੀਂ ਤਾਂ ਹਜ਼ੂਰ ਦੇ ਕੰਮੀ ਹਾਂ ਜੀ। ਪਾਉਂਦੇ ਨਾ ਕੁੱਲੋ ਨਫਸ ਜ਼ਾਇਕਤੁਲ ਮੌਤ, ਇਹ ਜ਼ਾਇਕਾ ਹੈ ਪੁੱਤਰ, ਜ਼ਾਇਕਾ। ਮੈਂ ਐਸ ਖਤਮ ਦੀ ਮਹਿਫਲ 'ਚ ਤੁਹਾਨੂੰ ਬਿਲਕੁਲ ਉਹਨਾਂ ਨੇ ਕਲੀਅਰ ਕੱਟ ਬਾਤ, ਇਹ ਜ਼ਾਇਕਾ ਕੌੜਾ ਵੀ ਹੁੰਦਾ ਜੇ ਅਤੇ ਮਿੱਠਾ ਵੀ ਹੁੰਦਾ ਜੇ, ਖਾਜੀ ਹੋਵੇ, ਰਾਬਦੀ ਹੋਵੇ, ਨਾਸਬੀ ਹੋਵੇ, ਜੇ ਇਹ ਨਾਲ ਟੁਰ ਗਿਆ ਭਾਵੇਂ ਸਈਦ ਹੈ ਅਤੇ ਭਾਵੇਂ ਗੈਰ ਸਈਦ ਹੈ। ਇਹ ਮੈਨੂੰ ਕਰਨ ਦਿਓ ਗੱਲਾਂ, ਤੁਸੀਂ ਨਾ ਕਰਿਆ ਜੇ। ਲੋਕ ਕਹਿੰਦੇ ਨੇ ਸਈਦਾਂ ਦੀ ਬੇਅਦਬੀ ਹੁੰਦੀ ਹੈ ਭਾਈ, ਉਹੋ ਜਿਹਾ ਸਈਦ ਮੈਂ ਸਦੀਕ ਅਕਬਰ ਦੀ ਜੁੱਤੀ ਤੋਂ ਬਾਹਰ ਛੱਡਾਂ, ਇਹ ਜੇ ਬੇਅਦਬ ਤੇ ਗੁਸਤਾਖ ਸਈਦ ਮੈਂ ਅਸ਼ਾ ਸਦੀਕਾ ਦੀ ਜੁੱਤੀ ਤੋਂ ਮਾਰੇ, ਸ਼ਾਇਦ ਇਹਨਾਂ ਨੂੰ ਮਦੀਨੇ ਵਾਲਾ ਵੀ ਕਬੂਲ ਨਾ ਕਰੇ। ਸਹੀ ਹਾਲ ਕੀਤਾ ਹੋਵੇ ਮਿੱਠਾ ਜ਼ਾਇਕਾ ਚੱਖੇਗਾ। ਆ ਮੂੰਹ 'ਚ ਕੌੜੀ ਗੋੜੀ ਪਾਈ ਹੈ ਨਾ ਕੌੜੀ, ਅਤੇ ਕੀ ਓਏ ਪੁੱਤਰ ਬੜੀ ਦਵਾਈ ਕੌੜੀ ਖਵਾਈ ਆ, ਮੀਂਹ ਦੇ ਕੇ ਕੀਤਾ ਹੀ ਹੋਏ, ਇਹਨੇ ਕਹਿਣਾ ਸ਼ਾਰੀ ਖਾ ਲਓ, ਉਹ ਮੈਂ ਕੌੜੀ ਬੜੀ ਹੈ। ਅਤੇ ਜੇ ਇਹਨੂੰ ਮਿੱਠੀ ਸ਼ੈ ਹੋਏ ਤਾਂ ਅਲਿਆਈ ਨਾਲ ਹੋਰ ਭਾਈ ਚਿਹਰਾ ਹੋਰ ਹੁੰਦਾ। ਮੈਂ ਵੇਖਿਆ 3 ਘੰਟੇ ਕੋਲ ਇੱਥੇ, ਅਤੇ ਤੁਸੀਂ ਵੀ ਵੇਖਿਆ ਚਿਸ਼ਤੀ ਸਾਹਿਬ ਦਾ ਚਿਹਰਾ ਵੇਖਿਆ, ਇਹਨਾਂ ਦੇ ਵਾਲਦੇ ਮੁਹਤਰਮ ਕਾਰੀ ਸਾਹਿਬ ਜਮਾਤੀ ਸਾਹਿਬ ਰਹਿਮਤੁੱਲਾ ਰਹਿ ਦਾ ਚਿਹਰਾ ਮੈਂ ਵੇਖਿਆ, ਹਜ਼ਰਤ ਮੁਜੱਦੀ ਸਾਹਿਬ ਦਾ ਚਿਹਰਾ ਮੈਂ ਵੇਖਿਆ, ਕਾਰੀ ਤਫੈਲ ਸਾਹਿਬ ਦਾ ਚਿਹਰਾ ਮੈਂ ਵੇਖਿਆ, ਸਦੀਕੀ ਸਾਹਿਬ ਰਹਿਮਤੁੱਲਾ ਚਿਹਰਾ ਮੈਂ ਵੇਖਿਆ, ਹਫਜ਼ ਮੁਹੰਮਦ ਆਲਮ ਸਾਹਿਬ ਰਹਿਮਤੁੱਲਾ ਲਏ, ਹਜ਼ਾਰਵੀ ਸਾਹਿਬ ਰਹਿਮਤੁੱਲਾ ਲਏ, ਮੁਫਤੀ ਸਾਹਿਬ ਰਹਿਮਤੁੱਲਾ ਲਏ, ਸ਼ਾਹ ਸਾਹਿਬ ਫਾਲੀ ਵਾਲੇ ਰਹਿਮਤੁੱਲਾ ਲਏ, ਖਿਦਰ ਸ਼ਾਹ ਸਾਹਿਬ ਰਹਿਮਤੁੱਲਾ ਲਏ, ਪੀਰ ਸੈਯਦ ਮਦਰ ਪੀਰ ਸਾਹਿਬ ਰਹਿਮਤੁੱਲਾ ਲਏ, ਮੁਫਤੀ ਮਕਬੂਲ ਸਾਹਿਬ ਰਹਿਮਤੁੱਲਾ ਲਏ, ਮੁਹੰਮਦ ਅਕਰਮ ਰਿਜ਼ਵੀ, ਅਲਾਮਾ ਲਾਜਬਖਸ਼, ਅਹਿਮਦ ਤਵਾਲ, ਬੇਸ਼ੁਮਾਰ ਉਲਮਾ ਦੇ ਮੈਂ ਚਿਹਰੇ ਵੇਖੇ ਨੇ, ਔਰ ਨੱਟ 'ਚ ਵੀ
ਦੀ ਤਸਵੀਰਾਂ ਬੰਦਾਂ ਵੀ ਹੈ, ਇੱਕ ਪਾਸੇ ਉਹ ਕੱਢ ਲੈ, ਇੱਕ ਪਾਸੇ ਇਹ ਕੱਢ ਲੈ, ਫੈਸਲਾ ਕਰ ਲੈ ਮਿੱਠਾ ਕਿੰਨਾ ਚੱਕਿਆ। ਮੈਂ ਤੇ ਇੱਥੇ ਖਲੋ ਕੇ ਐਲਾਨ ਕੀਤਾ ਸੀ, ਉੱਥੇ ਕਰਜ਼ੋ ਗਿਆ ਮੈਂ, ਮੈਂ ਕਿਹਾ ਜਾਓ ਪੁੱਤਰਾ ਐਲਾਨ ਕਰੋ ਆ ਜੇ ਮਜ਼ਬੇ ਹੱਕ ਹੋਣ ਦੀ ਦਲੀਲ। ਚਿਸ਼ਤੀ ਇੰਜ ਜਾਂਦਾ ਭਾਈ ਜਿਵੇਂ ਸੁੱਤਾ ਭਾਈ ਜਾਨ ਰਹਿਮਤੁੱਲਾ ਵਾਲੀ, ਰਾਤ ਦੇ 2:30 ਵਜੇ ਮੈਨੂੰ ਡਾਕਟਰ ਨੇ ਸੱਦਿਆ, ਇੱਕ ਡਾਕਟਰ ਮਦਰ ਸ਼ਾਹ ਸਾਹਿਬ ਹੁੰਦੇ ਅੱਲਾ ਉਹਨਾਂ ਨੂੰ ਬਖਸ਼ੇ, ਦੋ ਤਿੰਨ ਡਾਕਟਰ, ਸ਼ਾਹ ਜੀ ਅਟੈਕ ਹੋਇਆ ਨਾਮਵਰ ਬੰਦਾ ਅਤੇ ਲੇਟ ਨਾ ਕਰਿਆ ਜੇ, ਸੁਬਹਾ ਫਸਟ ਟਾਈਮ ਇੰਜ ਕਰਿਆ ਜੇ ਉਹ ਕਰਿਆ ਜੇ। ਮੈਂ ਕੋਠੇ 'ਤੇ ਗਿਆ, ਬੱਚੀਆਂ ਨੂੰ ਮਾਮਾ ਭੈਣਾਂ ਨੂੰ ਆਖਿਆ ਸਾਈਡ 'ਤੇ ਹੋ ਜਾਓ, ਆਓ ਬਈ ਉਰਾਂ, ਇੰਜ ਕਰਨ 'ਤੇ ਇੰਜ ਹੋ ਜੇ, ਇੰਜ ਕਰਨ 'ਤੇ ਇੰਜ ਹੋ ਜੇ, ਚਿਹਰਾ ਨੈੱਟ 'ਤੇ ਹੁਣ ਵੀ ਕੱਢ ਕੇ ਵੇਖ ਲਓ, ਨਾਜ਼ੁਕ ਜਿਹਾ ਜਿਸਮ, ਪਿਆਰਾ ਜਿਹਾ ਜਿਸਮ, ਚੈੱਕ ਚੁੱਕ ਕਰਿਆ ਉਹਨੇ, ਭਾਵੇਂ ਦੋ ਦਿਨ ਰੱਖੀ ਆ, ਉਹ ਇਹਨਾਂ ਨੂੰ ਕੁਝ ਨਹੀਂ ਆਉਣਾ, ਵੇਖਿਆ ਨਹੀਂ ਜੇ ਇੰਨੀ ਗਰਮੀ 'ਚ ਹੈਂ ਇਹ ਜੇ। ਸਾਡੇ ਮਸਲਕ ਔਰ ਅਕੀਦੇ ਦੀ ਹਕਾਨੀਅਤ ਦੀ ਦਲੀਲ, ਇਹ ਸਾਡੇ ਅਕੀਦੇ ਦੇ ਹਕਾਨੀਅਤ ਦੀ ਦਲੀਲ ਹੈ। ਤੇ ਨਾਲੇ ਲਿੱਤਰ ਖਾਣਗੇ ਹਜ਼ੂਰ ਦੇ ਮੁਨਕਰ, ਲਿੱਤਰ ਖਾਣਗੇ ਸਾਹਾ ਦੇ ਗੁਸਤਾਖ, ਲਿੱਤਰ ਖਾਣਗੇ ਵਾਲਦੈਨ ਮੁਸਤਫਾ ਦੇ ਗੁਸਤਾਖ, ਲਿੱਤਰ ਖਾਣਗੇ ਅਜ਼ਵਾਜੇ ਮੁਸਤਫਾ ਦੇ ਗੁਸਤਾਖ, ਲਿੱਤਰ ਖਾਣਗੇ ਆਲੇ ਨਬੀ ਉਲਾਦੀ ਅਲੀ ਅਹਲੇ ਬੈਤ ਐਮਐਲਏ ਬੈਤ ਦੇ ਗੁਸਤਾਖ। ਸਾਨੂੰ ਤੇ ਕਬਰ 'ਚ ਵੀ ਮੌਜਾਂ ਹੀ ਹੋਣੀਆਂ ਨੇ। ਰੱਬ ਕਿਹੜੇ ਅੱਲਾ, ਦੀਨ ਕਿਹੜੇ ਇਸਲਾਮ, ਤੇ ਮੇਰੇ ਭਾਈ ਰਹਿਮਤੁੱਲਾ ਰਹੇ ਇਹ ਜੇ ਯਕੀਨ ਅੱਜ ਕਰ ਦਿੰਦੇ ਹਨ, ਮੈਨੂੰ ਰੱਬ ਤੋਫੀਕ ਦਿੱਤੀ ਤੇ ਮੈਂ ਅਰਜ਼ ਕਰਨਾ, ਇਤਨੀ ਵੀ ਜਲਦੀ ਕਿਆ ਹੈ ਜ਼ਰਾ ਠਹਿਰ ਜਾਈਏ, ਮਰ ਕੇ ਪਹੁੰਚਾ ਹੂੰ ਯਹਾਂ ਇਸ ਦਿਲ ਰੁਬਾ ਕੇ ਵਾਸਤੇ, ਇਤਨੀ ਵੀ ਜਲਦੀ ਕਿਆ ਹੈ ਜ਼ਰਾ ਠਹਿਰ ਜਾਈਏ, ਸਾਰੀ ਉਮਰ ਗੁਜ਼ਾਰ ਲਿਕੇ ਪਾਈ ਹੈ ਇਹ ਮੁਜਰਮ ਦੀ ਵੀ ਬਣ ਜਾਂਦੀ ਹੈ। ਸਾਨੂੰ ਤੇ ਆਲਾ ਹਜ਼ਰਤ ਬਰੇਲਵੀ ਅਕੀਦਾ ਹੀ ਹੋਏਗਾ, ਕੀ ਆਉਂਦਾ ਰਿਹਾ ਸੋਹਣਿਆ, ਸਾਰੀ ਉਮਰ ਆਉਂਦਾ ਰਿਹਾ, ਇਹ ਹੁਣ ਪੁੱਛਣ ਲੱਗੇ ਨੇ, ਇਹ ਆਂਦੇ ਨੇ ਕੀ ਆਂਦਾ ਰਿਹਾ, ਇਹ ਵੱਧੂ ਹੱਦ ਚਿਰੀ ਵਾਲੀ ਆ, ਹਾ ਮੀਮ ਦੀਆਂ ਕੁੰਡਲਾਂ ਵਾਲੀ ਆ, ਯਾਸੀਨ ਦੀਆਂ ਸਿਰਿਆਂ ਵਾਲੀ ਆ, ਇਹ ਪੁੱਛਦੇ ਨੇ। ਤੁਸੀਂ ਫਰਮਾਓ ਸਰਵਰ ਕਹੂ ਕਿੱਥੋਂ ਸ਼ੁਰੂ ਕਰਾਂ, ਸਰਵਰ ਕਹੂ ਕਿ ਮਾਂ ਲਿਖੋ ਮੌਲਾ ਕਹੂੰ ਤੁਝੇ ਮੈਂ, ਆ ਜੇ ਅਕੀਦਾ ਲਿੱਤਰਾਂ ਤੋਂ ਬਚਣ ਵਾਲਾ, ਬਲਕਿ ਆਹ ਲਾਦਰ ਫਰਮਾਉਂਦੇ ਨੇ ਉਹ ਲਿੱਤਰਾਂ ਤੋਂ ਬਚਣਾ ਹੀ ਨਾ। ਇਹ ਮੈਂ ਖਤੀਬਾਂ ਵਾਸਤੇ ਗੱਲ ਕਰਨ ਲੱਗਾ, ਬੇਸ਼ੱਕ ਮੈਂ ਤੁਹਾਰ ਲਿਹਾਜ਼ ਨਾਲ ਉਮਰੋਂ ਛੋਟੇ ਰਹੇ,
ਹਰ ਲਿਆ ਸੀਨੀਅਰ ਨੇ, ਅੱਲਾਹ ਤੁਹਾਨੂੰ ਹੋਰ ਸੀਨੀਅਰ ਬਣਾਏ, ਇੱਥੋਂ ਨਾ ਹੀ ਲਿਆ ਜੇ ਕਿਸੇ ਸ਼ਖਸੀਅਤ ਪ੍ਰਸਤੀ ਦੀ ਵਜ੍ਹਾ ਤੋਂ ਲਿੱਤਰ ਖਾਣ ਵਾਲੇ ਪਾਸੇ ਟੁਰ ਜਾ ਜੇ, ਕਿਸੇ ਗਰੁੱਪ ਦੀ ਵਜ੍ਹਾ ਤੋਂ ਲਿੱਤਰ ਨਾ ਖਾ ਲਿਆ ਜੇ ਨਾ। ਵਾਲਦੇ ਨੇ ਮੁਸਤਫਾ, ਸਾਹਬੇ ਮੁਸਤਫਾ, ਦਵਾਜੇ ਮੁਸਤਫਾ, ਔਲਾਦੇ ਮੁਸਤਫਾ, ਕਿਸੇ ਆਸਥਾਨੇ ਦੀ ਵਜ੍ਹਾ ਤੋਂ ਲਿੱਤਰ ਖਾਣ ਵਾਲਾ ਕੰਮ ਨਾ ਕਰ ਲਿਆ ਜੇ। ਇਹ ਰਾਜ਼ੀ ਹੋਣ, ਇਹ ਰਾਜ਼ੀ ਹੋਣ, ਇਨਸ਼ਾਅੱਲਾ ਸਾਰੀ ਦੁਨੀਆ ਭਾਵੇਂ ਨਾਰਾਜ਼ ਹੋ ਜੇ, ਮਦੀਨੇ ਵਾਲਾ ਨਾਰਾਜ਼ ਨਾ ਹੋਵੇ। ਕੀ ਸਮਝਦੇ ਮੇਰੇ ਘਰ ਲੋਕ ਆਏ ਨੀ ਤਰਲੇ ਕਰਨ, ਮੈਂ ਨਿਕਲ ਜਾ ਚਵਲ ਨਾ ਹੁਣ ਤੇ ਮੈਂ ਸਿਰਫ ਵੇਲੇ ਸੁਣਨਾ ਤਾਂ। ਤੁਸੀਂ ਤਾਂ ਨਕਸ਼ਬੰਦੀ ਮੁਜੱਦੀ ਚਿਸ਼ਤੀ ਕਾਦੀ ਲੋਕ ਦਿਓ, ਮੈਂ ਕਦੀ ਇਹ ਵੀ ਨਹੀਂ ਲਿਖਿਆ, ਹਾਲਾਂਕਿ ਮੈਂ ਨਕਸ਼ਬੰਦੀ ਹਾਂ, ਮੈਂ ਲਿਖਿਆ ਨਹੀਂ ਕਦੀ, ਕਿਉਂਕਿ ਮੈਂ ਆਪਣੇ ਦੁਆਲੇ ਘੇਰਾ ਨਹੀਂ ਲੜਨਾ ਚਾਹੁੰਦਾ। ਜੇ ਨਕਸ਼ਬੰਦੀ ਹੈ ਤਾਂ ਸ਼ਾਇਦ ਨਕਸ਼ਬੰਦ ਬੁਖਾਰੀ ਦੇ ਪੀਰ ਨੂੰ ਹੁਣ ਤੋਂ ਹੋਰ ਤੁਹਾਨੂੰ ਸਮਝ ਆਉਣੀ ਕਿ ਨਹੀਂ ਆਉਣੀ, ਪੀਰਾਂ ਦੇ ਮੰਨਣ ਵਾਲੇ ਹੋ। ਜੇ ਮੈਂ ਨਕਸ਼ਬੰਦੀ ਹਾਂ ਤਾਂ ਸ਼ਾਇਦ ਨਕਸ਼ਬੰਦ ਬੁਖਾਰੀ ਤੱਕ ਹੀ ਆ ਨਾ, ਉਹਨਾਂ ਦੇ ਪੀਰ ਨੂੰ ਨਕਸ਼ਬੰਦੀ ਤਾਂ ਨਹੀਂ ਮੈਂ ਕਹਿ ਸਕਦਾ। ਜੇ ਮੁਜੱਦੀ ਹਾਂ ਤਾਂ ਮੁਜੱਦ ਪੱਖ ਤੱਕ ਹੀ ਆ ਨਾ, ਉਹਦੇ ਪੀਰ ਨੂੰ ਮੁਜੱਦੀ ਤਾਂ ਨਹੀਂ ਕਹਿ ਸਕਦਾ। ਹੁਣ ਸਮਝ ਗਏ ਹੋ? ਜੇ ਮੈਂ ਕਾਦਰੀ ਹਾਂ ਤਾਂ ਗੌਸ ਪੱਖ ਤੱਕ ਆ ਨਾ, ਉਹਨਾਂ ਦੇ ਪੀਰ ਨੂੰ ਕਾਦਰੀ ਤਾਂ ਨਹੀਂ ਕਹਿ ਸਕਦਾ। ਜੇ ਮੈਂ ਸਾਬਰੀ ਹਾਂ ਤੇਰੀ ਆ, ਮੈਂ ਸਾਬਰ ਕਲੀਅਰ ਤੱਕ ਆ ਨਾ, ਜਿਹਨੂੰ ਸ਼ਾਹੀ ਆ ਤੇ ਨੌਸ਼ਾ ਗੰਜੇ ਸ਼ਕਰ ਤਾਨਾ, ਭਾਈ ਮੈਂ ਸਿੱਧਾ ਮਦੀਨੇ ਪਹੁੰਚਣਾ। ਨਕਸ਼ਬੰਦੀ ਚਿਸ਼ਤੀ ਕਾਦਰੀ ਇਹ ਪਾਕ ਤੇ ਬਰਕਤ ਵਾਲੀਆਂ ਨਹੀਂ ਸਕਦਾ, ਮੇਰਾ ਇਨਕਾਰ ਨਹੀਂ ਕਰਦਾ, ਪਰ ਇਸਾਬ 'ਚ ਮੈਂ ਬਾਹਰ ਹਾਂ। ਹੁਣ ਪਿੰਡਾਂ 'ਚ ਵੜ ਗਏ ਨੇ, ਪਹਿਲਾਂ ਸੀ ਨਕਸ਼ਬੰਦੀ ਚਿਸ਼ਤੀ, ਹੁਣ ਫਿਰ ਪਿੰਡਾਂ 'ਚ, ਹੁਣ ਪੀਰ ਦੇ ਨਾਂ 'ਤੇ ਨੇ। ਮੈਂ ਮਾੜਾ ਵਾਂ, ਮੈਂ ਹਲੇ ਸੁਨਤ ਅਨਫੀ ਹਾਂ, ਮੈਨੂੰ ਪਤਾ ਜੇ ਮੈਂ ਹਲੇ ਸੁਨਤ ਅਨਫੀ ਰਹਿ ਗਿਆ ਨਾ, ਤਾਂ ਮੈਂ ਨਕਸ਼ਬੰਦੀ ਚਿਸ਼ਤੀ ਕਾਦਰੀ ਸੁਰਵਤੀ ਅਵੈਸੀ ਨਸ਼ਾਈ ਸਭ ਕੁਝ ਹਾਂ। ਜੇ ਮੈਂ ਹਲੇ ਸੁਨਤ ਨਾ ਰਿਹਾ ਤਾਂ ਮੈਂ ਕੁਝ ਵੀ ਨਹੀਂ। ਤੁਹਾਨੂੰ ਸਮਝ ਆਈ ਹੈ ਕਿ ਨਹੀਂ ਆਈ? ਥੋੜੇ ਤੁਹਾਨੂੰ ਸਮਝ ਆਈ ਹੈ ਕਿ ਨਹੀਂ? ਪੀਰਾਂ ਨੂੰ ਰਾਜ਼ੀ ਕਰਨ ਵਾਲੀ ਹੋ, ਥੋੜੇ ਤੁਹਾਨੂੰ ਸਮਝ ਆਈ ਹੈ ਕਿ ਨਹੀਂ ਆਈ? ਔਰ ਸੁਣਾ, ਮੈਂ ਗੋਸੇ ਗੱਲ ਸ਼ੁਰੂ ਹੋ ਗਈ ਤੇ ਮਿੰਟ ਬਾਅਦ ਲਵਾਂਗਾ ਆਉਣਾ, ਮੈਨੂੰ ਕਿਹੜਾ ਡੱਕਦਾ ਪਿਆ, ਇਹਨਾਂ ਨਾਮ ਮੁੜਨਾ ਮੈਂ। ਗੋਸੇ ਆਜ਼ਮ ਨੂੰ ਗੋਸੇ ਆਜ਼ਮ ਮੰਨਣਾ, ਹਜ਼ਰਤ ਜੀ ਬਜ਼ੁਰਗ ਬੈਠੇ ਹੋ, ਮੁਕੱਲਦ ਨਹੀਂ ਮੈਂ ਉਹਨਾਂ ਦਾ, ਤੂੰ ਤਾਂ ਟੋਪੀ ਨਹੀਂ ਬਦਲ ਸਕਦਾ, ਤੈਨੂੰ ਕਿ ਬਾਅਦ ਪਤਾ ਲੱਗੇ ਮੈਂ ਕੀ ਆਉਂਦਾ, ਤੂੰ ਤਾਂ ਕੱਪੜੇ ਦਾ ਰੰਗ ਨਹੀਂ ਬਦਲ ਸਕਦਾ, ਤੂੰ ਤਾਂ ਡਿਜ਼ਾਈਨ ਨਹੀਂ ਬਦਲ ਸਕਦਾ ਪੱਗ ਦਾ, ਟੋਪੀ ਦਾ, ਕੱਪੜੇ ਦਾ, ਤੂੰ ਤਾਂ ਕਲੀ ਵੱਧ ਘੱਟ ਨਹੀਂ ਕਰ ਸਕਦਾ, ਤੈਨੂੰ ਮੇਰੀ ਆਵਾਜ਼ ਦੀ ਕੀ ਸਮਝ ਆਉਣੀ ਹੈ? ਦਾੜੀਆਂ ਮਨਾ ਕੇ ਪੀਰਾਂ ਦੀ ਸੁਨਤਾਂ ਚੁੱਕਣ ਲਗਾਇਓ, ਹਜ਼ੂਰ ਦੀ ਸੁਨਤ ਤੇਰੇ ਕੋਲ ਕੋਈ ਨਹੀਂ, ਸਾਈਆਂ ਦੀ ਸੁਨਤ ਲਈ ਫਿਰਦਾ। ਮੇਰੀ ਆਵਾਜ਼ ਦੀ ਉਹਨੂੰ ਸਮਝ ਆਏਗੀ ਜਿਹੜਾ ਮਦੀਨੇ ਵਾਲਾ ਤਲਕ ਹੈ। ਐਲੇ ਸੁਨਤ ਨਫੀ ਹੈ ਤਾਂ ਸਭ ਕੁਝ, ਨਕਸ਼ਬੰਦੀ ਚਿਸ਼ਤੀ ਕਾਦੀ ਸੋਰਵਤੀ ਸਭ ਕੁਝ, ਜੇ ਅਹਲੇ ਸੁਨਤ ਨਹੀਂ ਤਾਂ ਕੁਝ ਵੀ ਨਹੀਂ। ਮੈਂ ਕਿਸੇ ਵਲੀ ਅੱਲਾ ਦਾ ਮੁਕੱਲਦ ਨਹੀਂ। ਤੁਸੀਂ ਤਾਂ ਗਲੀਆਂ 'ਚ ਵੜ ਗਏ ਹੋ, ਮੁਕੱਲਦ ਹੋ ਗਏ ਹੋ ਗਲੀਆਂ 'ਚ ਬਾਜ਼ਾਰਾਂ 'ਚ, ਮੈਂ ਤਾਂ ਨਹੀਂ ਮੁਕੱਲਦ ਸਵਾ ਇਮਾਮ ਆਜ਼ਮ ਰੁਕਦੇ ਦਾ, ਮੈਂ ਸੈਯਦਨਾ ਇਮਾਮ ਆਜ਼ਮ ਤੋਂ ਬਾਅਦ ਕਿਸੇ ਦਾ ਮੁਕੱਲਦ ਨਹੀਂ, ਉਹ ਵੀ ਫਿਕਾ 'ਚ। ਸੁਣੋ ਮੈਂ ਕੀ ਕਹਿਣ ਲੱਗਾ, ਉਹ ਵੀ ਫਿਕਾ 'ਚ, ਅਕੀਦੇ 'ਚ ਨਹੀਂ। ਅਕੀਦੇ ਅੰਦਰ ਤਕਲੀਦ ਹੈ ਹੀ ਨਹੀਂ। ਚਵਲੇ ਜਾਈਏ, ਤੈਨੂੰ ਮਸਲਾ ਦੱਸੀਏ, ਤੂੰ ਉਹਨੇ ਮੇਰੇ ਪੀਰ ਸਾਹਿਬ ਇੰਜ ਨਹੀਂ ਕਰਦੇ, ਲੈ ਜਾ ਪੀਰ ਨੂੰ। ਇੱਦੋਂ ਵੱਡੀ ਜਹਾਲਤ ਕਿਹੜੀ ਹੈ? ਨਾਤ ਪੂਰੀ ਪੜੀ ਜਾਏ ਤੁਹਾਨੂੰ ਹੁੰਦੇ ਹੀ ਕੱਖ ਨਹੀਂ, ਪੀਰ ਦਾ ਨਾਂ ਆ ਜਾਏ ਇੰਜ ਰੁਪਈਆ ਚੁੱਕਦੇ ਨੇ ਜਿਵੇਂ ਛਬੀਰ ਚਾੜਨ ਲੱਗੇ ਨੇ, ਰੋਂਦੇ ਸੁਣੀ ਬਣਨ ਨੂੰ। ਉਹ ਜਿਹਾ ਨਾਥਾਂ ਸਾਰੇ ਨਹੀਂ, ਖਤੀਬ ਨਕੀਬ, ਮੈਂ ਉਹਨਾਂ ਨੂੰ ਆਉਣਾ ਪੁੱਤਰ ਸੇਫੀ,
ਮਰਨੇ ਹੀ ਕਬਰੇ ਪੈਣੇ, ਕਿਹੜਾ ਮੂੰਹ ਲੈ ਕੇ ਸਰਕਾਰ ਕੇ ਜਾਏਗਾ? ਮੇਰੇ ਹਜ਼ਰਤ ਸਾਹਿਬ ਨੇ ਫਰਮਾਇਆ, ਫਰਮਾਉਣ ਜੋ ਮਰਜ਼ੀ। ਅਕੀਦੇ ਦਾ ਤਲਕ ਸਿਰਫ ਕੁਰਾਨ ਨਾਲ ਹੈ ਔਰ ਹਜ਼ੂਰ ਦੇ ਫਰਮਾਨ ਨਾਲ ਹੈ। ਵੇੜਾ ਹੀ ਖਰਕ ਕਰਕੇ ਰੱਖ ਛੱਡਿਆ ਜੇ ਕੁਤਬਖਾਨੇ ਬਣਾ ਲਿਆ ਤੁਸੀਂ, ਉਹ ਕੁਤਬਖਾਨੇ ਸੁਣਨੀ ਜੇ ਗੱਲ, ਜਿਹਨੇ ਸੁਣਨੀ ਹੈ ਸੁਭਾਣ ਲਾ ਕਰੋ। ਐਸ ਕਿਤਾਬ 'ਚ ਆਹ ਲਿਖਿਆ, ਆਹ ਕਿਤਾਬ 'ਚ ਆਹ ਲਿਖਿਆ, ਆਹ ਕਿਤਾਬ 'ਚ ਇਹ ਲਿਖਿਆ, ਇਹ ਕਿਤਾਬ 'ਚ ਇਹ ਲਿਖਿਆ, ਅੱਲਾ ਦੀ ਕਸਮੇ ਲਿਖਿਆ, ਪਰ ਮੈਂ ਕਿਸੇ ਕਿਤਾਬ ਨੂੰ ਨਹੀਂ ਮੰਨਦਾ ਜਿਹੜੀ ਕੁਰਾਨ ਨਾਲ ਟਕਰਾਏ। ਬਸ ਇਹ ਤੋਂ ਬਾਅਦ ਮੈਂ ਕੋਈ ਨਹੀਂ ਕਹਿ ਸਕਦਾ। ਮੈਨੂੰ ਅੰਦਰ ਆਹ ਕਿਤਾਬ ਦੇਖ, ਮੈਂ ਅੱਲਾ ਜਾ ਕਿਤਾਬ 'ਚ ਲਿਖਿਆ ਕਿਹੜਾ ਲੋਹੇ ਮਹਿਫੂਜ਼ 'ਤੇ ਲਿਖਿਆ? ਜੇ ਮੈਂ ਸਾਰੀਆਂ ਕਿਤਾਬਾਂ ਨੂੰ ਮੰਨਦਾ, ਇੱਕ ਇਸ਼ਾਰਾ ਦੇਣ ਲੱਗਾ, ਸਿਰ ਮੌਲਵੀ ਸੁਣੋ, ਜੇ ਮੈਂ ਸਾਰੀਆਂ ਕਿਤਾਬਾਂ ਨੂੰ ਮੰਨਦਾ ਤੇ ਮੈਂ ਸਾਰਿਆਂ ਨੂੰ ਮੰਗਣ ਤੋਰ ਦਿੰਦਾ। ਮੈਂ ਅੱਜ ਤੱਕ ਨਹੀਂ ਮੰਨਿਆ, ਮੈਨੂੰ ਰੱਬ ਦੀ ਇੱਜ਼ਤ ਦੀ ਕਸਮ, ਬੀਬੀ ਪਾਕ ਮੰਗਣ ਨਹੀਂ ਗਈਆਂ, ਮੰਗਣ ਨਹੀਂ ਗਈਆਂ, ਮੰਗਣ ਨਹੀਂ ਗਈਆਂ। ਸੁਣਾ ਮਜ਼ੂਰ ਨੇ ਇੱਕ ਇਸ਼ਾਰਾ ਕਰਨ ਲੱਗਾ, ਜੇ ਬਤੂਲ ਏ ਤੇ ਮੰਗਣ ਨਹੀਂ ਗਈ, ਜੇ ਮੰਗਣ ਏ ਤੇ ਬਤੂਲ। ਤੂੰ ਕਿਹੜੀਆਂ ਕਿਤਾਬਾਂ ਜਿਹੜੀ ਨਾਰਾ ਤਕਬੀਰ ਬਈ ਤੂੰ ਹੱਥ ਉਠਾ ਕੇ ਨਾਰਾ ਰਿਸਾਲਤ, ਨਾਰਾ ਰਿਸਾਲਤ, ਨਾਰਾ ਤਹਿਕੀਕ, ਨਾਰਾ ਹੈਦਰੀ, ਸੈਯਦ ਫਿਦਾ ਹੁਸੈਨ ਸ਼ਾਹ ਸਾਹਿਬ। ਹਜ਼ਰਤ ਸ਼ੇਖੁਲ ਇਸਲਾਮ ਖਾਜਾ ਕਮਨੋ ਦੀ ਸਿਆਲਵੀ ਰਹਿਮਤੁੱਲਾ ਲੈ, ਕੋਈ ਮੰਨੇ ਨਾ ਮੰਨੇ ਮੈਂ ਲਫ਼ਜ਼ ਸੁਣੇ ਨੇ, ਫਰਮਾਓ ਲੈ ਜੋ ਕੀ ਅਲਫ ਲੈਲਾ ਦੀਆਂ ਕਹਾਣੀਆਂ ਚੁੱਕੀਆਂ ਨੇ। ਮੇਰਾ ਤੇ ਉਹ ਕੱਦ ਨਹੀਂ, ਮਗਰ ਸੁਣ ਲਓ ਜਿੰਨਾਬਾਦ ਮਸਲਾ ਸੁਣ, ਤੈਨੂੰ ਇਸ ਨਾਂ ਦੇ ਤੜਪਿਆ ਮਸਲਾ ਵੀ ਸੁਣ। ਇਹ ਤੁਹਾਨੂੰ ਬਿਮਾਰੀ ਹੈ, ਤਵੱਜੋ ਹੈ। ਮੁਨਾਦ ਰਿਆਜ਼ ਮੌਲਾਨਾ ਮੁਹੰਮਦ ਉਮਰ ਸਾਹਿਬ ਰਹਿਮਤੁੱਲਾ ਲੈ, ਤੁਹਾਨੂੰ ਨਹੀਂ ਪਤਾ ਅਸਾਂ ਕੰਨਾਂ ਨਾਲ ਉਹ ਵਾਦਾ ਸੁਣੀਆਂ ਨੇ। ਉਹ ਕਿੰਨੂ ਚੋਂ ਖੱਜੀਆਂ ਵਾਸਤੇ ਘਰੋਂ ਬਾਹਰ ਕੱਢਿਆ ਜੇ, ਖੱਜੀਆਂ ਖਜੂਰਾਂ ਗਏ, ਜਿਹਦੇ ਸਿਰ ਦਾ ਵਾਲ ਚੰਨ ਸੂਰਜ ਨਹੀਂ ਵੇਖਿਆ, ਜਿਸ ਕਾ ਅੰਚਲ ਨਾ ਦੇਖਾ ਮੈਂ। ਇਹ ਚੋਂ ਖੱਜੀਆਂ ਵਾਸਤੇ ਓਏ ਵੰਡਣ ਵਾਲੀ ਏ ਮੰਗਣ ਵਾਲੀ। ਅੱਛਾ ਮੈਂ ਪਹਿਲਾਂ ਸਮਝਦਾ ਹੁੰਦਾ ਸਾਂ, ਸੁਣੋ ਸੁਣੋ, ਮੈਂ ਪਹਿਲਾਂ ਸਮਝਦਾ ਹੁੰਦਾ ਸਾਂ, ਜਿਹੜੇ ਮੌਲਵੀ ਫਾਰਗੋ ਤਸੀਲ ਨੇ ਨਾ, ਇਹ ਮੇਰੇ ਤੋਂ ਵੱਡੇ ਮੌਲਵੀ ਨੇ, ਇਹਨਾਂ ਨੂੰ ਚੋਖਾ ਹੁੰਦਾ, ਮਿਹਨਤ ਆਉਂਦਾ ਕੁੱਖ ਨਹੀਂ। ਜਦੋਂ ਮੈਂ ਗੌਰ ਕੀਤਾ ਨਾ, ਇਹ ਤਾਂ ਫਾਰਗੋ ਦਿਮਾਗ ਵੀ ਨੇ, ਇਹਨਾਂ ਤੇ ਮਸਲੇ ਆਉਂਦੇ ਹੀ ਕੋਈ ਨਹੀਂ। ਅੱਛਾ ਮੈਂ ਐਵੇਂ ਡਰਦਾ ਰਹਿੰਦਾ ਸਾਂ, ਯਾਰ ਫਲਾਣੇ ਨੂੰ ਆਹ ਲੱਕਮ ਮਿਲਿਆ, ਖੁਦਾ ਦੀ ਕਸਮੇ ਇਹਨਾਂ ਨੂੰ ਬਾਗੇ ਫਤਕ ਦਾ ਮਸਲਾ ਆਉਂਦਾ ਹੀ ਨਹੀਂ। ਲਓ ਮੈਂ ਕਸਮ ਚੁੱਕ ਗਿਆ ਤੇ ਐਵੇਂ ਨਹੀਂ ਚੁੱਕੀ, ਇਹਨਾਂ ਨੂੰ ਆਏ ਹੀ ਨਹੀਂ। ਜੇ ਤਵੱਜੋ ਹੈ ਤੇ ਇੱਕ ਮਿੰਟ ਲਵਾਂ, ਹੈਂ, ਮੈਂ ਸਾਰੀ ਜ਼ਿੰਦਗੀ 'ਚ ਬਿਆਨ ਕੀਤਾ ਹੈ ਜੀ, ਇਹ ਵਿਰਾਸਤ ਨਾ ਮਿਲੀ, ਹਾਲਾਂਕਿ ਮੇਰਾ ਕੀਤਾ ਇਹ ਨਹੀਂ, ਮੈਂ ਉਸ ਵੇਲੇ ਮੰਨ ਜਾਂਦਾ ਠੀਕ ਹੈ ਜੀ ਵਿਰਾਸਤ ਹੈ। ਮੇਰੇ ਸਾਹਮਣੇ ਦੋ ਤਿੰਨ ਮੌਲੀ ਬੈਠੇ, ਉਹ ਪਿੰਡ ਸੀ, ਉਹ ਕਿਹੜਾ ਸੀ, ਉਹ ਮਿਰਜ਼ਾ ਪੱਟੀਆਂ, ਉਹ ਮੈਂ ਤਕਰੀਰ 'ਚ ਉਹਨਾਂ ਸ਼ੀਆ ਮੌਲੀ ਲੈਂਦੇ, ਉਹਨਾਂ ਰੁਕਾ ਦਿੱਤਾ, ਮੈਂ ਤਕਰੀਰ ਕਰ ਲੈਂਦੀ ਉਹ ਬਾਅਦ 'ਚ, ਮੈਂ ਅੱਜ ਤੁਹਾਨੂੰ ਗੱਲ ਸੁਣਾਉਣੀ ਹੈ। ਮੈਂ ਕਿਹਾ ਜੀ ਮੈਂ ਮੰਨ ਲਈ ਨਾ ਤੁਹਾਡਾ ਕੀਤਾ ਵਿਰਾਸਤ ਸੀ, ਇਹ ਕੁਰਾਨ ਹੈ ਵਿਰਾਸਤ ਦੇ ਹਿੱਸੇ ਕਰੋ। ਨਹੀਂ ਸਮਝ ਆਈ ਬਾਗ ਫਤਕ ਦੀ, ਇਹ ਵਿਰਾਸਤ ਦੇ ਹਿੱਸੇ ਨੇ। ਮੌਲਵੀ ਜੀ ਦੱਸੋ ਤੁਹਾਡੀ ਬੀਵੀ ਦਾ ਤੁਹਾਡੀ ਵਿਰਾਸਤ 'ਚ ਹਿੱਸਾ ਹੈ ਕਿ ਨਹੀਂ? ਚੁੱਪ ਕਰ ਰਿਹਾ, ਮੈਂ ਬੋਲ, ਆਉਂਦਾ ਹੈ
ਮੈਂ ਕਿਹਾ ਅਗਰ ਔਲਾਦੇ ਨੂਰੀਨਾ ਨਾ ਹੋਵੇ ਤਾਂ ਆਹ ਕੁਰਾਨ ਮੇਰੇ ਹੱਥ 'ਚ ਉਹ ਖਾਨਦਾਨ ਦਾ ਹਿੱਸਾ ਹੈ ਕਿ ਨਹੀਂ? ਆਂਦਾ ਹੈ। ਤੇ ਮੈਂ ਕਿਹਾ ਚਵਲੇ ਦੀ ਤੇਰੀ ਬੀਵੀ ਦਾ ਹੈ ਵੇ, ਤੇ ਨਬੀ ਦੀਆਂ ਬੀਵੀਆਂ ਦਾ ਕੋਈ ਨਹੀਂ। ਇਹ ਕਦੀ ਨਹੀਂ ਜੀ ਆਖਿਆ ਦੁਆਰੇ ਰਸੂਲ ਨਹੀਂ ਸਾਰੀ ਮਿਲਿਆ, ਬੀਵੀ ਪਾਕ ਨੂੰ ਨਹੀਂ ਮਿਲਿਆ, ਮੰਗਣ ਗਈਆਂ ਚਵਲੋ ਜਈਓ। ਜੇ ਵਿਰਾਸਤ ਮੰਨਦੇ ਹੋ ਤੇ ਖਾਨਦਾਨ ਦੇ ਹਿੱਸੇ ਕੱਢੋ, ਅਜ਼ਵਾਜੇ ਰਸੂਲ ਦੇ ਹਿੱਸੇ ਕੱਢੋ। ਮਗਰ ਗੱਲ ਅਸਲੇ ਵੇ ਮੁਹੱਬੇ ਵਾਲੇ ਬੈਤ ਨਹੀਂ, ਗੁਸਤਾਖੇ ਸਾਹਬਾ ਮੁਹੱਬੇ ਵਾਲੇ ਬੈਤ ਨਹੀਂ, ਇਹ ਜੇ ਮਸਲਾ ਫਦਕ। ਤੇ ਬਾਕੀ ਦੂਜਾ ਇਹ ਵੇ, ਹੁਣ ਮੈਂ ਵਜ਼ਾਹਤ ਨਹੀਂ ਕਰਨੀ, ਜੇ ਮਾਲੇ ਫੈ ਆਖੋ ਤੇ ਉਹ ਵੀ ਕੁਰਾਨ ਮੌਜੂਦ ਹੈ ਵਿੱਚ, ਗਰੀਬਾਂ ਦਾ ਹਿੱਸਾ, ਮਸਕੀਨਾਂ ਦਾ ਹਿੱਸਾ, ਯਤੀਮਾਂ ਦਾ ਬਾਫਰ। ਮੈਂ ਕਿਹਾ ਦੱਸੋ ਮੌਲਵੀ, ਹਜ਼ੂਰ ਗਰੀਬਾਂ ਅਤੇ ਮਸਕੀਨਾਂ ਦੇ ਹਿੱਸੇ ਖੋਣ ਆਏ ਨੇ ਕਿ ਦਵਾਉਣ ਆਏ ਨੇ? ਹਜ਼ੂਰ ਨੇ ਕੁਰਾਨ 'ਤੇ ਅਮਲ ਕੀਤਾ ਕਿ ਨਹੀਂ ਕੀਤਾ? ਅਤੇ ਮੈਂ ਕਿਹਾ ਇੰਨੇ ਹਿੱਸੇ ਗਰੀਬਾਂ ਮਸਕੀਨਾਂ ਦੇ ਖੋ ਕੇ ਆਪ ਨੇ ਆਪਣੀ ਬੇਟੀ ਜ਼ਹਰਾ ਪਾਕ ਸਲਾਮ, ਤੁਸੀਂ ਤਾਂ ਗੁਸਤਾਖ ਹੋ ਹਜ਼ੂਰ ਦੇ, ਇੰਜ ਤਾਂ ਬਣਦੇ ਹੀ ਨਹੀਂ। ਆਹ ਜੇ ਫਤਕ ਦਾ ਜਵਾਬ ਰੋਵੋ ਤੁਸੀਂ ਫਤਕ ਬਿਆਨ ਕਰਨ ਨੂੰ, ਤੁਸਾਂ ਬੀਬੀ ਪਾਕ ਨੂੰ ਐਵੇਂ ਸਮਝਿਆ? ਮੈਂ ਇੱਕ ਇਸ਼ਾਰਾ ਕਰ ਦਿੱਤਾ, ਜਾਂ ਬਤੂਲ ਨਾ ਕਿਹਾ ਕਰੋ, ਜੇ ਮੰਗਣ ਨਾ ਟੋਰਿਆ ਕਰੋ। ਜੇ ਬਤੂਲ ਹੈ ਤਾਂ ਮੰਗਣ ਨਹੀਂ ਗਈ, ਜੇ ਮੰਗਣ ਗਈ ਹੈ ਤਾਂ ਬਤੂਲ। ਸਮਝ ਆ ਗਈ ਜੇ? ਤਾਂ ਮੈਂ ਗੱਲ ਪਿਆ ਕਰਦਾ ਸਾਂ ਯਾਰ, ਛੱਡੋ ਗੱਲਾਂ ਹੁਣ, ਮੈਂ ਹੀ ਨਾ ਲੱਗਾ ਰਹਾਂ। ਅੱਲਾ ਪਾਕ ਹਜ਼ੂਰ ਦਾ ਸਦਕਾ ਇਹਨਾਂ ਦੇ ਦਰਜਾਤ ਬੁਲੰਦ ਫਰਮਾਏ, ਅਤੇ ਇਹਨਾਂ ਬੱਚਿਆਂ ਨੂੰ ਉਸੇ ਤਰ੍ਹਾਂ ਹੀ ਦੀਨ ਦੀ ਖਿਦਮਤ ਕਰਨ ਦੀ ਤੋਫੀਕਤਾ ਫਰਮਾਏ, ਅਤੇ ਅੱਲਾ ਸਭ ਨੂੰ ਸੱਚੀ ਤੋਬਾ ਕਰਕੇ ਰੱਬ ਕੋਲੋਂ ਡਰ ਕੇ ਜ਼ਿੰਦਗੀ ਗੁਜ਼ਾਰਨ ਦੀ ਤੋਫੀਕਤਾ ਫਰਮਾਏ। ਵਮਾ ਲੈਣਾ।